গহ্যো তোহারো বাহে গহে কিলাজিয়স গোবিন্দ দাস তোহার তন তন সাহেব শ্রী গুরু গ্রন্থ সাহেব মহারাজ জি দি ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਰਸ ਖੇੜਾ ਮਾਣ ਰਹੀ ਗੁਰੂ ਸੰਗਤ ਜੀਓ ਦਾਸ ਦੀ ਹਾਜ਼ਰੀ ਗੁਰੂ ਦੇ ਚਰਨਾਂ ਵਿੱਚ ਦਰ ਪ੍ਰਵਾਨ ਕਰਵਾਉਂਦਿਆਂ ਹੋਇਆਂ ਫਤਿਹ ਦਾ ਆਵਾਜ਼ਾ ਬੁਲੰਦ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਕੁਝ ਸਮਾਂ ਸਾਡੇ ਕਰਮਾਂ ਦੇ ਵਿੱਚ ਫਿਰ ਉਹ ਅੰਕਿਤ ਕੀਤਾ ਜਿਸ ਦੇ ਮੁਜਬ ਅਸੀਂ ਆਪਣੇ ਆਪ ਨੂੰ ਆਪਣੇ ਇਸ ਪਲਾਂ ਨੂੰ ਇਸ ਸਵਾਸਾਂ ਨੂੰ ਸਫਲੀ ਘੜੀ ਦੇ ਵਿੱਚ ਗਿਣਦਿਆਂ ਹੋਇਆਂ ਆਪਣੇ ਆਪ ਨੂੰ ਕਰਮਾਂ ਵਾਲੇ ਸਮਝਦੇ ਹਾਂ। ਗੁਰੂ ਕੇ ਪਿਆਰ ਵਾਲਿਓ, ਆਪ ਜੀ ਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਜੋ ਕਿ ਪਿਛਲੇ ਦਿਨਾਂ ਤੋਂ ਸਹਿਜ ਪਾਠ ਸਾਹਿਬ ਜੀ ਦੇ ਰੂਪ ਦੇ ਵਿੱਚ ਗੁਰੂ ਕੇ ਪਿਆਰ ਵਾਲੇ ਸਿੱਖਾਂ ਨੇ ਰਲ ਮਿਲ ਕੇ ਕੀਤਾ, ਬਾਣੀ ਪੜ੍ਹੀ, ਆਪਣੇ ਸਰਵਣ ਕੀਤੀ ਹੈ। ਇਹ ਇਲਾਹੀ ਬਾਣੀ ਦਾ ਆਪ ਜੀ ਆਨੰਦ ਮਾਣ ਰਹੇ ਸੀ। ਸਹਿਜ ਪਾਠ ਦੀ ਸੰਪੂਰਨਤਾ ਤੋਂ ਪਹਿਲਾਂ ਗੁਰੂ ਕੇ ਪਿਆਰ ਵਾਲਿਆਂ ਨੇ ਆਸਾ ਜੀ ਕੀ ਵਾਰ ਜੀ ਦੇ ਜਾਪ ਸਿਮਰਨ ਕੀਤੇ। ਅੱਜ ਉਹੀ ਦਿਹਾੜਾ ਹੈ ਜਿਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਉਹ ਆਸਾ ਜੀ ਦੀ ਵਾਰ ਕਲਗੀਆਂ ਵਾਲੇ ਪਾਤਸ਼ਾਹ ਸਰਸਾ ਦੇ ਕਿਨਾਰੇ ਤੇ ਆਪਣੇ ਪਿਆਰੇ ਰੰਗ ਅਤੇ ਸਿੱਖਾਂ ਦੇ ਨਾਲ ਕਰ ਰਹੇ ਨੇ ਤੇ ਪਿੱਛੋਂ 10 ਲੱਖ ਦੀ ਵਹੀਰ ਚੜ ਕੇ ਆ ਰਹੀ ਹੈ। ਉਸ ਤੋਂ ਉਪਰੰਤ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ 9ਵੇਂ ਪਾਤਸ਼ਾਹ ਜੀ ਦੇ ਵਿਰਾਗਮਈ ਸਲੋਕਾਂ ਦੇ ਨਾਲ ਆਪ ਜੁੜੇ ਹੋਏ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ, ਅੱਜ ਦਾ ਇੱਕ ਆਮਨ ਸ੍ਰੇਸ਼ਟ ਦਿਹਾੜਾ ਜਿਹੜਾ ਕਿ ਸਾਡੇ ਸ਼ਹੀਦੀ ਸਾਕਿਆਂ ਦੇ ਵਿੱਚੋਂ ਇੱਕ ਬਹੁਤ ਹੀ ਸ੍ਰੇਸ਼ਟ ਦਿਹਾੜਾ ਹੈ। ਅੱਜ ਦੇ ਦਿਨ ਹੀ ਦੁਨੀਆ ਦੀ ਜਿਹੜੀ ਸਭ ਤੋਂ ਅਸਾਵਣੀ ਜੰਗ ਕੁੱਲ ਸੰਸਾਰ ਦੇ ਸਾਹਮਣੇ ਆਈ, ਜਿਸ ਨੂੰ ਅਸੀਂ ਚਮਕੌਰ ਸਾਹਿਬ ਜੀ ਦੀ ਜੰਗ ਜਾਂ ਸਾਕਾ ਚਮਕੌਰ ਸਾਹਿਬ ਜੀ ਦੇ ਨਾਂ ਦੇ ਨਾਲ ਯਾਦ ਕਰਦੇ ਹਾਂ ਤੇ ਨਤਮਸਤਕ ਹੁੰਦੇ ਹਾਂ ਉਹਨਾਂ ਸੂਰਵੀਰਾਂ ਸ਼ਹੀਦਾਂ ਯੋਧਿਆਂ ਤੋਂ ਜਿਨ੍ਹਾਂ ਨੇ ਵਾਕਈ ਆਪਣੇ ਜੀਵਨ ਨੂੰ ਪਾਣੀ ਵਰਗਾ ਬਣਾ ਲਿਆ, ਪਾਣੀ ਦਾ ਰੂਪ ਬਣ ਗਏ। ਕੱਲ੍ਹ ਦੇ ਰੋਜ਼ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਅਸੀਂ ਸਾਰਿਆਂ ਨੇ ਰਲ ਮਿਲ ਕੇ ਵਿਚਾਰ ਕੀਤੀ ਕਿ ਜਿਹੜੇ ਇਹ ਸੂਰਮੇ ਗੁਰੂ ਘਰ ਦੇ ਵਿੱਚ ਜਿਨ੍ਹਾਂ ਦਾ ਜਨਮ ਹੁੰਦਾ ਹੈ ਉਹਨਾਂ ਦੀ ਗੁਰੂ ਘਰ ਦੇ ਵਿੱਚ ਘਾੜਤ ਕਿਸ ਤਰ੍ਹਾਂ ਘੜੀ ਜਾਂਦੀ ਹੈ, ਭਾਵ ਕਿ ਸੂਰਮੇ ਦੀ ਬਣਤਰ ਕਿਸ ਤਰ੍ਹਾਂ ਬਣਦੀ ਹੈ ਗੁਰੂ ਘਰ ਦੇ ਵਿੱਚ। ਤੇ ਇਹ ਜਿਹੜੇ ਸੂਰਮੇ ਨੇ
ਜਿਹੜੇ ਜ਼ੁਲਮ ਦੇ ਖਿਲਾਫ ਖੜਦੇ ਨੇ ਗੁਰੂ ਸਾਹਿਬ। ਇਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਗੁਰੂ ਦੇ ਹੁਕਮ ਦੇ ਨਾਲ ਕਿੰਨਾ ਕੁ ਖੜਦੇ ਹਾਂ, ਉਹ ਗੱਲ ਵੱਖਰੀ ਹੈ। ਥੋੜ੍ਹੀ ਜਿਹੀ ਮਾਇਆ, ਥੋੜ੍ਹੀ ਜਿਹੀ ਪ੍ਰਤਿਸ਼ਠਾ, ਥੋੜ੍ਹੀ ਜਿਹੀ ਉਪਮਾ ਜਾਂ ਥੋੜ੍ਹੇ ਕਿਸੇ ਰਿਸ਼ਤੇਦਾਰ ਨੂੰ ਲੁਕਾਈ ਨੂੰ ਖੁਸ਼ ਕਰਨ ਵਾਸਤੇ ਗੁਰੂ ਦੇ ਬਚਨਾਂ 'ਤੇ ਕਿੰਨੇ ਕੁ ਖੜਦੇ ਆ। ਪਰ ਉਹ ਮਹਾਨ ਸੂਰਮੇ, ਮਹਾਨ ਸ਼ਹੀਦ ਜਿਹੜੇ 10 ਲੱਖ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਦੇ ਨਾਲ ਖੜੇ ਨੇ ਜ਼ੁਲਮ ਦੇ ਖਿਲਾਫ, ਉਹਨਾਂ ਸੂਰਮਿਆਂ ਦੀ ਅੱਜ ਸ਼ਹਾਦਤ ਦਾ ਵੀ ਦਿਨ ਹੈ। ਕਿਉਂਕਿ ਸੂਰਮੇ ਹੀ ਸ਼ਹੀਦ ਹੁੰਦੇ ਨੇ, ਇਹ ਗੱਲ ਯਾਦ ਰੱਖਿਓ। ਦਾਗੇ ਹੋਏ ਸੇ ਰਣਮੇ ਜੂਝੇ, ਜਿਨ੍ਹਾਂ ਦੇ ਕਰਮਾਂ ਦੇ ਵਿੱਚ ਦਾਗ ਦਾ ਭਾਵ ਹੁੰਦਾ ਸਟੈਂਪ ਲੱਗ ਜਾਣੀ, ਮੋਹਰ ਲੱਗ ਜਾਣੀ। ਗੁਰੂ ਸਾਹਿਬ ਜੀ ਨੇ ਜਿਨ੍ਹਾਂ ਦੇ ਕਰਮਾਂ ਦੇ ਉੱਤੇ ਮੋਹਰ ਲਗਾ ਦਿੱਤੀ ਨਾ, ਅਸਲ ਵਿੱਚ ਉਹੀ ਰਣ 'ਤੇ ਜੂਝਦੇ ਨੇ। ਇੱਥੇ ਕੇਵਲ ਅਤੇ ਕੇਵਲ ਮੈਂ ਬੇਨਤੀ ਕਰ ਦੇਵਾਂ, ਰਣ ਦਾ ਮਤਲਬ ਕੇਵਲ ਅਤੇ ਕੇਵਲ ਜੰਗ ਯੁੱਧ ਨਹੀਂ, ਬੜੇ ਕਿਸਮਾਂ ਦੀਆਂ ਜੰਗਾਂ ਹੁੰਦੀਆਂ ਨੇ। ਸਾਡੇ ਅੰਦਰ ਵੀ ਬੜੇ ਕਿਸਮਾਂ ਦੀਆਂ ਜੰਗਾਂ ਚੱਲਦੀਆਂ ਨੇ। ਅੰਦਰਲੀ ਜੰਗ ਤੋਂ ਬਾਹਰਲੀ ਜੰਗ ਨੂੰ ਕਿਸ ਤਰ੍ਹਾਂ ਜਿੱਤਣਾ, ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਹੁੰਦਾ ਹੈ। ਸੋ ਉਹ ਸੂਰਮੇ ਜਿਹੜੇ ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਸੂਰਮਿਆਂ ਨੂੰ ਯਾਦ ਕਰਦੇ ਹੋਇਆਂ ਅਸੀਂ ਤੇ ਸਾਰੇ ਗੁਰੂ ਦੇ ਚਰਨ ਪਰਸ ਰਹੇ ਹਾਂ। ਸੂਰਮਾ ਹੀ ਸ਼ਹੀਦ ਹੁੰਦਾ ਹੈ, ਅਤੇ ਸ਼ਹੀਦ ਦੀ ਡੈਫੀਨੇਸ਼ਨ ਕੀ ਹੈ ਮੈਨੂੰ ਮੁਆਫ ਕਰਨਾ, ਸਾਡੇ ਪੰਥ ਵਿੱਚ ਹਜੇ ਤੱਕ 90% ਸਾਡੇ ਦਿਮਾਗੀ ਤਲ 'ਤੇ ਅਸੀਂ ਡਿਸਾਈਡ ਨਹੀਂ ਕਰ ਪਾਉਂਦੇ। ਪਿੱਛੇ ਜੇ ਕੁਛ ਵਰਤਾਰੇ ਵਾਪਰੇ ਸਨ ਅਤੇ ਸੋਸ਼ਲ ਮੀਡੀਆ 'ਤੇ ਅਸੀਂ ਬੜੇ ਸਰਗਰਮ ਰਹਿੰਦੇ ਹਾਂ, ਉਹਦੇ 'ਤੇ ਬੜੇ ਮੈਸੇਜ ਆ ਰਹੇ ਸੀ ਕਿ ਇਸ ਘਟਨਾ ਦੇ ਨਾਲ ਜਿਹੜਾ ਵਰਤਾਰਾ ਵਾਪਰਿਆ ਇਹਨੂੰ ਅਸੀਂ ਸ਼ਹੀਦ ਕਹਿ ਸਕਦੇ ਹਾਂ, ਇਸ ਨੂੰ ਅਸੀਂ ਸ਼ਹੀਦ ਨਹੀਂ ਕਹਿ ਸਕਦੇ, ਇਸ ਤਰ੍ਹਾਂ ਦੀ ਬੜੀ ਵਿਚਾਰ ਚੱਲ ਰਹੀ ਸੀ। ਸੋ ਮੈਂ ਆਪ ਜੀ ਦੇ ਸਮਕਸ਼ ਸਿੱਖ ਧਰਮ ਵਿੱਚ ਸ਼ਹੀਦ ਕਿਸ ਨੂੰ ਕਿਹਾ ਜਾਂਦਾ, ਕਿਸ ਤਰ੍ਹਾਂ ਪਤਾ ਲੱਗੇ ਕਿ ਇਹ ਜਿਹੜਾ ਜੁਝਾਰੂ ਹੈ ਜਿਸਨੇ ਸ਼ਹਾਦਤ ਦਾ ਜਾਮ ਪੀਤਾ ਹੈ, ਇਹ ਸ਼ਹੀਦਾਂ ਦੇ ਗਰੁੱਪ 'ਚ ਆਉਂਦਾ ਹੈ ਕਿ ਨਹੀਂ? ਕਿਉਂਕਿ ਅੱਜ ਦਾ ਦਿਹਾੜਾ ਹੀ ਸ਼ਹੀਦਾਂ ਦਾ ਦਿਹਾੜਾ। ਗੁਰੂ ਸਾਹਿਬ ਨੇ ਸਾਡੀ ਝੋਲੀ 'ਚ ਸਭ ਕੁਛ ਪਾਇਆ ਹੈ, ਸਿਰਫ ਲੋੜ ਹੈ ਗੁਰੂ ਸਾਹਿਬ ਜੀ ਦੀ ਗੋਦੀ 'ਚ ਬੈਠ ਕੇ ਗੁਰੂ ਦਾ ਸੰਗ ਮੰਨਣ ਦੀ। ਗੁਰੂ ਕੇ ਪਿਆਰ ਵਾਲੇ, ਜਦੋਂ ਅਸੀਂ ਯੂਨੀਵਰਸਲ ਨਜ਼ਰ ਦੇ ਨਾਲ ਇੱਕ ਪਾਰਦਰਸ਼ਤਾ ਨਾਲ ਕੁੱਲ ਸੰਸਾਰ 'ਤੇ ਜਿੰਨੇ ਧਰਮ ਹੋਏ ਨੇ ਉਹਨਾਂ ਨੂੰ ਆਪਾਂ ਵਾਚਦੇ ਹਾਂ, ਰੀਡ ਕਰਦੇ ਹਾਂ, ਅਤੇ ਜੇਕਰ ਅਸੀਂ ਗੱਲ ਕਰ ਲਈਏ ਆਪਣੇ ਭਾਰਤ ਵਰਸ਼ ਦੀ, ਆਰੀਅਨ ਸੱਭਿਅਤਾ ਤੋਂ ਇੱਕ ਕਾਲ ਉਤਪੰਨ ਹੁੰਦਾ, ਉਹਨੂੰ ਅਸੀਂ ਕਹਿੰਦੇ ਹਾਂ ਵੈਦਿਕ ਕਾਲ। ਜਦੋਂ ਆਰੀਅਨ ਇਸ ਸਿੰਧੂ ਘਾਟੀ ਦੇ ਵਿੱਚ ਆਉਂਦੇ ਨੇ, ਦ੍ਰਾਵਿੜਾਂ ਨੂੰ ਦੂਸਰੇ ਪਾਸੇ ਕਰਦੇ ਨੇ, ਉੱਥੇ ਰਾਜ ਕਰਦੇ ਨੇ, ਉਸ ਤੋਂ ਬਾਅਦ ਇੱਕ ਕਾਲ ਚੱਲਦਾ ਜਿਸ ਨੂੰ ਵੈਦਿਕ ਕਾਲ ਕਿਹਾ ਜਾਂਦਾ। ਇਸ ਵੈਦਿਕ ਕਾਲ ਦੇ ਵਿੱਚ ਬੜੇ ਗ੍ਰੰਥ ਲਿਖੇ ਜਾਂਦੇ ਨੇ, ਬਹੁਤ ਗ੍ਰੰਥਾਂ ਦੀ ਰਚਨਾ ਹੁੰਦੀ ਹੈ, ਇੰਨੇ ਗ੍ਰੰਥ ਹੋ ਜਾਂਦੇ ਨੇ ਕਿ ਉਹਨਾਂ ਨੂੰ ਸੰਭਾਲਣਾ ਅਤੇ ਉਹਨਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਜਾਂਦੀ ਹੈ। ਫਿਰ ਉਦੋਂ ਕੁਛ ਲੋਕਾਂ ਦੇ ਵਿੱਚ ਇੱਕ ਮਤਾ ਪਾਸ ਹੁੰਦਾ, ਉਹ ਸੋਚਦੇ ਨੇ ਕਿ ਜਿੰਨੇ ਗ੍ਰੰਥ ਨੇ ਨਾ ਇਹਨਾਂ ਨੂੰ ਅਸੀਂ ਇਹਨਾਂ ਦੇ ਵਿੱਚੋਂ ਜਿਹੜੇ ਫੁੱਟ ਨੋਟਸ ਨੇ, ਜ਼ਰੂਰੀ ਜਾਣਕਾਰੀ ਹੈ, ਉਹਨਾਂ ਨੂੰ ਇਕੱਠਿਆਂ ਕਰਕੇ ਅਤੇ ਵੱਖਰੇ ਗ੍ਰੰਥ ਬਣਾਈਏ, ਇੰਪੋਰਟੈਂਟ ਮੈਸੇਜ ਨੂੰ ਵੱਖਰਾ ਕਰ ਦਈਏ। ਇਹ ਕਾਰਜ ਸ਼ੁਰੂ ਹੁੰਦਾ, ਇਹ ਉਹ ਸਮਾਂ ਜਿਹਦੇ ਵਿੱਚ 4 ਵੇਦ, 6 ਸ਼ਾਸਤਰ, ਪੁਰਾਣ, ਸਿਮਰਤੀਆਂ, ਇਹਨਾਂ ਦੀ ਰਚਨਾ ਹੁੰਦੀ ਹੈ।
ਇਹਨਾਂ ਸਾਰੇ ਗ੍ਰੰਥਾਂ ਦੇ ਵਿੱਚੋਂ ਮੇਨ ਫੁੱਟ ਨੋਟ ਜਦੋਂ ਕੱਢੇ ਜਾਂਦੇ ਨੇ ਤੇ ਫਿਰ ਗ੍ਰੰਥ ਲਿਖੇ ਜਾਂਦੇ ਨੇ। ਮੇਨ ਇੰਪੋਰਟੈਂਟ ਨੋਟਸ ਕੱਢਣ ਤੋਂ ਬਾਅਦ ਵੀ ਇਹਨਾਂ ਗ੍ਰੰਥਾਂ ਦੀ ਜਿਹੜੀ ਕਾਊਂਟਿੰਗ ਹੈ, ਜਿਹੜੀ ਗਿਣਤੀ ਹੈ, ਉਹ 108 ਹੁੰਦੀ ਹੈ। 108 ਗ੍ਰੰਥ ਫਿਰ ਬਣ ਜਾਂਦੇ ਨੇ। ਇਹੀ ਕਾਰਨ ਹੈ ਕਿ ਇਹਨਾਂ ਦਾ ਜਿਹੜਾ ਤੱਤ ਨਿਚੋੜ ਸੀ ਇਹਨਾਂ ਗ੍ਰੰਥਾਂ ਦਾ, ਉਹ ਇਹ ਸੀ ਵੇਦ ਪੁਰਾਣ ਸਿਮਰਤ, ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆ। ਕਿ ਨਾਮ, ਰਾਮ ਦੇ ਨਾਮ ਤੋਂ ਬਗੈਰ ਬਾਕੀ ਸਭ ਕੂੜ ਹੈ। ਇਹਨਾਂ ਦਾ ਤੱਤ ਸਾਰੇ ਨਿਕਲਿਆ ਸੀ ਉਦੋਂ, ਤੇ ਇਸ ਕਰਕੇ ਇਹ 108 ਗ੍ਰੰਥਾਂ ਦੀ ਜਿਹੜਾ ਤੱਤ ਨਿਚੋੜ ਜਦੋਂ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਕਨਵਰਟ ਕੀਤਾ, ਉੱਥੇ ਗੱਲ ਉਸ ਪਰਮਾਤਮਾ ਦੇ ਉਸਤਤ ਦੀ ਆਈ। ਉਸ ਤੋਂ ਬਾਅਦ ਫਿਰ ਇੱਕ ਸਿਮਰਤੀ ਬਣਾਈ ਗਈ, ਇੱਕ ਸਿਮਰਨਾ ਬਣਾਇਆ ਗਿਆ, ਜਿਸ ਦੇ ਮਣ ਕੇ 108 ਰੱਖੇ ਗਏ। ਆਪ ਜੀ ਖਿਆਲ ਕਰਿਓ, ਅੱਜ ਵੀ ਜਦੋਂ ਅਸੀਂ ਸਿਮਰਨਾ ਲੈਂਦੇ ਹਾਂ ਨਾ, ਉਹਦੇ 108 ਮਣਕੇ ਹੁੰਦੇ ਨੇ, ਜਿਹਨੂੰ ਅਠੋਤਰੀ ਵੀ ਕਿਹਾ ਜਾਂਦਾ। ਉਹਦਾ ਕਾਰਨ ਇਹ ਸੀ ਕਿ ਉਹਨਾਂ ਵੀ 108 ਗ੍ਰੰਥਾਂ ਦਾ ਜਿਹੜਾ ਤੱਤ ਨਿਚੋੜਾ ਉਹ ਕੀ ਹੈ, ਪਰਮਾਤਮਾ ਦਾ ਸਿਮਰਨ ਕਰਨਾ। ਇਸ ਕਰਕੇ ਜਿਹੜੀ ਸਿਮਰਤੀ ਦੇ ਵਿੱਚ 108 ਮਣਕੇ ਹੁੰਦੇ ਆ। ਮੈਂ ਬੇਨਤੀ ਕਰਦਾ, ਸਿੱਖ ਧਰਮ ਦੇ ਨਾਲ ਇਸ ਗਿਣਤੀ ਦਾ ਕੋਈ ਲੈਣ ਦੇਣ ਨਹੀਂ ਹੈ। ਹਾਂ, ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਸਤੇ ਜੇ ਕੋਈ ਵਰਤਦਾ ਤਾਂ ਕੋਈ ਗਲਤ ਵੀ ਨਹੀਂ ਹੈ, ਕਿਉਂਕਿ ਗੁੜ ਖਾਣਾ ਚਾਹੀਦਾ, ਭਾਵੇਂ ਉਹ ਦੁੱਧ ਦੇ ਨਾਲ ਛਕ ਲਓ ਅਤੇ ਭਾਵੇਂ ਉਹ ਪ੍ਰਸ਼ਾਦਾ ਛਕਣ ਤੋਂ ਬਾਅਦ ਛਕ ਲਓ, ਭਾਵੇਂ ਉਹਨੂੰ ਸੱਜੇ ਪਾਸੋਂ ਛਕ ਲਓ ਅਤੇ ਭਾਵੇਂ ਖੱਬੇ ਪਾਸੋਂ। ਨਾਮ ਜਪਣਾ ਚਾਹੀਦਾ, ਭਾਵੇਂ ਮਾਲਾ ਦੇ ਨਾਲ ਜਪ ਲਓ ਅਤੇ ਭਾਵੇਂ ਮਾਲਾ ਤੋਂ ਬਗੈਰ ਜਪ ਲਓ, ਕਾਰਨ ਨਹੀਂ। ਪਰ ਇਹ 108 ਮਣਕਿਆਂ ਦੀ ਜਿਹੜੀ ਮਾਲਾ ਸੀ ਇੱਥੋਂ ਉਤਪੰਨ ਹੋਈ। ਜਦੋਂ ਵੀ ਕੋਈ ਨਵਾਂ ਧਰਮ ਬਣਦਾ ਨਾ, ਤਾਂ ਕੁਛ ਗੱਲਾਂ ਪਿਛਲੇ ਮੌਲਿਕ ਧਰਮਾਂ ਦੀਆਂ ਉਸ ਧਰਮ ਵਿੱਚ ਆਉਂਦੀਆਂ ਨੇ। ਸੋ ਇਹ ਸਾਰੀ ਜਾਣਕਾਰੀ ਮੈਂ ਆਪ ਜੀ ਨਾਲ ਤਾਂ ਸਾਂਝੀ ਕੀਤੀ, ਇੰਨੇ ਵਾਸਤ ਗ੍ਰੰਥਾਂ ਦੇ ਵਿੱਚ ਇੰਨੇ ਸਾਲ ਤੋਂ ਇਹ ਗ੍ਰੰਥ ਲਿਖੇ ਗਏ, ਮੁੜ ਕੇ 108 ਗ੍ਰੰਥ ਬਣਾਏ ਗਏ। ਜਦੋਂ ਅਸੀਂ ਇਹਨਾਂ ਸਾਰੇ ਗ੍ਰੰਥਾਂ ਨੂੰ ਵਾਚਦੇ ਹਾਂ, ਇਹਨਾਂ ਸਾਰੇ ਗ੍ਰੰਥਾਂ ਦੇ ਵਿੱਚ ਕਿਤੇ ਸ਼ਹੀਦ ਸ਼ਬਦ ਨਹੀਂ ਹੈਗਾ। ਮੈਂ ਸਿਰਫ ਬੇਨਤੀ ਕਰ ਰਿਹਾ ਸੀ, ਸ਼ਹੀਦ ਸ਼ਬਦ ਨਹੀਂ ਹੈਗਾ ਇਹਨਾਂ ਗ੍ਰੰਥਾਂ ਦੇ ਵਿੱਚ। ਵੱਧ ਸ਼ਬਦ ਹੈਗਾ, ਬਲੀ ਸ਼ਬਦ ਹੈਗਾ, ਸ਼ਹੀਦ ਦੇ ਲਾਗੇ ਜਾ ਕੇ ਇਹਨਾਂ ਨੇ ਸ਼ਬਦ ਸਮਾਨ ਅਰਥੀ ਸ਼ਬਦ ਜਿਹੜਾ ਉਹ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਇਹ ਵੀਰ ਗਤੀ ਕਹਿੰਦੇ ਨੇ। ਪਰ ਵੀਰ ਗਤੀ ਦੀ ਡੈਫੀਨੇਸ਼ਨ ਇਹ ਹੈ ਕਿ ਜਿਹੜਾ ਵੀ ਜ਼ਰ ਜ਼ੋਰੂ ਅਤੇ ਜ਼ਮੀਨ ਵਾਸਤੇ ਲੜਦਾ, ਕਿਸੇ ਦਾ ਹੱਕ ਖੋਹਣ ਵਾਸਤੇ ਵੀ ਲੜਦਾ, ਜੇ ਉਹ ਮੈਦਾਨੇ ਜੰਗ ਵਿੱਚ ਮਾਰਿਆ ਜਾਂਦਾ ਤਾਂ ਉਸਨੂੰ ਵੀ ਇਹ ਵੀਰ ਗਤੀ ਕਹਿ ਦਿੰਦੇ। ਸ਼ਹੀਦ ਸ਼ਬਦ ਨਹੀਂ ਹੈਗਾ। ਇਹ ਗੱਲ ਮੈਂ ਆਪ ਨੂੰ ਇਸ ਕਰਕੇ ਕਹਿ ਰਿਹਾ ਕਿ ਜਿਹੜੀ ਚੀਜ਼ ਬੱਚੇ ਦੇ ਸਿਲੇਬਸ 'ਚ ਹੀ ਨਹੀਂ ਹੋਏਗੀ, ਜਿਹੜੀ ਚੀਜ਼ ਨੂੰ ਬੱਚਾ ਸਿਲੇਬਸ 'ਚ ਨਹੀਂ ਪੜ੍ਹੇਗਾ, ਉਹ ਚੀਜ਼ ਉਹਨੂੰ ਇਮਤਿਹਾਨ ਦੇ ਵਿੱਚ ਵੀ ਉਹਦਾ ਪ੍ਰਸ਼ਨ ਨਹੀਂ ਆਏਗਾ। ਇਹੀ ਕਾਰਨ ਸੀ ਕਿ 1000 ਤੋਂ 1200 ਸਾਲ ਤੱਕ ਹਿੰਦੂ ਵਰਸ਼ ਗੁਲਾਮ ਰਿਹਾ, ਕਿਉਂਕਿ ਸ਼ਹੀਦ ਸ਼ਬਦ ਨਹੀਂ ਸੀ ਸਿਲੇਬਸ 'ਚ। ਇਹੀ ਕਾਰਨ ਸੀ ਗੁਲਾਮੀ ਦਾ। ਦੂਸਰੇ ਪਾਸੇ ਜਦੋਂ ਅਸੀਂ ਇਸਲਾਮ ਧਰਮ ਦੇ ਵਿੱਚ ਇਸ ਸ਼ਬਦ ਦੇ ਦਰਸ਼ਨ ਕਰਦੇ ਹਾਂ, ਅਸਲ ਵਿੱਚ ਸ਼ਹੀਦ ਸ਼ਬਦ ਜਿਹੜਾ ਹੈ ਇਹ ਮੂਲ ਸ਼ਬਦ ਅਰਬੀ ਦਾ ਹੈ। ਕੁਰਾਨ ਸ਼ਰੀਕ ਦੇ ਵਿੱਚ ਤਕਰੀਬਨ ਇਹ ਸ਼ਬਦ 35 ਵਾਰ ਆਉਂਦਾ। ਪਰ ਆਪ ਜੀ ਹੈਰਾਨ ਹੋ ਜਾਓਗੇ, ਕੁਰਾਨ ਦੇ ਵਿੱਚ ਜੋ ਸ਼ਹੀਦ ਦੇ ਅਰਥ ਤੁਸੀਂ ਸਮਝਦੇ ਜੇ ਜਾਂ ਗੁਰੂ ਸਾਹਿਬ ਨੇ ਸਾਨੂੰ ਸਮਝਾਏ ਨੇ, ਉਹ ਅਰਥ ਨਹੀਂ ਉਹਦੇ ਵਿੱਚ।
ਉੱਥੇ ਅਰਥ ਨੇ ਗਵਾਹ ਦੇਣ ਵਾਲਾ, ਜਿਹੜਾ ਗਵਾਹੀ ਦਿੰਦਾ ਹੈ। ਅੱਜ ਵੀ ਪੰਜਾਬ ਦੇ ਵਿੱਚ ਆਪ ਜੀ ਦਾ ਕੋਈ ਰਿਸ਼ਤੇਦਾਰ ਪੰਜਾਬ ਪੁਲਿਸ 'ਚ ਹੋਏਗਾ ਨਾ, ਤਾਂ ਆਪ ਜੀ ਉਹਨੂੰ ਅੱਜ ਵੀ ਫੋਨ ਕਰਕੇ ਪੁੱਛ ਲਿਓ। ਅੱਜ ਵੀ ਉੱਥੇ ਸਰਕਾਰੀ ਰਜਿਸਟਰਾਂ ਦੇ ਵਿੱਚ ਅੱਜ ਵੀ ਉਹ ਸ਼ਬਦ ਅੱਜ ਤੱਕ ਗਰਦਿਸ਼ ਕਰਦਾ ਚੱਲਦਾ ਆ ਰਿਹਾ। ਜਦੋਂ ਕੋਈ ਵੀਰ ਕਿਸੇ ਗਵਾਹ ਨੂੰ, ਕਿਸੇ ਮੁਜ਼ਰਿਮ ਨੂੰ ਕੋਰਟ ਵਿੱਚ ਲੈ ਕੇ ਜਾਂਦੇ ਨੇ ਨਾ ਗਵਾਹੀ ਵਾਸਤੇ, ਤਾਂ ਉੱਥੇ ਜਿਹੜਾ ਐਫ ਆਈ ਆਰ ਦੇ ਵਿੱਚ ਜਾਂ ਗੌਰਮੈਂਟ ਰਿਕਾਰਡਸ ਦੇ ਵਿੱਚ ਸ਼ਬਦ ਅੰਕਿਤ ਹੁੰਦਾ, ਉਹ ਹੁੰਦਾ ਕਿ ਅਸੀਂ ਜਦੋਂ ਪੁੱਛਦੇ ਨਾ ਕਿੱਥੇ ਚੱਲੋ, ਕਹਿੰਦੇ ਅੱਜ ਸ਼ਹਾਦਤ 'ਤੇ ਚੱਲੇ ਹਾਂ, ਪਾਓ ਕਿਸੇ ਦੀ ਗਵਾਹੀ ਦੇਣ ਵਾਸਤੇ ਗਵਾਹ ਨੂੰ ਲੈ ਕੇ ਚੱਲੇ ਹਾਂ। ਕੁਰਾਨ ਸ਼ਰੀਫ ਦੀ ਜਦੋਂ ਅਸੀਂ ਉਲਤਨਾ ਪੜ੍ਹਦੇ ਹਾਂ, ਵਿਆਖਿਆ ਪੜ੍ਹਦੇ ਹਾਂ, ਕੁਰਾਨ ਸ਼ਰੀਫ ਦੀ ਜਿਹੜੀ ਵਿਆਖਿਆ ਉਸ ਗ੍ਰੰਥ ਨੂੰ ਜਦੋਂ ਅਸੀਂ ਵਾਚਦੇ ਹਾਂ, ਹਦੀਸ ਆਖਿਆ ਜਾਂਦਾ, ਉਹਦੇ ਵਿੱਚ ਇੱਕ ਥਾਂ 'ਤੇ ਇਸ ਸ਼ਹੀਦ ਸ਼ਬਦ ਦੀ ਵਿਆਖਿਆ ਕਰਦਿਆਂ ਕਰਦਿਆਂ ਲਿਖਿਆ ਕਿ ਅੱਲਾ ਤਾਲਾ ਵੀ ਸ਼ਹੀਦ ਹੈ, ਭਾਵ ਤੇਰੇ ਚੰਗੇ ਅਤੇ ਤੇਰੇ ਮਾੜੇ ਕੰਮਾਂ ਦਾ ਉੱਥੇ ਅੱਲਾ ਤਾਲਾ ਗਵਾਹੀ ਦੇਗਾ। ਸੋ ਜੋ ਅਰਥ ਸਾਨੂੰ ਗੁਰੂ ਸਾਹਿਬਾਂ ਜੀ ਨੇ ਬਖਸ਼ਿਸ਼ ਕੀਤੇ ਨੇ ਇਤਿਹਾਸ ਦੇ ਵਿੱਚ, ਉਹ ਅਰਥ ਹੋਰ ਨੇ। ਸਾਡੀ ਸੋਚ 'ਚ ਸ਼ਹੀਦ ਅਰਥ ਹੋਰ ਨੇ, ਪਰ ਦੂਜੇ ਧਰਮਾਂ ਦੇ ਵਿੱਚ ਸ਼ਹੀਦ ਦਾ ਪੈਰਾਮੀਟਰ ਇੰਨਾ ਕੀ ਹੈ। ਜਦੋਂ ਅਸੀਂ ਕਾਵਿ ਰਚਨਾ ਪੜ੍ਹਦੇ ਹਾਂ, ਮੁਹੰਮਦ ਸਾਹਿਬ ਜੀ ਦੀ ਇੱਕ ਜੰਗ ਦੇ ਵਿੱਚ ਪੜ੍ਹਦੇ ਹਾਂ, ਉਹਨਾਂ ਦਾ ਜੰਗ ਦੇ ਵਿੱਚ ਅੱਧਾ ਦੰਦ ਟੁੱਟ ਜਾਂਦਾ ਹੈ, ਅਤੇ ਇਸਲਾਮ ਦੇ ਵਿੱਚ ਵੀਰ ਉਹ ਕਹਿੰਦੇ ਨੇ ਕਿ ਮੁਹੰਮਦ ਸਾਹਿਬ, ਹਜ਼ਰਤ ਸਾਹਿਬ ਦਾ ਜਿਹੜਾ ਦੰਦ ਸੀ ਉਹ ਸ਼ਹੀਦ ਹੋ ਗਿਆ। ਸ਼ਹੀਦ ਦਾ ਪੈਰਾਮੀਟਰ ਲੈਵਲ ਸਿੱਖ ਧਰਮ ਦੇ ਵਿੱਚ ਜੋ ਅਸਲ ਵਿੱਚ ਇਹ ਸ਼ਬਦ ਹੈ ਅਰਬੀ ਦਾ, ਪਰ ਇਹਨੂੰ ਡਿਫਾਈਨ ਕਰਕੇ ਪ੍ਰੈਕਟੀਕਲ ਰੂਪ ਦੇ ਵਿੱਚ ਸਿੱਖ ਧਰਮ ਨੇ, ਗੁਰੂ ਸਾਹਿਬਾਂ ਨੇ ਲੋਕਾਈ ਦੇ ਸਾਹਮਣੇ ਪ੍ਰਕਾਸ਼ਮਾਨ ਕੀਤਾ। ਉਸ ਤੋਂ ਪਹਿਲਾਂ ਨਹੀਂ ਸੀ। ਮੈਂ ਬੇਨਤੀ ਕਰਦਾ, ਕੁਛ ਧਰਮ ਇਹ ਮੰਨਦੇ ਨੇ ਕਿ ਆਪਣੇ ਅਕੀਦੇ 'ਤੇ ਅੜੇ ਰਹਿਣਾ ਅਤੇ ਆਪਣੀ ਜਾਨ ਵਾਰ ਦੇਣੀ ਉਸਨੂੰ ਸ਼ਹੀਦ ਕਹਿੰਦੇ ਨੇ, ਕੁਛ ਧਰਮ ਇਹ ਵੀ ਕਹਿੰਦੇ ਨੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਇਹ ਸ਼ਬਦ ਜਿਹੜਾ ਹੈ ਇਹ ਦੋ ਵਾਰ ਅੰਕਿਤ ਹੈ। ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਵਿੱਚ ਇਸ ਸ਼ਬਦ ਨੂੰ ਅੰਕਿਤ ਕਰਦੇ ਨੇ। ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਗੁਰੂ ਸਾਹਿਬ ਸ਼ਹੀਦ ਨੂੰ ਕਿੱਥੇ ਰੱਖਦੇ ਨੇ? ਆਪ ਜੀ ਸਿਮਿਟਰੀ ਵਾਚ ਸਕਦੇ ਜੀ, ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸਭ ਤੋਂ ਉੱਪਰ। ਹੁਣ ਇੱਥੇ ਸ਼ਹੀਦ ਦਾ ਅਰਥ ਇਹ ਨਹੀਂ ਹੈ ਕਿ ਜਿਸ ਤਰ੍ਹਾਂ ਕੱਲ੍ਹ ਵੀ ਗੁਰੂ ਸਾਹਿਬ ਜੀ ਨੇ ਵਿਚਾਰ ਸਾਂਝੀ ਕਰਵਾਈ ਸੀ ਕਿ ਖੰਡਾ ਫੜਿਆ ਅਤੇ ਅਸੀਂ ਜਾ ਕੇ ਗੁਆਂਢੀ ਨਹੀਂ ਲੜਨ ਡੈ ਪਏ, ਸਭ ਤੋਂ ਉੱਪਰ। ਦੂਸਰੀ ਵਾਰ ਭਗਤ ਸਾਹਿਬਾਨ ਦੀ ਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਹੈ, ਜਾ ਕੇ ਈਦ ਬੱਕਰੀ ਈਦ ਕੁੱਲ ਗਾਉਰੇ ਵੱਧ ਕਰੇ ਤਾਕੋ ਮਾਨੀਏ ਸ਼ੇਖ ਸ਼ਹੀਦ ਪੀਰਾ। ਇੱਥੇ ਪੀਰ ਦੇ ਨਾਲ ਸਿਮਿਟਰੀ ਦਿੱਤੀ ਗਈ ਹੈ ਸ਼ਹੀਦ ਦੀ। ਸਿੱਖ ਧਰਮ ਦੇ ਵਿੱਚ ਸ਼ਹੀਦ ਦੀ ਜੇ ਡੈਫੀਨੇਸ਼ਨ ਦੇਖਣੀ ਹੋਵੇ, ਡਿਫਾਈਨ ਕਰਨਾ ਹੋਏ ਕਿ ਸ਼ਹੀਦ ਕੌਣ ਹੈ, ਉਹਦੇ ਵਾਸਤੇ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਓਟ ਆਸਰਾ, ਉਸ ਨੂੰ ਹੋਰ ਖੁਲਾਸੇ ਦੇ ਵਿੱਚ ਪੜ੍ਹਨ ਅਤੇ ਸਮਝਣ ਵਾਸਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਬਾਣੀ ਦੇ ਵਿੱਚ ਇਸ ਸ਼ਬਦ ਨੂੰ ਬਾ ਕਮਾਲ ਖੋਲ੍ਹਦੇ ਨੇ। ਉਹ ਆਪਣੀ ਬਾਣੀ 'ਚ ਦੱਸਦੇ ਨੇ, ਕਹਿੰਦੇ ਜਿਹਦੇ 'ਚ ਪੰਜ ਗੁਣ ਤੁਸੀਂ ਦੇਖ ਲਓ, ਜਿਹਦੇ 'ਚ ਪੰਜ ਗੁਣ ਨਸ਼ਰ ਹੋ ਜਾਣ, ਸਾਹਮਣੇ ਆ ਜਾਣ, ਜੇ ਤਾਂ ਉਹ ਪੰਜ ਗੁਣ ਹੈ ਨਾ ਉਹਦੀ ਸ਼ਹਾਦਤ 'ਤੇ ਪਹਿਲਾਂ, ਫਿਰ ਉਹ ਸ਼ਹੀਦ ਹੈ। ਜੇ ਉਹਦੇ ਵਿੱਚ ਉਹ ਗੁਣ ਨਹੀਂ ਹੈ, ਹੋ ਸਕਦਾ ਕੋਈ ਨਸ਼ਾ ਕਰਕੇ ਲੜ ਕੇ ਮਰ ਗਿਆ ਹੋਵੇ,
ਫਿਰ ਉਹ ਸ਼ਹੀਦ ਨਹੀਂ। ਉਹ ਪੰਜਾਂ ਗੁਣਾਂ ਦੀ ਗੱਲ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਸਾਡੇ ਸਾਹਮਣੇ ਪਾਵਨ ਪੰਕਤੀਆਂ ਰੱਖਦਿਆਂ ਹੋਇਆਂ ਸਾਨੂੰ ਸਮਝਾਉਂਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਵਣ। ਇਹ ਦੋ ਪੰਕਤੀਆਂ ਵਿੱਚ ਪੰਜ ਗੁਣ ਦੱਸਦੇ ਨੇ ਸ਼ਹੀਦ ਦੇ ਨੇ, ਫਿਰ ਦੱਸਦੇ ਨੇ ਕਿ ਜੇ ਤਾਂ ਇਹ ਪੰਜ ਗੁਣ ਹੈ ਨਾ ਉਹਦੇ ਜੀਵਨ ਦੇ ਵਿੱਚ ਤਾਂ ਫਿਰ ਉਹ ਸ਼ਹੀਦ ਹੈ। ਸਭ ਤੋਂ ਪਹਿਲਾ ਗੁਣ ਕੀ ਹੈ, ਜਿਸ ਤਰ੍ਹਾਂ ਕੱਲ੍ਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਸੂਰਮੇ ਦੀ ਤਿਆਰੀ ਕਿਸ ਤਰ੍ਹਾਂ ਹੁੰਦੀ ਹੈ ਜਿਹਨੇ ਸ਼ਹੀਦ ਹੋਣਾ, ਉਸੇ ਤਰੀਕੇ ਨਾਲ ਉਸ ਸੂਰਮਤਾਈ ਤੋਂ ਬਾਅਦ ਉਸ ਸ਼ਹੀਦ 'ਚ ਕਿਹੜੇ ਕਿਹੜੇ ਗੁਣ ਉਤਪੰਨ ਹੁੰਦੇ ਨੇ ਜਿਹਨੂੰ ਅਸੀਂ ਸ਼ਹੀਦ ਕਹਿ ਸਕਦੇ ਹਾਂ। ਸਭ ਤੋਂ ਪਹਿਲਾ ਜਿਹੜਾ ਗੁਣ ਸਾਂਝ ਪਾਉਂਦੇ ਨੇ ਭਾਈ ਗੁਰਦਾਸ ਜੀ, ਕਹਿੰਦੇ ਮੁਰਦਾ ਹੋਏ ਮੁਰੀਦ, ਮੁਰੀਦ ਤੋਂ ਪਾਓ ਚੇਲਾ, ਚੇਲੇ ਤੋਂ ਪਾਓ ਸਿੱਖ। ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਵਿੱਚ ਸਭ ਤੋਂ ਪਹਿਲਾ ਗੁਣ ਇਹ ਹੋਣਾ ਚਾਹੀਦਾ ਹੈ ਕਿ ਉਹ ਉਹਦੀ ਕੁਆਲਿਟੀ ਕੀ ਹੋਵੇ, ਉਹਦਾ ਬ੍ਰੈਂਡ ਕੀ ਹੋਵੇ, ਮੁਰਦਾ ਹੋਵੇ ਮੁਰੀਦ, ਕਿ ਉਹ ਮੁਰਦਾ ਹੋਵੇ। ਮੁਰਦੇ ਤੋਂ ਭਾਵ ਇਹ ਹੈ ਕਿ ਉਹਦੇ ਵਿੱਚ ਮੁਰਦਿਆਂ ਵਾਲੇ ਗੁਣ ਹੋਣ। ਬੜੇ ਕਮਾਲ ਦੀ ਗੱਲ ਹੈ, ਮੁਰਦਿਆਂ ਵਾਲੇ ਗੁਣ ਕਿਸ ਤਰ੍ਹਾਂ। ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਜਿਸ ਤਰ੍ਹਾਂ ਇੱਕ ਮੁਰਦਾ ਹੈ ਨਾ, ਉਹਨੂੰ ਤੁਸੀਂ ਬਰਫ਼ ਦੀ ਸਿੱਲੀ 'ਤੇ ਰੱਖ ਦਿਉ, ਉਹ ਆਰਗੂਮੈਂਟ ਨਹੀਂ ਕਰੇਗਾ ਕਿ ਮੈਨੂੰ ਠੰਡ ਲੱਗ ਰਹੀ, ਚੁੱਕ ਲਓ ਇੱਥੋਂ। ਉਸ ਮੁਰਦੇ ਸਰੀਰ ਨੂੰ ਤੁਸੀਂ ਅਗਨ ਦੇ ਉੱਤੇ ਰੱਖ ਦਿਉ, ਉਹ ਤੁਹਾਨੂੰ ਨਹੀਂ ਕਹੇਗਾ ਕਿ ਮੈਨੂੰ ਸੇਕ ਲੱਗ ਰਿਹਾ, ਮੈਨੂੰ ਗਰਮੀ ਲੱਗ ਰਹੀ, ਮੈਨੂੰ ਇਹਦੇ ਤੋਂ ਚੁੱਕ ਲਓ। ਉਹਨੂੰ ਪਾਣੀ ਵਿੱਚ ਸੁੱਟ ਦਿਉ ਤਾਂ ਵੀ ਉਹਨੇ ਅੱਖਾਂ ਮੀਟੀਆਂ ਨੇ, ਉਹਨੂੰ ਧਰਤੀ ਥੱਲੇ ਨੱਪ ਦਿਉ ਤਾਂ ਵੀ ਉਹਨੇ ਅੱਖਾਂ ਮੀਟੀਆਂ ਨੇ। ਗੁਰੂ ਦੇ ਸਿੱਖ ਦੇ ਵਿੱਚ ਪਹਿਲਾ ਗੁਣ ਇਹ ਹੋਵੇ ਕਿ ਉਹਦੀ ਜਿਹੜੀ ਮਨ ਦੀ ਅਵਸਥਾ ਹੈ ਗੁਰੂ ਦੇ ਚਰਨਾਂ ਨਾਲ ਇੰਨੀ ਜੁੜੀ ਹੋਵੇ ਕਿ ਗੁਰੂ ਸਾਹਿਬ ਭਾਵੇਂ ਉਹਨੂੰ ਦੁੱਖ ਵਿੱਚ ਰੱਖਣ ਭਾਵੇਂ ਉਹਨੂੰ ਸੁੱਖ ਦੇ ਵਿੱਚ ਰੱਖਣ, ਕੋਈ ਆਰਗੂਮੈਂਟ ਨਹੀਂ ਹੋਵੇ। ਗੁਰੂ ਦੇ ਹੁਕਮ ਨੂੰ ਉਹ ਸਖ਼ਤ ਕਰਕੇ ਮੰਨਦਾ ਹੋਏਗਾ, ਮੁਰਦਾ ਹੋਏ ਮੁਰੀਦ। ਗੁਰੂ ਜਿਸ ਹਾਲ 'ਚ ਰੱਖੇ, ਜਿਸ ਹਾਲ ਮੈਂ ਰੱਖੇ ਵੋਈ ਹਾਲ ਹੈ ਅੱਛਾ। ਭਾਵੇਂ ਉਹ ਅਨੰਦਪੁਰ ਸਾਹਿਬ ਦੇ ਮਹਿਲਾਂ ਦੇ ਵਿੱਚ ਰੱਖ ਰਿਹਾ ਸਿੱਖ ਨੂੰ, ਅਤੇ ਭਾਵੇਂ ਚਮਕੌਰ ਦੀ ਗੜੀ ਦੇ ਵਿੱਚ ਰੱਖ ਰਿਹਾ ਹੈ, ਅਤੇ ਭਾਵੇਂ ਉਹ ਸਰਹੰਦ ਦੀਆਂ ਨੀਹਾਂ ਵਿੱਚ ਰੱਖ ਰਿਹਾ। ਤੁਸੀਂ ਦੇਖੋ ਕਿ ਇਕਸਾਰਤਾ ਕਿੰਨੀ ਹੈ ਸਿੱਖ ਦੇ। ਸਭ ਤੋਂ ਪਹਿਲਾ ਗੁਣ ਕਿ ਉਹ ਗੁਰੂ ਦੇ ਹੁਕਮ ਨੂੰ ਆਪਣੇ ਸਿਰ ਮੱਥੇ 'ਤੇ ਰੱਖਦਾ। ਜਿਸ ਸਿੱਖ 'ਚ ਇਹ ਪਹਿਲਾ ਗੁਣ ਹੋਵੇ, ਪਹਿਲਾ ਗੁਣ ਇਹ ਹੋਣਾ ਚਾਹੀਦਾ, ਇਹ ਦੇਖਣਾ ਪਏਗਾ। ਇਹ ਨਾ ਹੋਵੇ ਕਿ ਸਾਰੀ ਉਮਰ ਗੁਰੂ ਘਰ ਹੀ ਨਹੀਂ ਗਿਆ ਅਤੇ ਜਦੋਂ ਕੋਈ ਵਰਤਾਰਾ ਵਾਪਰਿਆ ਅਤੇ ਉੱਥੇ ਹੱਲਾ ਕਰਦੇ ਆ, ਗੋਲੀ ਵੱਜ ਜਾਵੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ। ਦੂਸਰਾ ਗੁਣ ਸਾਬਰ, ਭਾਵ ਇੰਨੀ ਸੰਤੋਖੀ ਬਿਰਤੀ ਹੋਵੇ ਉਹਦੀ, ਇੰਨਾ ਸਬਰ ਹੋਵੇ ਉਹਦੇ ਵਿੱਚ, ਇੰਨਾ ਵਿਸ਼ਵਾਸ ਹੋਵੇ ਉਹਨੂੰ ਗੁਰੂ 'ਤੇ, ਜੋ ਗੁਰ ਕਹੇ ਸੋਈ ਪਲ ਮੰਨ। ਜੇ ਗੁਰੂ ਨੇ ਕਹਿ ਦਿੱਤਾ ਕਿ 10 ਲੱਖ ਸਾਹਮਣੇ ਅੜਨਾ, ਮਤਲਬ ਅੜਨਾ। ਦੂਸਰਾ ਗੁਣ ਸਾਬਰ, ਤੀਸਰਾ ਗੁਣ ਸਿਦਕ, ਅਤੇ ਸਿਦਕ ਦਾ ਇੰਨਾ ਪੱਕਾ ਹੋਵੇ। ਅਸੀਂ 2 ਦਿਨ ਜਾਂ 3 ਦਿਨ ਟੂਰ 'ਤੇ ਬਾਹਰ ਚਲੇ ਜਾਈਏ, ਹਜੇ ਵੀਡੀਓ ਕਾਲਿੰਗ ਹੈਗੀ ਸਾਡੇ ਕੋਲ, ਸਾਡਾ ਦਿਲ ਨਹੀਂ ਲੱਗਦਾ ਕਿਉਂਕਿ ਬੱਚੇ ਘਰੇ ਨੇ, ਪਰਿਵਾਰ ਘਰੇ ਨੇ, ਅਤੇ ਗੁਰੂ ਕੇ ਸਿੱਖ ਜਿਹੜੇ ਨੇ ਉਹਨਾਂ ਨੂੰ ਪਤਾ ਅਨੰਦਪੁਰ ਸਾਹਿਬ ਛੱਡਿਆ, ਵਾਪਸ ਨਹੀਂ ਆਉਣਾ, ਚਮਕੌਰ ਦੀ ਗੜੀ 'ਤੇ ਖਲੋਤੇ ਹੈ, ਦੁਬਾਰਾ ਆਪਣੇ ਘਰਾਂ ਨੂੰ, ਆਪਣੇ ਬੱਚਿਆਂ ਨੂੰ ਨਹੀਂ ਮਿਲਣਾ। ਇੰਨਾ ਵੱਡਾ ਸਿਦਕ ਹੈ। ਤੀਸਰਾ ਗੁਣ ਉਹਦੇ ਵਿੱਚ ਸਿਦਕ ਹੁੰਦਾ, ਜਿਹੜਾ ਸ਼ਹੀਦ ਹੁੰਦਾ, ਗੁਰੂ ਦੇ ਹੁਕਮਾਂ 'ਤੇ ਚੱਲਦਾ, ਗੁਰੂ ਦੇ ਸਿਦਕ ਵਾਲਾ ਹੁੰਦਾ, ਸੰਤੋਖ ਵਾਲਾ ਹੁੰਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ। ਹੁਣ ਸੈਂਟਰ 'ਚ ਸ਼ਬਦ ਰੱਖਿਆ, ਉਹ ਸ਼ਬਦ ਹੈ ਸ਼ਹੀਦ।
उस तो बाद दो गुण फिर अंकित किए ने, साबर सिद्धक शहीद, चौथा गुण है भरम, पंजवा गुण है भाव खो होना। जिस मनुख ने शहादत का जाम पीना है उहदे विच इह जिंदगी दे विच पहला तीन गुण होने बहुत लाजमी ने, ते जदों उहने शहादत का जाम पीना है उस वेले जदों उह जूझ रहा है दुश्मन के सामने खलोता है उदों उहदे विच दो गुण होर देखने है किहड़े, किते उह भरम दे विच ते नहीं, उह भरम च नहीं हुंदा, उहनूं किसे गल दा भरम नहीं क्योंकि गुरु साहिब ने हुक्म कीता है ते मैं करना है, गुरु साहिब जी का हुक्म है, वह भरम च नहीं है। तो भाव वो डर विच भी नहीं, डर च शहादत नहीं दे रहे हो, भरम तो बाहर है, डर तो बाहर है। गुरु के हुक्मां दे उत्ते चलदिआं जिहड़ा आपा वारदा है इन्हां गुणां दा धार नहीं हुंदा है। भाई गुरदास जी कहिंदे ने कि वो शहीद हुंदा है। ये शहीद की डेफिनेशन सिख धर्म दे विच है। इस पावन पंक्तियां नूं आप जी जदों भी सरवण करो ये गुण तुहाडे सामने आउणगे। मुरदा होए मुरीद ना गली होणा, सावर सिद्धक शहीद, भरम भाव खोणा। ते गुरु के प्यार वाले सिख नूं हर चीज अपने गुरु तो मिले, कोई शक नहीं, हर चीज, हर चीज गुरु साहिब जी ने पहला प्रैक्टिकल तौर दे रूप च आप कीती फिर सिखां दी झोली च पाई। आप जी ख्याल करियो, गुरु पातशाह जी 20 रुपईयां दा सच्चा सौदा करदे ने लोड़वंद ते जरूरतमंद लोकां नूं। ये गल याद रखनी हमेशा, साडे प्रचारक नहीं जे कहिंदे लंगर जरूर लाउणे ने पर लाउणे कित्थे ने, लोड़वंद ते जरूरतमंद। ये नहीं कि 550 साल ते 550 किस्म दे लंगर बना दिए, मुबारक है, बहुत मुबारक है, पर उत्थे भी लाइए जिथे लोड़ ते जरूरत है। तुहाडे वर्गे सिख कर रहे ने अज सेवा जा जा के। खैर, गुरु साहिब जी ने लंगर की प्रथा पहला आप आरंभ की, सिखां दी झोली च पाती, पंगत की मर्यादा आप आरंभ की, सिखां दी झोली विच पा दित्ती, वंड के शखम की मर्यादा आप आरंभ की, सिखां दी झोली च पा दित्ती, बाणी पहला आप पढ़ी सिखां दी झोली च पा दित्ती, कीर्तन पहला आप किया सिखां दी झोली च पा दित्ता, आसा जी की वार पहला आप की सिखां दी झोली विच पा दित्ती, राग पहला आप गायन किए सिखां दी झोली विच पा दित्ती, शहीदी पहला आप दित्ती फिर सिखां दी झोली च, पंचम पातशाह पहला आप प्रैक्टिकल किया। टूक मात्र मैं अपने विषय तो बाहर जाना चाहना, आप जी ख्याल करे जो भी पंचम पातशाह धन धन साहिब श्री गुरु अर्जन देव जी महाराज जी के शहीदी दिहाड़े आते हैं, जिन्हें भी पोस्टर होंगे ना उन्होंने एक पावन पंक्ति लिखी होंगी है कि शहीदां दे सरताज धन धन साहिब श्री गुरु अर्जन देव जी महाराज। आप जी परदेसां च रहिंदे, जे बाई चांस आप जी का कोई दोस्त फ्रेंड इस गल नूं पुछ ले जां होर कोई पुछ ले कि शहीद ते शहीद हुंदा, शहीद दे विच इक जान है वह अर्पित कर दिंदा है, सही शहीद फिर वड्डा छोटा किदां? पंचम पातशाह उन्होंने भी शहादत दित्ती है, कोई दूसरा धर्म का उन्हें भी शहादत दित्ती है, वह सिरताज किदां बन गए, वह राजे किदां बन गए? शहीद तो सेम है सारे, उन्हां को भी अपना एक मनुखा जन्म से वारिया, उन्होंने भी वारिया। उहदा कारण यह सी कि जदों असीं इतिहास पढ़ते हैं ना गुरु के प्यार वाले, पंचम पातशाह धन धन साहिब श्री गुरु अर्जन देव जी तो पहला जिन्हें भी धर्मां दे विच शहीद होए ने ते गुरु साहिब जी की शहादत एक वक्री वन, वह की सी? गुरु साहिब तो पहला जिन्हें भी शहीद होए उन्हां दे इस पंज गुणां नूं टटोलिया नहीं सी, उन्हां नूं सीधा शहीद कर दिता गया सी, उन्हां दे सामने
एक तफ्तीश नहीं सी पेश की गई। ये जेडे पांच गुण सी ना, मुरदा होए मुरीद, नकली होना, साबर सिदक ते भरम पावा, ये पंचम पातशाह नूं तत्ती तवी ते बिठा के उन्हां नूं कहा जांदा सी तुसीं सलाम कबूल कर लो तुहाडी जान छड्ड दित्ती। संतोख परख्या गया सी, साईं मियां मीर जी कहिंदे कहिंदे लाहौर दी इट ना इट खड़का देना, गुरु साहिब कहिंदे नहीं, ये तवी भी मिठी लगती है ते सिदक किन्ना, देगे च बह के भी सिदक है, भरम नहीं है, डर नहीं है, ये सारे गुण उन्होंने वार वार चैक किए गुरु साहब जी विच, अपनी जान नू बचा सकते सी। पंचम पातशाह तो लैके पिछों जिन्ने भी सिंह ने, ईवन कि छोटे साहबजादियां दे सामने भी ये गल्लां रखियां सी, तुहानू हूरां दे दांगे, राजमहल दे दांगे, भरम ते पाओ सबर परखिया गया सी, पहलां किसे शहीद दा नहीं चेता रखिया गया। इस सारे पंजां गुणां तों जदों वह उपर जित गए ने, फिर उन्होंने शहादत का जाम जो उन्होंने पीता, इस करके पंचम पातशाह जी नूं शहीदां दे सरताज आख्या जांदा। नहीं तो कई जाने तो शहादत दे वेले भी डोल गए सी, कहिंदे रब्बा कि ये जहर का प्याला मैनू पीना पवेगा, इस करके लखण। उस तो बाद नौवें पातशाह गुरु महाराज जी की शहादत हुई। आप जी ख्याल करो, पंचम पातशाह जी तो बाद तीन सिंह, तीन सिख पहले शहीद किए जाते हैं, नौवें पातशाह बाद शहीद किए जाते हैं, ख्याल करो। एक विद्वान ने बहुत सोहना भावना ना लिखा है, वो कहते जो क्लास के विच टीचर किसी टैसट को समझा है तो बच्चे उन्हें वो टैसट या क्वेश्चन पाना होंगे पेपर के, पहला वो बच्चों के सामने उस क्वेश्चन उस सम आप हल करता कि बच्चे इदा हल करना जो पंचम पातशाह ने हल किया शहीदी का सम। फिर बाद जो वो टैसट पाँदा है फिर बच्चे कहता पुत हूँ तुम हल करो। फिर चांदनी चौंक से तीन बच्चे गुरु साहब के सन्मुख हल करते हैं उस सवाल को, हल करन तो बाद वो टीचर मार्क्स दिंदा है, जिहड़ी थोड़ी बहुती लां दलां कौमा दी या पॉइंट दी रहिंदी है दुरुस्त करन वास्ते, फिर उन्हें दुरुस्त करदे दसदा पुत इदां नहीं आई नूं इदां करीदा, जिहड़ा नौवें पातशाह ने फिर बाद चों करके दस्सिया। तीन सिंह सिख शहीद हुंदे ने। अंग्रेजी विद्वान मैकलेव आप जी पढ़ते होवोगे, उन्हें लिखे कहिंदा मैं दुनिया का इतिहास पढ़िया ते लिखिया पर तेग बहादुर साहब जी महाराज वर्गी शहादत जेड़ी है कहिंदा दुनिया ते किते भी नहीं। दो गल्लां घट तो घट कहिंदा दो गल्लां इन्नियां विलक्षण ने उन्हां दी शहादत दे विच, दुनिया दे कुल आलम दे विच भावें 4200-4300 धर्म होए हो, लखां लोकां शहीद होए होण, ਉਹ ਦੋ ਗੱਲਾਂ ਕਿਸੇ 'ਚ ਵੀ ਨਹੀਂ ਹੈ, ਨਾ ਪਿੱਛੇ ਕਿਸੇ 'ਚ ਹੋਈਆਂ ਨਾ ਅੱਗੇ ਹੋਣਗੀਆਂ। ਉਹ ਦੋ ਗੱਲਾਂ ਕਿਹੜੀਆਂ ਨੇ? ਕਹਿੰਦੇ ਸਭ ਤੋਂ ਪਹਿਲਾਂ ਸ਼ਹਾਦਤ ਉਹਨਾਂ ਲੋਕਾਂ ਵਾਸਤੇ ਦੇ ਰਹੇ ਨੇ, ਉਹਨਾਂ ਚਿੰਨ੍ਹਾਂ ਵਾਸਤੇ ਦੇ ਰਹੇ ਨੇ, ਉਸ ਧਰਮ ਵਾਸਤੇ ਦੇ ਰਹੇ ਨੇ ਜਿਹਨੂੰ ਉਹ ਨਹੀਂ ਮੰਨਦੇ। ਅੱਜ ਅਸੀਂ ਨੈਤਿਕ ਹੱਕਾਂ ਦੀ ਗੱਲ ਕਰਦੇ, ਇਹਨਾਂ ਦੇਸ਼ਾਂ 'ਚ ਬੜੀ ਗੱਲ ਚੱਲਦੀ ਹੈ ਸਮਾਜਿਕ ਹੱਕਾਂ ਦੀ, ਕਹਿੰਦੇ ਬੜੀ ਵਿਲੱਖਣ ਗੱਲ ਹੈ। ਦੂਸਰੀ ਗੱਲ ਕਹਿੰਦੇ ਕਹਿੰਦੇ ਜਦੋਂ ਉਹਨਾਂ ਦਾ ਸਾਕਾ ਵਾਪਰਦਾ, ਇੱਥੇ ਮੈਂ ਇੱਕ ਗੱਲ ਸਾਂਝੀ ਕਰਦਾ ਚੱਲਾਂ, ਜਦੋਂ ਅਸੀਂ ਸਾਕਾ ਸ਼ਬਦ ਲੈਂਦੇ ਹਾਂ ਨਾ, ਸਾਕਾ ਸ਼ਬਦ ਸਿੱਖ ਇਤਿਹਾਸ 'ਚ ਸਭ ਤੋਂ ਪਹਿਲਾਂ ਇਹ ਸ਼ਬਦ ਜਿਹੜਾ ਦਸਮ ਪਾਤਸ਼ਾਹ ਜੀ ਨੇ ਅੰਕਿਤ ਕੀਤਾ, ਇਹਦੇ ਅਰਥ ਕੀ? ਸਾਕਾ ਕਿਹਨੂੰ ਕਹਿੰਦੇ ਹਾਂ? ਇਸ ਤਰ੍ਹਾਂ ਅਸੀਂ ਸੂਰਮਾ ਕਿਹਨੂੰ ਕਹਿ ਸਕਦੇ ਹਾਂ, ਸ਼ਹੀਦ ਕਿਹਨੂੰ ਕਹਿ ਸਕਦੇ, ਸਾਕਾ ਕਿਹਨੂੰ ਕਹਿਣਾ? ਮੈਂ ਇੱਕ ਮਿੰਟ ਇਹਦੇ 'ਚ ਹੀ ਆਪ ਜੀ ਦਾ ਧਿਆਨ ਇਸ ਪਾਸੇ ਕੇਂਦਰਿਤ ਕਰਾਂ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਇਹ ਪੰਕਤੀ ਅਸੀਂ ਪੜ੍ਹਦੇ ਹਾਂ ਤੇ ਹੈ ਮਕੈਲੇ ਵੀ ਕਹਿਣ ਡਿਆ। ਕਹਿੰਦੇ ਇਸ ਪਾਵਨ ਪੰਕਤੀਆਂ ਨੂੰ ਉਜਾਗਰ ਕਰਨ ਵਾਸਤੇ ਇਸ ਕਲਯੁੱਗ ਵਿੱਚ ਬੜਾ ਵੱਡਾ ਕੀ ਵਰਤਾਇਆ ਉਹਨਾਂ ਨੇ? ਸਾਕਾ। ਜਾਂ ਬਾਅਦ 'ਚ ਹੋਰ ਪੰਕਤੀਆਂ 'ਚ ਵੀ, ਪਾਵਨ ਪੰਕਤੀਆਂ 'ਚ ਸਾਕਾ ਸ਼ਬਦ ਗੁਰੂ ਸਾਹਿਬ ਵਰਤਦੇ ਨੇ, ਧਰਮ ਹੇਤ ਸਾਕਾ ਜਿਨ ਕੀਆ। ਸਾਕੇ ਦੇ ਅਰਥ ਕੀ ਨੇ ਪਿਆਰਿਓ?
साका ओ घटना होंदी है जिथे चार चीजा आण के कठियां होण, जिथे चार चीजा एक थां आण के कठियां होण, उस वर्तारे नूं उस घटना नूं साका कहा जांदा। वो चार चीजा कहड़ियां होंदियां ने? पहली चीज होंदी है कतल, दूजी होंदी है कातल, तीजी होंदी है मकतल, च चौथी होंदी है मखतूल। सारे फारसी लफ्ज ने। कतल, कातल, मखतल ते मखतूल, ये जो एक थां ते कठिया होए फिर जिहड़ी घटना वापरदी है उन्नू असी साका कहने। कतल दे अर्थ ने जिस दा कतल करना होए, कातल दे अर्थ ने जिस ने कतल करना होए, कतल कातल। मखतल दे अर्थ ने जिस जगह ते कतल करना होए, ते मखतूल दे अर्थ ने जिस जरिए दे नाल, कि बंद बंद कट के करना है, आरे दे नाल करना है, खोपड़ लाउणा है, सीस जिबा करनी है, जिस तरीके दे नाल। ਇਹ ਜਦੋਂ ਚਾਰ ਚੀਜ਼ਾਂ ਇਕੱਠੀਆਂ ਹੁੰਦੀਆਂ ਨੂੰ ਅਸੀਂ ਸਾਕਾ ਕਹਿੰਦੇ ਹਾਂ। ਇਸ ਕਰਕੇ ਦਸਮ ਪਾਤਸ਼ਾਹ ਗੁਰੂ ਮਹਾਰਾਜ ਜੀ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਾਕੇ ਦੇ ਰੂਪ 'ਚ ਲੈਂਦੇ ਨੇ। ਮਕੈਲਿਫ ਕਹਿੰਦਾ ਹੈ, ਕਹਿੰਦਾ ਦੁਨੀਆਂ ਦਾ ਕੋਈ ਇਤਿਹਾਸ ਨਹੀਂ ਅੱਜ ਤੱਕ ਜਿੱਥੇ ਸਾਕਾ ਵਰਤਿਆ ਗਿਆ ਹੋਵੇ ਉੱਥੇ ਦੇਖਣ 'ਚ ਆਇਆ ਕਿ ਪੁਲਿਸ ਆਪ ਉਹਨੂੰ ਫੜ ਕੇ ਲੈ ਕੇ ਜਾ ਰਹੀ। ਕਿਹਨੂੰ? ਕਤਲ ਕਰਨ ਵਾਲੇ ਨੂੰ, ਕਾਤਲ ਫੜ ਕੇ ਲੈ ਕੇ ਜਾ ਰਿਹਾ ਕਿ ਚੱਲ ਜੇਲ੍ਹ 'ਚ, ਚੱਲ ਤੈਨੂੰ ਇਹ ਸਜ਼ਾ ਮਿਲਣੀ ਹੈ ਰਾਜਪਾਲ 'ਚ। ਦੁਨੀਆਂ ਦੇ ਇਤਿਹਾਸ ਦੇ ਵਿੱਚ ਕੇਵਲ ਅਤੇ ਕੇਵਲ ਗੁਰੂ ਤੇਗ ਬਹਾਦਰ ਜੀ ਦਾ ਸਾਕਾ ਹੈ ਜਿਹਦੇ 'ਚ ਅਸੀਂ ਦੇਖਦੇ ਹਾਂ ਕਤਲ ਹੋਣ ਵਾਲਾ ਕਤਲ ਕਰਨ ਵਾਲੇ ਕੋਲ ਖੁਦ ਚੱਲ ਕੇ ਜਾ ਰਿਹਾ ਹੈ, ਕਤਲ ਹੋਣ ਵਾਲਾ ਖੁਦ ਮਖਤਲ ਵਿੱਚ ਜਾ ਰਿਹਾ ਹੈ, ਕਤਲ ਹੋਣ ਵਾਲਾ ਖੁਦ ਮਖਤੂਲ ਕੋਲ ਜਾ ਰਿਹਾ। ਕਹਿੰਦਾ ਪਹਿਲਾ ਹੀ ਸਾਕਾ ਹੈ, ਹੋਰ ਕੋਈ ਸਾਕਾ ਨਹੀਂ। ਇਹ ਚਾਰ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਸਾਕਾ ਵਾਪਰਦਾ ਹੈ। ਇੱਕ ਉਰਦੂ ਦਾ ਸ਼ਾਇਰ ਹੈ, ਉਹਨੇ ਬੜੇ ਕਮਾਲ ਦੀ ਗੱਲ ਲਿਖੀ ਹੈ, ਫੇਸ ਨਾਲ ਪੜ੍ਹ ਸਕਦੇ ਹੋ ਤੁਸੀਂ। ਉਹ ਲਿਖਦਾ ਹੈ, ਇਹ ਜ਼ਾਨ ਤੋਂ ਆਨੀ ਜਾਨੀ ਹੈ, ਸ਼ਹੀਦਾਂ ਦੇ ਬਾਬਤ ਉਹ ਆਪਣੇ ਫੁੱਲ ਭੇਟ ਕਰਦਾ ਹੈ। ਇਹ ਜ਼ਾਨ ਤੋਂ ਆਨੀ ਜਾਨੀ ਹੈ, ਇਸ ਜਾਨ ਕੀ ਕੋਈ ਬਾਤ ਨਹੀਂ, ਜੋ ਉਪਜਿਓ ਸੋ ਬਿਨਸੈ, ਜਿਹੜਾ ਜੰਮਿਆ ਉਹਨੇ ਮਰਨਾ ਹੈ। ਕਹਿੰਦੇ ਇਹ ਜਾਨ ਆਈ ਹੈ, ਇਹਨੇ ਜਾਣਾ ਨਹੀਂ ਹੈ। ਇਹ ਜਾਨ ਤੋਂ ਆਨੀ ਜਾਨੀ ਹੈ, ਇਸ ਜਾਨ ਕੀ ਕੋਈ ਬਾਤ ਨਹੀਂ। ਕਹਿੰਦੇ ਕੋਈ ਗੱਲ ਨਹੀਂ, ਹੋ ਸਕਦਾ ਕੋਈ ਹਾਰਟ ਅਟੈਕ ਨਾ ਮਰੇ, ਹੋ ਸਕਦਾ ਕੋਈ ਐਕਸੀਡੈਂਟ ਨਾ ਮਰੇ, ਹੋ ਸਕਦਾ ਕਿਸੇ ਦੀ ਨੈਚੁਰਲ ਡੈਥ ਹੋਵੇ, ਇਹ ਜਾਣੀ ਜਾਣੀ ਹੈ, ਇਹਨੂੰ ਰੋਕ ਨਹੀਂ ਸਕਦੇ। ਕਹਿੰਦੇ ਪਰ ਵੱਡੀ ਗੱਲ ਕੀ ਹੈ, ਯੇ ਜਾਨ ਤੋਂ ਆਨੀ ਜਾਨੀ ਹੈ, ਇਸ ਜਾਨ ਕੀ ਕੋਈ ਬਾਤ ਨਹੀਂ। ਕਹਿੰਦਾ ਪਰ ਜਿਸ ਧਜ ਸੇ ਕੋਈ ਮਖਤਲ ਮੇ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ, ਜਿਸ ਸਟੌਰ ਦੇ ਨਾਲ ਕੋਈ ਸ਼ਹੀਦੀਆਂ ਪਾਉਣ ਗਿਆ ਮਖਤਲ ਦੇ ਵਿੱਚ, ਉਸ ਅਸਥਾਨ ਦੇ ਕਿੱਦਾਂ ਗਿਆ? ਲੜਕੜੀਆਂ ਕੱਢਦਿਆਂ ਤਾਂ ਨਹੀਂ ਗਿਆ ਕਿਤੇ, ਤਰਲੇ ਮਾਰਦਿਆਂ ਤਾਂ ਨਹੀਂ ਗਿਆ ਕੋਈ? ਕਹਿੰਦੇ ਲੁਕਾਈ ਇਤਿਹਾਸ ਯਾਦ ਕਰਦੀ ਕਿ ਉਹ ਕਿੱਦਾਂ ਗਿਆ ਸੀ ਸ਼ਹਾਦਤ ਪਾਉਣ, ਕਿੱਦਾਂ ਗਿਆ ਸੀ ਛੋਟੇ ਸਾਹਿਬਜ਼ਾਦੇ, ਛੋਟੀ ਬਾਰੀ ਸੀ ਨਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਅੱਗੇ ਕਰਦਾ ਜੀ, 7 ਸਾਲ ਇਹਨੂੰ ਕੀ ਪਤਾ, ਆਪੇ ਸੀਸ ਝੁੱਕ ਜੂਗਾ। ਖੈਰ ਉਹ ਵਿਚਾਰ ਫਿਰ ਅੱਗੇ ਕਰਾਂਗੇ ਆਪਾਂ। ਜਿਸ ਧਜ ਸੇ ਕੋਈ ਮਖਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ, ਉਸ ਸ਼ਾਨ ਨੂੰ ਹੀ ਨਮਸਕਾਰ ਕਰਨ ਲੱਗਿਆ ਸੀ ਇੱਥੇ ਬੈਠੇ। ਜਿਸ ਧਜ ਸੇ, ਕਹਿੰਦੇ ਇਸ ਤਰੀਕੇ ਨਾਲ ਨੌਵੇਂ ਪਾਤਸ਼ਾਹ ਗਏ। ਖੈਰ, ਸੋ ਇਹ 5 ਗੁਣ ਹੁੰਦੇ ਨੇ ਸ਼ਹੀਦ ਦੇ ਵਿੱਚ। ਇਹ 5 ਗੁਣ ਉਹਨਾਂ ਸੂਰਮਿਆਂ 'ਚ ਹੀ ਹੁੰਦੇ ਨੇ ਜਿਹੜੇ ਗੁਰੂ ਘਰ ਦੇ ਵਿੱਚ ਆਣ ਕੇ ਗੁਰੂ ਦਾ ਹੁਕਮ ਮੰਨਦੇ ਨੇ, ਸ਼ਬਦ ਦੀ ਆਰਾਧਨਾ ਕਰਦੇ ਨੇ, ਗੁਰੂ ਦੀ ਮਰਿਆਦਾ ਦੇ ਵਿੱਚ ਰਹਿੰਦੇ ਨੇ, ਫਿਰ ਉਹ ਜੂਝਦੇ ਨੇ। ਸੋ ਇਹਨਾਂ ਸ਼ਹਾਦਤਾਂ ਵਾਲੇ ਅੱਜ ਦਿਨ ਨੂੰ ਅਸੀਂ ਯਾਦ ਕਰਦੇ ਹਾਂ। ਉਹੀ ਸਮਾਂ ਹੈ, ਅਨੰਦਪੁਰ ਸਾਹਿਬ ਦੇ ਵਿੱਚ ਬੜੇ ਵਰਤਾਰੇ ਵਾਪਰਦੇ ਨੇ ਗੁਰੂ ਸਾਹਿਬ ਜੀ, ਤਕਰੀਬਨ ਕਈ ਇਤਿਹਾਸਕਾਰ 14 ਜੰਗਾਂ, ਕਈ 15 ਵੀ ਲਿਖਦੇ ਨੇ, ਪਰ ਜ਼ਰੂਰੀ ਨਹੀਂ ਕਿ 14-15 ਹੀ ਹੋਣ, ਵੱਧ ਵੀ ਹੋ ਸਕਦੀਆਂ, ਖੋਜ ਅਜੇ 14-15 ਦੀ ਹੋਈ ਹੈ। ਹੁਣ ਇਹ ਜਿਹੜੀਆਂ ਜੰਗਾਂ ਨੇ ਨਾ, ਸੰਨ 1700 ਤੋਂ ਆਰੰਭ ਹੋ ਜਾਂਦੀਆਂ ਨੇ, 4 ਸਾਲ ਤਕਰੀਬਨ ਜੰਗਾਂ ਹੀ ਹੋਈਆਂ ਨੇ ਅਨੰਦਪੁਰ ਸਾਹਿਬ ਦੇ ਵਿੱਚ। ਇਹਨਾਂ ਜੰਗਾਂ ਦੇ ਵਿੱਚ ਆਪ ਜੀ ਇਤਿਹਾਸ ਤੋਂ ਜਾਣੂ ਜੇ
ਬੜੇ ਵਰਤਾਰੇ ਵਾਪਰਦੇ ਨੇ। ਇਹਨਾਂ ਜੰਗਾਂ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਹੁਣੀ ਨਾਗਨੀ ਦੇ ਨਾਲ ਹਾਥੀ ਦਾ ਵੀ ਸਾਹਮਣਾ ਕਰਦੇ ਨੇ। ਇਹਨਾਂ ਜੰਗਾਂ ਦੇ ਵਿੱਚ ਇੱਕ ਘਟਨਾ ਇਹ ਵੀ ਵਾਪਰਦੀ ਹੈ, ਮੈਂ ਕਰਦਾ ਚੱਲਾਂ, ਬਹੁਤ ਘੱਟ ਸਟੇਜ ਤੋਂ ਬੋਲੀ ਜਾਂਦੀ ਹੈ ਪਰ ਮੇਰਾ ਫਰਜ਼ ਹੈ। ਆਪ ਜੀ ਨੇ ਦੁਨੀ ਚੰਦ ਜੀ ਦਾ ਨਾਂ ਸੁਣਿਆ ਹੋਏਗਾ ਜਿਹੜਾ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਭੱਜ ਗਿਆ ਸੀ। ਜਦੋਂ ਘਰ ਜਾਂਦਾ ਉਹਦੀ ਲੱਤ ਟੁੱਟੀ ਹੁੰਦੀ ਹੈ, ਉਹਦੇ ਨਾਲ ਹੀ ਉਹਦੀ ਮੌਤ ਹੁੰਦੀ ਹੈ ਮੰਜੀ 'ਤੇ, ਇਹ ਅਸੀਂ ਸਾਰਿਆਂ ਨੂੰ ਪਤਾ। ਪਰ ਉਹਦੇ ਦੋ ਪੋਤੇ ਸੀ, ਇੱਕ ਦਾ ਨਾਂ ਸੀ ਸਰੂਪ ਸਿੰਘ ਜੀ ਅਤੇ ਇੱਕ ਦਾ ਨਾਂ ਸੀ ਅਨੂਪ ਸਿੰਘ ਜੀ। ਜਦੋਂ ਦਾਦਾ ਘਰ ਆ ਗਿਆ ਉਹਨਾਂ ਨੇ ਕਿਹਾ ਦਾਦਾ ਜੀ ਤੁਸੀਂ ਗਲਤ ਕਰਤਾ, ਸਾਡੀ ਸਿੱਖੀ ਦੇ ਮੱਥੇ ਦੇ ਉੱਤੇ ਤੁਸੀਂ ਦਾਗ ਲਾ ਦਿੱਤਾ, ਇਹ ਦਾਗ ਇੱਦਾਂ ਨਹੀਂ ਧੋਤਿਆ ਜਾਣਾ। ਜਦੋਂ ਚੜ੍ਹਾਈ ਕਰ ਦਿੰਦਾ, ਇਹ ਦੋਨੋਂ ਭਰਾ ਜਿਹੜੇ ਨੇ ਅਨੰਦਪੁਰ ਸਾਹਿਬ ਪਹੁੰਚਦੇ ਨੇ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਸਾਹਿਬ ਜੀ ਕੋਲ ਮਾਫ਼ੀ ਮੰਗਦੇ ਨੇ ਆਪਣੇ ਦਾਦੇ ਦੀ ਗਲਤੀ ਦੀ। ਉੱਥੇ ਅਨੰਦਪੁਰ ਸਾਹਿਬ ਦੀਆਂ ਜੰਗਾਂ ਦੇ ਵਿੱਚ ਦੋਨੋਂ ਭਰਾ ਸ਼ਹੀਦ ਹੁੰਦੇ ਨੇ, ਆਪਣੀ ਸ਼ਹਾਦਤ ਦੀ ਲਹੂ ਦੇ ਨਾਲ ਆਪਣੇ ਦਾਦੇ ਦਾ ਦਾਗ ਧੋਂਦੇ ਨੇ। ਇਸ ਤਰ੍ਹਾਂ ਦੇ ਵਰਤਾਰੇ ਹੁੰਦੇ ਨੇ। ਇਹਨਾਂ ਜੰਗਾਂ ਦੇ ਵਿੱਚ ਭਾਈ ਮੱਖਣ ਸ਼ਾਹ ਲੁਬਾਣਾ ਜੀ ਦੇ ਵੀ ਦੋ ਬੇਟੇ ਸ਼ਹੀਦ ਹੁੰਦੇ ਨੇ, ਸਮਾਂ ਰਿਹਾ ਫਿਰ ਵਿਚਾਰ ਕਰਾਂਗੇ। ਸੋ ਬੜੇ ਵਰਤਾਰੇ ਵਾਪਰਦੇ ਨੇ ਇਹਨਾਂ ਜੰਗਾਂ ਦੇ ਵਿੱਚ। ਇੱਕ ਬਹੁਤ ਹੋਰ ਅਹਿਮ ਘਟਨਾ ਵਾਪਰਦੀ ਹੈ, ਆਪ ਜੀ ਨੇ ਸੁਣਿਆ ਹੋਏਗਾ ਕਿ ਗੁਰੂ ਸਾਹਿਬ ਜੀ ਨੂੰ ਕਿਲ੍ਹੇ ਤੋਂ ਬਾਹਰ ਕੱਢਣ ਵਾਸਤੇ ਹਰ ਹੀਲਾ ਵਰਤਿਆ ਜਾਂਦਾ। ਸਿੱਖ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ, ਗੁਰੂ ਸਾਹਿਬ ਜੀ ਕਿਰਪਾ ਕਰੋ, ਇਹ ਕਹਿ ਰਹੇ ਤੇ ਆਪਾਂ ਇਹਨਾਂ 'ਤੇ ਅਮਲ ਕਰ ਲਈਏ ਤੇ ਕਿਲ੍ਹਾ ਛੱਡ ਜਾਈਏ। ਬੜੇ ਮਹੀਨੇ ਹੋ ਗਏ ਨੇ ਰਸਤ ਪਾਣੀ ਮੁੱਕ ਗਿਆ। ਗੁਰੂ ਸਾਹਿਬ ਜੀ ਹੁਕਮ ਕਰਦੇ ਨੇ ਕਿ ਜਿਹੜੇ ਆਪਣੇ ਕੋਲ ਗੱਡੇ ਨੇ ਇਕੱਠੇ ਕਰੋ, ਇਹਨਾਂ ਗੱਡਿਆਂ ਦੇ ਉੱਤੇ ਜਿਹੜੀ ਵੇਸਟੇਜ ਅੰਦਰ ਪਈ ਹੈ ਕਿਲ੍ਹੇ ਦੇ, ਕੂੜਾ ਜਾਂ ਪਾਟੇ ਕੱਪੜੇ ਇਸ ਤਰ੍ਹਾਂ ਦੀਆਂ ਜਿੰਨੀਆਂ ਚੀਜ਼ਾਂ ਗੱਡੇ 'ਤੇ ਲੱਦ ਦਿਉ, ਅਤੇ ਇਹਦੇ ਉੱਤੇ ਜਿਹੜਾ ਨਾ ਸੋਹਣੇ ਵਸਤਰਾਂ ਦੇ ਨਾਲ, ਚਾਦਰਾਂ ਦੇ ਨਾਲ, ਸੁਨੀਲ ਦੀਆਂ ਚਾਦਰਾਂ ਦੇ ਨਾਲ ਇਹਨੂੰ ਢੱਕ ਦਿਉ। ਸੁਣੀ ਹੋਈ ਆਪ ਜੀ ਨੇ ਘਟਨਾ ਸਾਖੀ, ਸਿੱਖ ਉਸ ਤਰ੍ਹਾਂ ਹੀ ਕਰਦੇ ਨੇ। ਜਥੇ ਦੇ ਰੂਪ ਦੇ ਵਿੱਚ ਸਿੰਘ ਜਿਹੜੇ ਨੇ ਇਹਨਾਂ ਗੱਡਿਆਂ ਨੂੰ ਬਾਹਰ ਲੈ ਜਾਂਦੇ ਨੇ। ਇਹ ਗੱਡਿਆਂ ਦਾ ਗਰੁੱਪ ਦਾ ਜਿਹੜਾ ਜਥੇਦਾਰ ਹੈ ਨਾ, ਉਹਦਾ ਨਾਂ ਹੈ ਹਰਾ ਸਿੰਘ, ਭਾਈ ਹਰਾ ਸਿੰਘ, ਆਪ ਜੀ ਨੇ ਇਤਿਹਾਸ ਵਰਚਿਆ ਹੋਵੇਗਾ। ਜਦੋਂ ਸਿੰਘ ਗੱਡੇ ਲੈ ਕੇ ਬਾਹਰ ਜਾਂਦੇ ਨੇ, ਦੁਸ਼ਮਣਾਂ ਨੂੰ ਲੱਗਦਾ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਸਮਾਨ ਹੈ ਕੀਮਤੀ ਸਿੱਖ ਲੈ ਕੇ ਬਾਹਰ ਜਾ ਰਹੇ ਨੇ, ਉਹ ਹੱਲਾ ਕਰ ਦਿੰਦੇ ਨੇ। ਪਿਛਲੇ ਗੱਡਿਆਂ ਦੇ ਜਿਹੜੇ ਸਿੰਘ ਹੁੰਦੇ ਨੇ ਉਹ ਕਹਿੰਦੇ ਕਹਿੰਦੇ ਹਰਾ ਸਿੰਘ ਜੀ, ਗੁਰੂ ਸਾਹਿਬ ਜੀ ਨੇ ਕਿਹਾ ਸੀ ਗੱਡੇ ਛੱਡ ਕੇ ਤੁਸੀਂ ਆ ਜਿਓ, ਸਿਰਫ ਇੰਨਾ ਦਾ ਉਹ ਨਸ਼ਰ ਕਰਨਾ ਇਹਨਾਂ ਦੀ ਸੱਚਾਈ ਇਹਨਾਂ ਦੇ ਮਨਾਂ ਦੇ ਵਿੱਚ ਕੀ ਹੈ। ਹਰਾ ਸਿੰਘ ਕਹਿੰਦੇ ਨੇ ਮੈਂ ਗੱਡਾ ਛੱਡ ਕੇ ਨਹੀਂ ਜਾ ਸਕਦਾ। ਕਹਿੰਦੇ ਕਿਉਂ ਨਹੀਂ ਜਾ ਸਕਦਾ, ਇਹਦੇ 'ਚ ਤਾਂ ਕੂੜਾ ਹੈ, ਕਰਕਟ ਹੈ, ਵੇਸਟੇਜ ਹੈ। ਉਹ ਹੱਸ ਕੇ ਕਹਿੰਦਾ ਕਹਿੰਦਾ ਭਾਈ ਸਿੱਖਾ, ਮੈਨੂੰ ਨਹੀਂ ਪਤਾ ਇਹਦੇ 'ਚ ਕੂੜਾ ਹੈ, ਮੈਨੂੰ ਨਹੀਂ ਪਤਾ ਇਹਦੇ ਵਿੱਚ ਕਰਕਟ ਹੈ, ਮੈਨੂੰ ਨਹੀਂ ਪਤਾ ਇਹਦੇ 'ਚ ਵੇਸਟੇਜ ਹੈ, ਮੈਨੂੰ ਨਹੀਂ ਪਤਾ ਇਹਦੇ 'ਚ ਹੀਰੇ ਨੇ, ਮੈਨੂੰ ਨਹੀਂ ਪਤਾ ਇਹਦੇ 'ਚ ਸੋਨਾ ਹੈ, ਮੈਨੂੰ ਕੇਵਲ ਇੰਨਾ ਪਤਾ ਹੈ ਕਿ ਇਹ ਮੇਰੇ ਗੁਰੂ ਦਾ ਹੈ। ਜਿੰਨਾ ਚਿਰ ਇਸ ਸਿੱਖ ਦੇ ਇਸ ਸਿੰਘ ਦੇ ਸਰੀਰ ਦੇ ਵਿੱਚ ਸਵਾਸ ਹੈ, ਉਹਨਾਂ ਚਿਰ ਇਸ ਗੁਰੂ ਦੀ ਚੀਜ਼ ਨੂੰ ਕੋਈ ਹੱਥ ਨਹੀਂ ਲਾ ਸਕਦਾ। ਵੇਖੋ ਭਾਵਨਾ, ਉੱਥੇ ਜੰਗ ਹੁੰਦੀ ਹੈ, ਹਰਾ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਜਦੋਂ ਹਰਾ ਸਿੰਘ ਜੀ ਦਾ ਅਸੀਂ ਪਿਛੋਕੜ ਵਾਚਦੇ ਹਾਂ ਨਾ ਪਿਆਰਿਓ, ਅਤੇ ਇਹ ਹਰਾ ਸਿੰਘ ਜੀ ਸਰਹੰਦ ਦੇ ਰਹਿਣ ਵਾਲੇ ਨੇ, ਜਿਨ੍ਹਾਂ ਨੇ 1699 ਦੇ ਵਿੱਚ ਅੰਮ੍ਰਿਤ ਪਾਨ ਕੀਤਾ, ਅਤੇ ਇਹਨਾਂ ਦਾ ਸਰਹੰਦ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ। ਇਹਨਾਂ ਦਾ ਇੱਕ ਬੇਟਾ ਜਿਹਦਾ ਨਾਂ ਹੈ ਭਾਈ ਮੋਤੀ ਰਾਮ ਮਹਿਰਾ ਜੀ, ਇਹ ਹਰਾ ਸਿੰਘ ਜੀ ਉਹਨਾਂ ਦੇ ਪਿਤਾ ਜੀ ਨੇ, ਇਹ ਵੀ ਅਨੰਦਪੁਰ ਸਾਹਿਬ ਜੀ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ। ਸੋ ਸ਼ਹੀਦੀਆਂ ਦਾ ਰੰਗ ਐਵੇਂ ਨਹੀਂ ਲੱਗਦਾ, ਸਮਾਂ ਲੰਘਦਾ ਹੈ। ਸਿੰਘ ਸਾਰੇ ਬੇਨਤੀ ਕਰਦੇ ਗੁਰੂ ਸਾਹਿਬ ਜੀ ਨੂੰ ਕਿ ਗੁਰੂ ਸਾਹਿਬ ਜੀ ਕਿਲ੍ਹਾ ਛੱਡ ਜਾਣਾ ਚਾਹੀਦਾ ਹੈ, ਬੱਚੇ ਨੇ, ਮਾਤਾਵਾਂ ਨੇ, ਭੈਣਾਂ ਨੇ, ਅੰਦਰ ਮੁਸ਼ਕਲ ਹੋ ਰਹੀ ਹੈ। ਕਿਲ੍ਹਾ ਛੇ ਪੋਹ ਵਾਲੇ ਦਿਨ ਮੈਂ ਇੱਥੇ ਬੇਨਤੀ ਕਰਦਾ, ਕਈ ਵਾਰ ਡੇਟਸ ਦੇ ਵਿੱਚ ਵੀ ਨਾ ਬੜਾ ਸਾਡਾ ਸੋਸ਼ਲ ਮੀਡੀਆ 'ਤੇ ਅਸੀਂ ਇੱਕ ਦੂਜੇ ਨਾਲ ਸਿਰ ਸਿੱਧੀ ਪੰਜਾਬੀ ਜੀ ਗੱਲ ਸਿਰ ਅੜਾਈ ਜਾਂਦੀ ਹੈ। ਗੁਰੂ ਕੇ ਪਿਆਰ ਵਾਲੇ ਜਿਹੜੀਆਂ ਸਾਡੀਆਂ ਇਤਿਹਾਸਕ ਡੇਟਸ ਨੇ, ਅਸੀਂ ਕਹਿੰਦੇ ਜੀ ਇੱਕ ਦਿਨ ਪੱਕਾ ਕਰ ਦਿਓ, ਇੰਨੀ ਤਰੀਕ ਰੱਖ ਦਿਓ, ਨਹੀਂ ਹੋ ਸਕਦਾ ਪਿਆਰੇ,
क्योंकि जिहड़ियां साडियां पुरातन डेट्स ने जिहड़े साडे कैलेंडर ने वो सानूं डेट्स जिहड़ियां ना दो तरीकियां नाल प्राप्त होंदियां। देसी महीने दे दो तरीके ने, एक तां जिस तरह शेप हो गया सीधा ही, इह जिहड़ा शेप वो है इह सूरजी कैलेंडर नाल निर्धारित है कि संगरांद दे छेवें दिन। एक हुंदा वा नहीं वापरती। भाई गुरबख्श सिंह जी नूं कोई भी आण के तंग परेशान नहीं करता, जदों असीं उसदा इतिहास पढ़ते हैं। गुरु साहिब ते वहीर जिहड़ी आनंदपुर साहिब तों विदा हुंदे ने, रुखसत हुंदे ने, कीरतपुर वाले साहिब दे रस्ते तों गुरु साहिब जी अगाम आते ने शाही टिब्बी कीरतपुर साहिब तों। आप जी जदों रूट मैप देखोगे, हुण ते अपने को मैप भी है, उस मैप थाईं तुसीं जा सकते। शाही टिब्बी ते एक मुठभेड़ हुंदी है, इत्थे 500 सिंघां दा जत्था देख के भाई उदय सिंह जथेदार लाए हुंदे ने, ते ओ उहनां दी ड्यूटी हुंदी कि जदों वहीर लंघूगी पिछों जदों दुश्मन फौजां आउणगियां ते इह जत्था रोकेगा। गुरु साहिब जी दी जिहड़ी युद्ध नीति सी ना, बड़े कमाल दी सी, इक वखरा विशा हो सकदा। गुरु साहिब जी जदों वी युद्ध करदे ने ना, नीति अपनाउंदे ने, ओह युद्ध करन दा थां आप नियुक्त करदे ने ते दुश्मन नूं उत्थे लै जांदे ने। अज भी तुसीं जो डॉक्यूमेंट्री सर्च करोगे ना, एक बड़ा वड्डा गुण है जुझाऊ दा। इसे विधि नूं बाबा बंदा सिंह बहादुर जी नूं, बाबा जी नूं गुरु साहिब जी ने दर्शाया सी, समझाया सी। इसे विधि कारण जो सरहंद की इट ना इट वजाई जाती है ना, तो वह सरहंद जा के जंग नहीं जो होंगे, तुसीं ख्याल करो चप्पड़ चिड़ी के मैदान च जंग होंगे, क्योंकि बाबा बंदा सिंह बहादुर खुद नियुक्त करते हैं कि इतने जो असं दुश्मन के घर अटैक करते हैं उदो साडा नुकसान ज्यादा होंगे। खैर, सो भाई उदय सिंह जी जे ने इतने 500 सिंघां नाल डटे ने, वहीर अगे जाता है, दुश्मन पिछे आते, अपनी कसमां तोड़ देंगे। आप जी को पता उन्होंने कसमां जड़िया खादिया सी, गां दियां खादिया सी, अपने धार्मिक पौथियां ने कसमां खादिया सी, उन्होंने रोकने वास्ते भाई उदय सिंह जी अगे आते ने, दुश्मन रोकते ने। यह भाई उदय सिंह उ है जेड़ा बाई धार के राजे का
तारा चंद का हाथी दे पिछले पासों चढ़ के सिर वज के आता भाई बचित्र सिंह जी के बेटे ने। उदय सिंह जी 500 सिंघां दे नाल इस शाही टिब्बी के उत्ते शहादत का जाम पीते ने। अगां चल के पिंड झखियां आउंदा है, उस झखियां की जूह दे विच फिर एक बार मुठभेड़ होंदी है। उस तो अगला स्टॉप जिहड़ा है सरसा के किनारे गुरु का परिवार जिहड़ा है अद्धी रात के समय आनंदपुर साहब छड्डे जांदे अमृत वेले तक सरसा के किनारे पहुँचते हैं। आसा जी की वार होंदी है, सारी आपां विचार कल कीती सी उत्थे किस तरह बाबा जीवन सिंह जी होनी, भाई पचित्र सिंह जी होनी, बाबा अजीत सिंह जी होनी अपने जौहर विखालदे ने ते इस सरसा नूं पार किया जाता। मैं एक मिनट आप जी का ध्यान इतने स्टील खड़ा करना चाहता हूँ। सरसा क्यों पार करनी पई गुरु साहब जी को परिवार को, उहदा कारण की सी? गुरु के प्यार वाले आप जी जदों भी श्री आनंदपुर साहब जाओगे ना, जिहड़ा मेन रोड हुण उत्थे फ्लाईओवर बने उत्थे खड़े होकर देखो, फिर तुहानूं सारा उत्थे दा जिहड़ा जोग्राफिकली मैप समझ में आएगा। खब्बे पासे पहाड़ियां सन ते बाई धार दीआं फौजां सन, उधर जा नहीं सी सकदे आपां। सामने वाले पासे सरसा सी जिहड़ी पहाड़ियां दे नाल टाई अप सी, क्योंकि पहाड़ियां तो जिहड़ा पानी आउंदा सी उही सरसा दे विच जांदा सी, उत्थे जाके एल बन जांदा सी। सज्जे पासे सतलुज दरिया सी, पिछे 10 लाख की फौज सी, मतलब चारे पासे तो आपां घिरे पए सी। सज्जे पासे पहाड़ियां सी, बाई धार की फौज सी, सामने सरसा का नाला सी, सज्जे पासे सतलुज दरिया सी। जे सरसा पार नहीं करते फिर सानू सतलुज करना पैना सी, सरसा पार नहीं करते फिर सानू पहाड़ियां पार करनिया पैनिया सी, जे सरसा पार ना करते तो बैक पिछे 10 लाख वाले पासे जाना। सो बिल्कुल योजना तहत सरसा वाले पासे जाते ने। सरसा दा नां सरसा इस करके पिया क्योंकि उत्थे एक छोटे जे उच्चे जे टिब्बे ते एक पिंड है, उहदा नां है सरसा नंगल। सरसा नंगल थोड़ा जिहा उच्चे थां तों होण ते बाकी जिन्नियां पहाड़ियां ने गुरु के प्यार वाले, जदों भी बारिश होंदी सी उह पहाड़ियां दा पानी इकट्ठा होंदा सी, ते उह पानी किन्ना होएगा तुसीं इमेजिन करियो, बहुत सौखा इमेजिन करना। अज उस स्थान पर एक डैम बनया है जिहड़ा एशिया का वड्डा डैम मिथिया जाता है, जिहदा नाम है भाखड़ा नंगल डैम। तो दस्या यह जाता है जे भाखड़ा नंगल डैम का पानी छड़ दिता जाए तो पंजाब दे विच 15-15 फुट पानी होएगा सारे पंजाब, इन्ना पानी उत्थे इकट्ठा होता है। तो यह उस समय की गल है जो डैम नहीं सी बनया। अज डैम के 9 से 12 नहरां कढ़ियां गईयां ने वक्खरियां, पानी में डिवाइड किया गया, इस करके वो जिन्ना पानी अज उत्थे इकट्ठा होया ये सारा ही पानी पहाड़ियां दा कित्थे आउंदा सी। अज मेरे वर्गा प्रचारक कहिंदा जी वो बरसाती नाला सी जी, अज एक सरकारी नाला उत्थे बनिया, वो मोबाइल लैके बन जी आ वेखो जी आ सरसा दा नाला जी, चौड़ाई 35 फुट है, डूंघाई 15 फुट, उहदे च परिवार नहीं विचर सकदा। वो जिन्ना पानी वो सारा इकट्ठा होके वो सारे पानी का बहाव किधर नूं जांदा सी? सरसा नंगल दे पिछले पासों दी पिंड दे वो सारा पानी एक बहुत वड्डे दरिया दे रूप दे विच उस नाले तो लंघदे सी, इस करके उन्हूं सरसा पत्तन कहा जाता सी, सरसा वाला मोड़ कहा जाता सी। ते उहदी स्पीड किन्नी सी? अज तुसी जाओगे ना उत्थे एक नहर की स्पीड देख रहे हो, बहुतियां की लोड़ नहीं। गुरुद्वारा साहब के नाल ही एक नहर सरकारी नहर उन्होंने कढ़ी है, कई जने उन्हूं ही सरसा समझी जाते हैं। जिन्ना डैम के विच पानी है एक थां इकट्ठा है उन्हां पहाड़ियां दा ही है, वह सारिया पहाड़ियां का पानी जिहड़ा वा इस सरसा दे वाहद, इन्नी स्पीड सी उहदी 10 नहरां का पानी इकट्ठा। तो जो आप जी उहदी चौड़ाई देखोगे ना, अज भी निशानियां मिलदियां ने, पर गुरु का सिख जो गुरु के दर्शनों नूं जांदा ना तो बहुत कहिंदे कोई नहीं, वही गुरु ग्रंथ साहिब महाराज मत्था टेक लिया हुण मेरी लत्तां पीड़ जांदियां नहीं जाया जांदा, क्योंकि गुरु का सिख सिर्फ जांदा ही मत्था टेकना है, गुरु की गल मनन नहीं जांदा, गुरु का इतिहास वाचन नहीं जांदा। मैनूं माफ़ करना गुरु के प्यार वालिओ, साडा वो हाल है, असी
ਸਾਡੇ ਬੱਚੇ ਨਾ ਆਪਣੇ ਮਾਤਾ ਪਿਤਾ ਦੀ ਗੋਦੀ 'ਚ ਬੈਠਦੇ ਨੇ, ਬੜਾ ਪਿਆਰ ਕਰਦੇ ਨੇ, ਕਹਿੰਦੇ ਮੰਮਾ ਤੁਸੀਂ ਮੈਨੂੰ ਬੜੇ ਚੰਗੇ ਲੱਗਦੇ ਜੀ, ਸਾਡੇ ਬੱਚੇ ਕਰਦੇ ਹੋ ਪਿਆਰ, ਪਾਪਾ ਤੁਸੀਂ ਬਹੁਤ ਸੋਹਣੇ ਲੱਗਦੇ ਜੀ, ਤੁਸੀਂ ਬਹੁਤ ਚੰਗੇ ਜੇ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਤੁਸੀਂ ਮੇਰੇ ਮਨ ਨੂੰ ਬਹੁਤ ਭਾਉਂਦੇ ਜੇ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਫਿਰ ਕਹਿੰਦੇ ਮਾਫ਼ ਕਰਨਾ, ਪਰ ਨਾ ਮੈਂ ਤੁਹਾਡੇ ਆਖੇ ਨਹੀਂ ਲੱਗ ਸਕਦਾ, ਕਿੱਦਾਂ ਦਾ ਫੀਲ ਹੋਊਗਾ ਸਾਨੂੰ, ਸਾਡਾ ਬੱਚਾ ਵੀ ਤੁਸੀਂ ਬਹੁਤ ਚੰਗੇ ਜੇ, ਤੁਸੀਂ ਬਹੁਤ ਪਿਆਰੇ ਜੇ, ਤੁਸੀਂ ਮੈਨੂੰ ਬਹੁਤ ਚੰਗੇ ਲੱਗ ਗਏ ਜੇ, ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਜੇ, ਪਰ ਮਾਫ਼ ਕਰਨਾ ਮੰਮਾ ਪਾਪਾ ਮੈਂ ਤੁਹਾਡੇ ਗੁਰੂ ਕਾ ਸਿੱਖ ਵੀ ਇਹ ਕਹਿੰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਹੁੰਦਾ, ਗੁਰੂ ਸਾਹਿਬ ਜੀ ਮੈਂ ਇੰਨੇ ਦਾ ਲੰਗਰ ਲਾ ਸਕਦਾ, ਇੰਨੇ ਲੰਗਰ ਲਾ ਸਕਦਾ, ਇੰਨਾ ਦਸਵੰਧ ਦੇ ਸਕਦਾ, ਇੰਨੇ ਮੈਂ ਗੁੰਬਦ ਅਤੇ ਸੋਨਾ ਵੀ ਚੜ੍ਹਾ ਸਕਦਾ, ਇੰਨੇ ਲੱਖ ਦਾ ਮੈਂ ਚੰਦਾ ਮੁਬਾਰਕ ਦੇਣਾ ਚਾਹੀਦਾ, ਮੈਂ ਨਹੀਂ ਕਿਹਾ ਨਹੀਂ ਦੇਣਾ ਚਾਹੀਦਾ, ਪਰ ਬਾਅਦ 'ਚ ਕਹਿੰਦਾ ਗੁਰੂ ਸਾਹਿਬ ਜੀ ਮਾਫ਼ੀ ਦੇ ਦਿਓ, ਮੈਂ ਤੁਹਾਡੇ ਆਖੇ ਨਹੀਂ ਜੇ ਲੱਗ ਸਕਦਾ, ਬਾਕੀ ਸਾਰੇ ਕੰਮ ਕਰ ਸਕਦਾ ਮੈਂ, ਕਿਉਂਕਿ ਮੈਂ ਸਮਾਜਿਕ ਤਾਣੇ ਬਾਣੇ 'ਚ ਵੀ ਰਹਿਣਾ ਨਾ, ਲੋਕ ਕੀ ਕਹਿਣਗੇ ਫਿਰ। ਖੈਰ, ਸੋ ਉਹਦੀ ਜਦੋਂ ਚੜ੍ਹਾਈ ਅਸੀਂ ਮਾਫਦੇ ਹਾਂ ਗੁਰੂ ਕੇ ਪਿਆਰ ਵਾਲੇ ਜਾਓਗੇ ਨਾ, ਜ਼ਰੂਰ ਤੁਸੀਂ ਉਸ ਬ੍ਰਿਜ 'ਤੇ ਖਲੋਇਓ, ਉਹਦੀ ਚੜ੍ਹਾਈ ਤਕਰੀਬਨ ਜਿਹਨੂੰ ਅਸੀਂ ਬਰਸਾਤੀ ਨਾਲਾ ਕਹੀ ਜਾਂਦੇ ਹਾਂ, 1 ਕਿਲੋਮੀਟਰ ਤੋਂ 1.5 ਕਿਲੋਮੀਟਰ ਚੜ੍ਹਾਈ ਹੈ, ਬਿਆਸ ਦਰਿਆ ਦੇ ਪੁੱਲ ਦੀ ਵੀ ਇੰਨੀ ਚੜ੍ਹਾਈ ਨਹੀਂ ਜੀ ਹੈਗੀ, ਤੁਸੀਂ ਦਰਿਆ ਪਾਰ ਕਰੋਗੇ ਨਾ, ਤੁਸੀਂ ਦੇਖੋ ਬ੍ਰਿਜ ਕਿੰਨਾ ਲੰਬਾ ਹੈ, 1 ਕਿਲੋਮੀਟਰ ਤੋਂ 1.5 ਕਿਲੋਮੀਟਰ ਉਹ ਸਰਸਾ ਦਾ ਜਿਹੜਾ ਵੇਗ ਹੈ ਉਹ ਸਿੰਘਾਂ ਨੇ ਪਾਰ ਕਰਨਾ, ਔਰ ਪਾਰ ਕਰਨ ਤੋਂ ਬਾਅਦ ਅੱਗੇ ਰੋਪੜ ਵਾਲੇ ਪਾਸੇ। ਖੈਰ, ਸਰਸਾ ਦੇ ਵਿੱਚ ਵਹਾਅ ਵੱਧ ਹੁੰਦਾ, ਜਿੱਥੇ ਦੁਸ਼ਮਣ ਨਾਲ ਮੁਕਾਬਲਾ ਹੈ ਉੱਥੇ ਕੁਦਰਤੀ ਆਫਤ ਵੀ ਬਾਰਿਸ਼ ਪੈਣੀ ਆਰੰਭ ਹੋ ਜਾਂਦੀ ਹੈ, ਬਾਰਿਸ਼ ਦੇ ਨਾਲ ਪਾਣੀ ਦਾ ਵੇਗ ਜ਼ਿਆਦਾ ਹੋ ਜਾਂਦਾ ਹੈ, ਕੁਛ ਸਿੰਘ ਉੱਥੇ ਜੂਝ ਰਹੇ ਨੇ, ਰੋਕ ਰਹੇ ਨੇ ਪਿੱਛੋਂ ਫੌਜਾਂ ਨੂੰ, ਬੱਚਿਆਂ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ ਸਰਸਾ ਪਾਰ ਕਰਾ ਰਹੇ ਨੇ, ਪਾਰ ਕਰਾਉਂਦਿਆਂ ਕਰਾਉਂਦਿਆਂ ਇਸ ਪਾਣੀ ਵਾਲੇ ਵੇਗ ਦੇ ਨਾਲ, ਸਰਸਾ ਦੇ ਵੇਗ ਦੇ ਨਾਲ ਪਰਿਵਾਰ ਜਿਹੜਾ ਹੈ ਗੁਰੂ ਕੀ ਫੌਜ ਜਿਹੜੀ 3 ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ। ਇਸ 1.5 ਕਿਲੋਮੀਟਰ ਦੇ ਵਿੱਚ ਗੁਰੂ ਕੇ ਪਿਆਰ ਵਾਲਿਓ ਅੱਜ ਵੀ ਨਿਸ਼ਾਨੀ ਉੱਦਾਂ ਹੀ ਉੱਥਾਂ ਨੀਵਾਂ ਆਉਣੀ, ਭਾਵੇਂ ਉੱਥੇ ਫਸਲਾਂ ਉੱਗੀਆਂ ਨੇ, ਫਸਲਾਂ ਵੀ ਨੇ, ਉਸੇ ਥਾਂ ਦੇ ਵਿੱਚ ਫਲਾਈਓਵਰ ਵੀ ਬਣਿਆ, ਉਸੇ ਥਾਂ ਦੇ ਵਿੱਚ, ਮਤਲਬ ਚੜ੍ਹਾਈ ਦੀ ਗੱਲ ਕਰ ਰਿਹਾ ਮੈਂ, ਉਸੇ ਥਾਂ ਦੇ ਵਿੱਚ ਸਰਕਾਰੀ ਨਾਲਾ ਵੀ ਬਣਿਆ, ਉਸ ਤੋਂ ਅੱਗੇ ਉਸੇ ਥਾਂ ਦੇ ਵਿੱਚ ਭਰਤੀ ਪਾ ਕੇ ਉੱਚੇ ਥਾਂ 'ਤੇ ਟ੍ਰੇਨ ਦੀ ਪਟੜੀ ਵੀ ਉੱਥੋਂ ਕੱਢੀ ਗਈ ਹੈ, ਉਸੇ ਥਾਂ 'ਤੇ ਉਸੇ ਨੀਵੇਂ ਵਾਲੇ ਥਾਂ 'ਤੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ, ਅਤੇ ਅਗਲੀ ਜਿਹੜੀ ਨਵੀਂ ਨਹਿਰ ਬਣਾਈ ਹੈ ਉਹ ਵੀ ਨੀਵੇਂ ਥਾਂ ਉਸੇ ਥਾਂ 'ਤੇ, ਉਸ ਤੋਂ ਬਾਅਦ ਉੱਚਾਈ ਵਾਲਾ ਪਾਸਾ, ਉਸ ਤੋਂ ਅਗਾਂਹ ਜਦੋਂ ਅਸੀਂ ਸਰਸਾ ਦੇ ਨਾਲ ਪੁਰਾਣਾ ਮੈਪ ਦੇਖਦੇ ਹਾਂ ਤਾਂ ਇਹ ਸਰਸਾ ਜਾ ਕੇ ਸਤਲੁਜ ਦਰਿਆ ਵਿੱਚ ਪੈਂਦੀ। ਸੋ ਇੱਥੋਂ 3 ਹਿੱਸਿਆਂ ਦੇ ਵਿੱਚ ਜਿਹੜਾ ਗੁਰੂ ਕਾ ਪਰਿਵਾਰ ਹੋ ਜਾਂਦਾ, ਪਹਿਲਾ ਹਿੱਸਾ ਮਾਤਾ ਗੁਜਰੀ ਜੀ, 2 ਸਾਹਿਬਜ਼ਾਦੇ, ਇਤਿਹਾਸ ਇਹ ਵੀ ਦੱਸਦਾ ਕਿ ਇਹਨਾਂ ਦੇ ਨਾਲ ਗੁੰਨਾ ਸਿੰਘ ਹੰਡੂਰੀਆ ਇੱਕ ਸੇਵਕ ਜਿਹੜਾ, ਉਹਨੇ ਬਾਅਦ 'ਚੋਂ ਇੱਕ ਕਿਤਾਬ ਵੀ ਲਿਖੀ ਹੈ ਕਥਾ ਗੁਰਸੁੱਤਨ ਕੀ, ਉਹਨੇ ਦੱਸਿਆ ਉਹ ਮਾਤਾ ਗੁਜਰ ਕੌਰ ਜੀ ਨਾਲ ਇੱਕ ਰਾਤ ਤੱਕ ਰਹਿੰਦਾ, ਦੂਜੀ ਰਾਤ ਜਦੋਂ ਗੰਗੂ ਲੈ ਜਾਂਦਾ ਫਿਰ ਉਹ ਆਪਣੇ ਪਿੰਡ ਵੱਲ ਚਲੇ ਜਾਂਦਾ। ਖੈਰ, ਉਹ ਫਿਰ ਵਿਚਾਰ ਗੁਰੂ ਸਾਹਿਬ ਕਰਵਾਉਣ। ਦੂਸਰਾ ਜਿਹੜਾ ਗਰੁੱਪ ਹੈ ਉਹਦੇ ਵਿੱਚ 2 ਮਾਤਾਵਾਂ ਨੇ, ਮਾਤਾ ਸੁੰਦਰ ਕੌਰ ਜੀ ਹੈ, ਮਾਤਾ ਸਾਹਿਬ ਕੌਰ ਜੀ ਨੇ, ਅਤੇ ਭਾਈ ਮਨੀ ਸਿੰਘ ਜੀ ਉਹਨਾਂ ਦੇ ਨਾਲ ਹੈ, ਅਤੇ 2 ਸਿੰਘ ਨੇ ਨਾਲ ਉਹਨਾਂ ਦੇ, ਭਾਈ ਜਵਾਹਰ ਸਿੰਘ ਜੀ ਹੁਣੀ ਅਤੇ ਭਾਈ ਧੰਨਾ ਸਿੰਘ ਜੀ, ਇਹ ਦੋਨੋਂ ਸਿੰਘ ਦਿੱਲੀ ਦੇ ਨੇ। ਸੋ ਇਹ ਵਿਉਂਤ ਪਹਿਲਾਂ ਹੀ ਬਣੀ ਸੀ ਕਿ ਜੇ ਕੋਈ ਇਹੋ ਜਿਹੀ ਘਟਨਾ ਵਾਪਰੇ, ਅਤੇ ਭਾਈ ਸਾਹਿਬ ਜੀ ਨੂੰ ਇਹ ਸੇਵਾ ਦਿੱਤੀ ਗਈ ਸੀ ਕਿ ਮਹਿਲ ਜਿਹੜੇ ਦਿੱਲੀ ਪਹੁੰਚਾਉਣੇ। ਹੁਣ ਦਿੱਲੀ ਕਿਉਂ ਪਹੁੰਚਾਉਣੇ, ਦਿੱਲੀ ਨਾਲ ਤਾਂ ਮੱਥਾ ਲਾਇਆ, ਇਹ ਵੀ ਇੱਕ ਵੱਖਰਾ ਵਿਸ਼ਾ, ਕਿਉਂਕਿ ਭਾਈ ਮਨੀ ਸਿੰਘ ਜੀ ਦੇ ਸਹੁਰੇ ਜਿਹੜੇ ਨੇ ਉਹ ਦਿੱਲੀ 'ਚ ਨੇ, ਅਤੇ ਲਖੀ ਸ਼ਾਹ ਵਣਜਾਰਾ ਉਹਨਾਂ ਦਾ ਸਹੁਰਾ, ਅਤੇ ਉਸ ਵੇਲੇ ਉਹ ਏਸ਼ੀਆ ਦਾ ਸਭ ਤੋਂ ਵੱਡਾ ਟ੍ਰੇਡਰ, ਬੜੀ ਪਾਵਰ ਸੀ ਉਹਨਾਂ ਕੋਲ ਕਿ ਉੱਥੇ ਸੇਫ ਰਹਿ ਸਕਦੇ ਨੇ ਮਹਿਲ। ਸੋ ਇਹ ਇੱਕ ਦੂਸਰਾ ਗਰੁੱਪ ਹੋ ਜਾਂਦਾ। ਤੀਸਰੇ ਗਰੁੱਪ ਦੇ ਵਿੱਚ ਗੁਰੂ ਸਾਹਿਬ ਜੀ, ਵੱਡੇ ਸਾਹਿਬਜ਼ਾਦੇ ਅਤੇ 40 ਦੇ ਲਾਗੇ ਛਾਗੇ ਸਿੰਘ ਜਿਹੜੇ ਨੇ ਉਹ ਪਾਰ ਹੁੰਦੇ ਨੇ ਸਰਸਾ ਤੋਂ ਬਾਅਦ। ਇੱਥੇ ਭਾਈ ਜੀਵਨ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ, ਅਤੇ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦੇ ਨੇ ਸਰਸਾ ਦੇ ਜੰਗ ਦੇ 'ਚ। ਇਸ ਸਰਸਾ ਦੇ ਜੰਗ 'ਚ ਇੱਕ ਹੋਰ ਨਵੇਕਲੀ ਚੀਜ਼ ਸਾਹਮਣੇ ਆਉਂਦੀ ਹੈ। ਇਸ ਸਰਸਾ ਦੇ ਕੰਢੇ ਦੇ ਉੱਤੇ
माई भिखा बीबी भिखा जिहड़ी पहली सिख बीबी शहीद होई है जंग दे विच ओह शहादत दा जाम पिंदी है। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਧਰਮ ਦੇ ਭੈਣ ਬਣੇ ਸੀ। ਮੈਨੂੰ ਤਾਂ ਲੱਗਦਾ ਸਾਰੇ ਸਿੱਖ ਭੈਣ ਭਰਾ ਹੀ ਨੇ ਗੁਰੂ ਸਾਹਿਬ ਜੀ ਦੇ, ਗੱਲ ਵੱਖਰੀ ਵਿਦਵਾਨ ਨੇ ਗੱਲ ਲਿਖੀ ਹੈ। ਇਹ ਜਿਹੜੀ ਬੀਬੀ ਭਿੱਖਾ ਹੈ ਨਾ, ਇਹ ਆਲਮ ਸਿੰਘ ਨੱਚਣੇ ਦੀ ਘਰ ਵਾਲੀ ਹੈ ਅਤੇ ਬੀਬੀ ਭਿੱਖਾ ਦੇ ਜਿਹੜੇ ਫਾਦਰ ਸਾਹਿਬ ਨੇ, ਪਿਤਾ ਜੀ ਨੇ, ਉਹਨਾਂ ਦਾ ਨਾਂ ਹੈ ਬੱਜਰ ਸਿੰਘ ਜੀ। ਇਹ ਬੱਜਰ ਸਿੰਘ ਜੀ ਜਿਹੜੇ ਸੀ ਨਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦੁਨਿਆਵੀ ਸ਼ਸਤਰ ਗੁਰੂ ਸਨ, ਸ਼ਸਤਰ ਲਿਖਦੇ ਨੇ। ਸੋ ਇਹ ਪਰਿਵਾਰ ਇੱਥੇ ਸ਼ਹੀਦ ਹੁੰਦਾ, ਬੀਬੀ ਭਿੱਖਾ ਸ਼ਹੀਦ ਹੁੰਦੀ ਹੈ, ਆਲਮ ਸਿੰਘ ਨਾਲ ਜਾਂਦੇ ਨੇ ਬੜੀ 'ਚ ਸ਼ਹੀਦ ਹੋ ਰਹੇ ਨੇ ਅਤੇ ਬੱਜਰ ਸਿੰਘ ਜੀ ਇੱਥੇ ਸ਼ਹੀਦ ਹੋ ਰਹੇ ਨੇ, ਵਹੀਰਾ ਗਾਂ ਜਾਂਦੀ ਹੈ। ਤੀਸਰੇ ਗਰੁੱਪ ਦੇ ਵਿੱਚ ਗੁਰੂ ਸਾਹਿਬ ਜੀ ਅਤੇ ਸਿੱਖ ਜਿਹੜੇ ਨੇ ਉਹ ਰੋਪੜ ਵੱਲ ਨੂੰ ਰੁੱਖ ਕਰਦੇ ਨੇ। ਰੋਪੜ ਵਾਲੇ ਪਾਸੇ ਜਾ ਕੇ ਇੱਕ ਪਿੰਡ ਆਉਂਦਾ ਹੈ ਨਿਹੰਗ ਖਾਂ, ਜਿੱਥੇ ਆਪ ਜੀ ਨੇ ਭੱਠਾ ਸਾਹਿਬ ਜੀ ਦੇ ਦਰਸ਼ਨ ਕੀਤੇ ਹੋਣਗੇ। ਭੱਠਾ ਸਾਹਿਬ ਤੋਂ ਅੰਦਰ ਵਾਲੇ ਪਾਸੇ, ਪਿੰਡ ਵਾਲੇ ਪਾਸੇ ਇੱਕ ਗੁਰਦੁਆਰਾ ਸਾਹਿਬ ਹੋਰ ਸ਼ਸ਼ੋਭਿਤ ਹੈ। ਇਹ ਨਿਹੰਗ ਖਾਨ ਦੀ ਹਵੇਲੀ ਸੀ, ਖੰਡਰ ਦੇ ਰੂਪ 'ਚ ਅੱਜ ਵੀ ਸ਼ਸ਼ੋਭਿਤ ਹੈ। ਗੁਰਦੁਆਰੇ 'ਤੇ ਅਸੀਂ ਟਾਈਲਾਂ ਲਗਾਈ ਜਾਂਦੇ, ਉਹ ਖੰਡਰ ਉੱਦਾਂ ਹੀ ਪਿਆ। ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਏ, ਗੁਰੂ ਕਿਰਪਾ ਕਰ। ਉਸ ਹਵੇਲੀ ਦੇ ਵਿੱਚ ਗੁਰੂ ਸਾਹਿਬ ਜੀ ਜਾ ਕੇ ਬਿਰਾਜਮਾਨ ਹੁੰਦੇ। ਹੁਣ ਦੇਖੋ ਪਿੱਛੇ ਮੁਗਲ ਫੌਜ ਲੱਗੀ ਹੈ ਅਤੇ ਗੁਰੂ ਸਾਹਿਬ ਜੀ ਇੱਕ ਮੁਗਲ ਦੇ ਘਰ ਨੇ, ਕਿਉਂਕਿ ਗੁਰੂ ਘਰ ਦੇ ਵਿੱਚ ਜਾਤ ਪਾਤ ਨਹੀਂ ਹੈ, ਗੁਰੂ ਘਰ ਦੇ ਵਿੱਚ ਹਿਰਦੇ ਦੀ ਸ਼ੁੱਧੀ ਹੈ। ਗੁਰੂ ਸਾਹਿਬ ਇਹ ਨਹੀਂ ਦੇਖ ਰਹੇ ਨੇ ਛੇਵੇਂ ਪਾਤਸ਼ਾਹ ਕਿ ਇਹ ਮਾਈ ਕੀ ਕਹਿ ਰਹੀ ਹੈ, ਉਹ ਤੇ ਕਹਿ ਰਹੀ ਹੈ ਤੂੰ ਪਾਪੀ ਮੈਂ, ਉਹ ਤੇ ਇਹ ਕਹਿ ਰਹੀ ਹੈ ਤੇ ਸੇਵਾ ਵਾਲਾ ਉਹਨੂੰ ਹਿਲਾਉਂਦਾ। ਗੁਰੂ ਸਾਹਿਬ ਕਹਿੰਦੇ ਨਾ ਲਈ, ਉਹ ਫਿਰ ਵੀ ਹਿਲਾ ਦਿੰਦਾ, ਮੂਰਖ ਹੈ ਤੂੰ ਕੀ ਕਹਿਣ ਦੀ। ਕਹਿੰਦੇ ਮੈਂ ਤਾਂ ਕਹਿਣ ਦੀ ਮੈਂ ਪਾਪੀ ਤੂੰ ਬਖਸ਼ਣ ਨਾਲ, ਕਹਿੰਦੇ ਤੂੰ ਤੇ ਉੱਚੀ ਉੱਚੀ ਕਹਿਣ ਦੀ ਤੂੰ ਪਾਪੀ ਮੈਂ ਬਖਸ਼ਣ ਨਾਲ। ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਕਹਿੰਦੇ ਨਹੀਂ ਸਿੱਖਾ, ਉਹ ਇਹੀ ਕਹਿ ਰਹੀ ਸੀ ਮੈਂ ਪਾਪੀ ਤੂੰ ਬਖਸ਼। ਕਹਿੰਦੇ ਗੁਰੂ ਸਾਹਿਬ ਜੀ ਮੈਂ ਝੂਠ ਨਹੀਂ ਬੋਲਣਾ, ਕਿਸੇ ਨੂੰ ਵੀ ਪੁੱਛ ਲਓ। ਗੁਰੂ ਸਾਹਿਬ ਕਹਿੰਦੇ ਪੁੱਛਣ ਦੀ ਲੋੜ ਨਹੀਂ, ਤੁਸੀਂ ਉਹ ਸੁਣਦੇ ਜੇ ਜੋ ਇਹ ਬੋਲਦੇ ਨੇ, ਜੋ ਇਹਨਾਂ ਦਾ ਸਰੀਰ ਬੋਲਦਾ ਮੈਂ ਉਹ ਸੁਣਦਾ, ਜੋ ਇਹਨਾਂ ਦਾ ਹਿਰਦਾ ਬੋਲਦਾ। ਸੋ ਹਿਰਦਾ ਨਿਹੰਗ ਸਿੰਘ ਦਾ ਉਸ ਤਰ੍ਹਾਂ ਦਾ ਸੀ। ਗੁਰੂ ਸਾਹਿਬ ਉੱਥੇ ਪਹੁੰਚਦੇ ਨੇ ਉਹਨਾਂ ਦੇ ਘਰ। ਹੁਣ ਇਹ ਜਿਹੜਾ ਨਿਹੰਗ ਖਾਨ ਪਿਆਰਿਓ, ਇਹਦੇ ਪੜਦਾਦੇ ਨੇ ਗੁਰੂ ਘਰ ਦੇ ਵਿੱਚ ਆਸਥਾ ਪ੍ਰਗਟ ਕੀਤੀ ਸੀ। ਇਹਦਾ ਪੜਦਾਦਾ ਸੀ ਨਿਹੰਗ ਖਾਨ ਦੇ ਪਿਤਾ ਦਾ ਨਾਂ ਨੌਰੰਗ ਖਾਨ ਸੀ, ਨੌਰੰਗ ਖਾਨ ਦੇ ਪਿਤਾ ਦਾ ਨਾਂ ਸ਼ਮਸ਼ ਖਾਨ ਸੀ। ਅਤੇ ਇਹ ਉਹ ਪਾਵਨ ਪਵਿੱਤਰ ਹਵੇਲੀ, ਮੈਨੂੰ ਮਾਫ਼ ਕਰਨਾ ਮੈਂ ਬਹੁਤਾ ਇਤਿਹਾਸ ਵਾਲੇ ਪਾਸੇ ਨਹੀਂ ਜਾ ਰਿਹਾ, ਕਿਉਂਕਿ ਇਤਿਹਾਸ ਆਪ ਜੀ ਬਹੁਤ ਗਿਆਤਾ ਜੇ, ਇਤਿਹਾਸ ਸੁਣਦੇ ਜੀ ਆਪ ਜੀ ਹਰ ਸਾਲ। ਇਹ ਉਹ ਪਾਵਨ ਪਵਿੱਤਰ ਹਵੇਲੀ, ਜਦੋਂ ਜਾਓਗੇ ਨਾ ਦਰਸ਼ਨ ਕਰਨ, ਇੱਕ ਗੱਲ ਮਨ ਵਿੱਚ ਜ਼ਰੂਰ ਲਿਆਓ, ਇਹ ਉਹ ਪਾਵਨ ਪਵਿੱਤਰ ਹਵੇਲੀ ਹੈ ਨਿਹੰਗ ਖਾਨ ਦੀ, ਜਿਸ ਹਵੇਲੀ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਚਰਨ ਪਏ, ਜਿਸ ਹਵੇਲੀ ਦੇ ਵਿੱਚ ਸੱਤਵੇਂ ਪਾਤਸ਼ਾਹ ਜੀ ਦੇ ਚਰਨ ਪਏ, ਜਿਸ ਹਵੇਲੀ ਦੇ ਵਿੱਚ ਅੱਠਵੇਂ ਪਾਤਸ਼ਾਹ ਜੀ ਦੇ ਚਰਨ ਪਏ, ਜਿਸ ਹਵੇਲੀ 'ਚ ਨੌਵੇਂ ਪਾਤਸ਼ਾਹ ਜੀ ਦੇ ਚਰਨ ਪਏ, ਅਤੇ ਅੱਜ ਜਿਸ ਹਵੇਲੀ 'ਚ ਚੌਥੀ ਵਾਰ ਦਸਵੇਂ ਪਾਤਸ਼ਾਹ ਜੀ ਦੇ ਚਰਨ ਪਏ। ਵੱਖਰੇ ਵੱਖਰੇ ਸਮੇਂ ਵੇਰਵਾ ਹੁੰਦਾ ਗੁਰੂ ਸਾਹਿਬ ਜਦੋਂ ਪਾਣੀਪਤ ਨੂੰ ਜਾਂਦੇ ਨੇ ਜਾਂ ਹੋਰ ਪਾਸੇ ਜਾਂਦੇ ਨੇ, ਭੰਗਾਣੀ ਵਾਲੇ ਪਾਸੇ ਜਾਂਦੇ ਨੇ, ਇਸ ਹਵੇਲੀ 'ਚ ਰੁਕਦੇ ਨੇ। ਸ਼ਮਸ਼ ਖਾਨ ਦਾ ਬੇਟਾ ਜਿਹੜਾ ਆਲਮ ਖਾਂ ਹੈ ਉਹਦੇ ਜਦੋਂ ਸਗਾਈ ਹੁੰਦੀ ਹੈ ਉਦੋਂ ਵੀ ਇਸ ਹਵੇਲੀ 'ਚ ਗੁਰੂ ਸਾਹਿਬ ਪਹੁੰਚਦੇ ਨੇ। ਖੈਰ ਸ਼ਮਸ਼ ਖਾਨ ਜਿਹੜਾ ਹੈ ਇਹ ਘੋੜਿਆਂ ਦਾ ਵਪਾਰੀ ਹੈ, ਛੇਵੇਂ ਪਾਤਸ਼ਾਹ ਨੂੰ ਘੋੜੇ ਸਪਲਾਈ ਕਰਦਾ ਸੀ, ਅਰਬੀ ਘੋੜੇ। ਸੱਤਵੇਂ ਪਾਤਸ਼ਾਹ ਜੀ ਦਾ ਵੀ ਬੜਾ ਪਿਆਰ ਸੀ। ਸ਼ਮਸ਼ ਖਾਨ ਦਾ ਬੇਟਾ ਸੀ ਨੌਰੰਗ ਖਾਂ, ਨੌਰੰਗ ਖਾਂ ਦਾ ਬੇਟਾ ਸੀ ਨਿਹੰਗ ਖਾਂ, ਅਤੇ ਨਿਹੰਗ ਖਾਂ ਦੀ ਇੱਕ ਭੈਣ ਸੀ ਜਿਹਦਾ ਨਾਂ ਸੀ ਬੀਬੀ ਉਮਰੀ, ਜਿਹੜੀ ਮਲੇਰਕੋਟਲੇ ਵਾਲੇ ਪਾਸੇ ਵਿਆਹੀ ਹੋਈ ਸੀ, ਨਾਰੋਵਾਲ ਵਾਲੇ ਪਾਸੇ। ਹੁਣ ਇਹ ਜਿਹੜੀ ਬੀਬੀ ਉਮਰੀ, ਇਹਦੇ ਦੋ ਬੇਟੇ ਨੇ। ਥੋੜ੍ਹਾ ਜਿਹਾ ਇਤਿਹਾਸ ਆਪ ਜੀ ਦਾ ਫਲੈਕਸ ਫੋਰਵਰਡ ਕਰਦਾ, ਜਦੋਂ ਗੁਰੂ ਸਾਹਿਬ ਜੀ ਉੱਚ ਦੇ ਪੀਰ ਬਣਦੇ ਨੇ ਨਾ, ਅਤੇ ਦੋ ਬੜੇ ਪਿਆਰੇ ਖਾਨ ਜਿਹੜੇ ਨੇ ਗੁਰੂ ਸਾਹਿਬ ਜੀ ਦਾ ਮੰਜਾ ਚੁੱਕਦੇ ਨੇ ਆਪਣੇ ਮੋਢਿਆਂ 'ਤੇ, ਉਹਨਾਂ ਦਾ ਨਾਂ ਹੈ ਭਾਈ ਗਨੀ ਖਾਂ ਅਤੇ ਭਾਈ ਨਬੀ ਖਾਂ। ਇਹਨਾਂ ਦੇ ਨਾਨਕੇ ਸੀ ਇੱਥੇ, ਨਿਹੰਗ ਖਾਨ ਇਹਨਾਂ ਦਾ ਮਾਮਾ ਸੀ। ਸਾਰਾ ਪਰਿਵਾਰ ਹੀ ਸਿੱਖੀ ਨਾਲ ਇਹਨਾਂ ਜੁੜਿਆ ਸੀ, ਅਤੇ ਗੁਰੂ ਸਾਹਿਬ ਜੀ ਨੇ ਭਾਈ ਜੇਤਾ ਜੀ ਤੋਂ ਬਾਅਦ ਜੇ ਕਿਸੇ ਨੂੰ ਪੁੱਤਰ ਕਿਹਾ ਨਾ ਗੁਰੂ ਦਾ, ਤਾਂ ਇਹ ਦੋਵਾਂ ਨੂੰ ਕਿਹਾ ਸੀ ਭਾਈ ਗਨੀ ਖਾਂ ਅਤੇ ਨਬੀ ਖਾਂ। ਖੈਰ ਸੋ ਗੁਰੂ ਸਾਹਿਬ ਜੀ ਇਸ ਹਵੇਲੀ 'ਚ ਰੁਕਦੇ ਨੇ, ਹਵੇਲੀ 'ਚ ਰੁਕੇ ਨੇ। ਬਾਬਾ ਅਜੀਤ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਨੂੰ ਘੋੜੇ ਦੇ ਉੱਤੇ ਪੇੜ ਦੇ ਰੁੱਖ ਲੰਮਾ ਪਾ ਕੇ ਲੈ ਕੇ ਆਉਂਦੇ ਨੇ, ਕਿਉਂਕਿ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਨੇ। ਭਾਈ ਬਚਿੱਤਰ ਸਿੰਘ ਨੂੰ ਉੱਥੇ ਮੰਜੀ 'ਤੇ ਪਾਇਆ ਜਾਂਦਾ। ਗੁਰੂ ਸਾਹਿਬ ਕੁਛ ਸਮਾਂ ਰੁਕਦੇ ਨੇ ਇਸ ਹਵੇਲੀ ਦੇ ਵਿੱਚ, ਫਿਰ
ਰੋਪੜ ਤੋਂ ਰੁਖਸਤ ਹੁੰਦੇ ਨੇ। ਨਿਹੰਗ ਖਾਨ ਦਾ ਪੁੱਤਰ ਜਿਹੜਾ ਕੁਛ ਦੂਰੀ ਤੱਕ ਗੁਰੂ ਸਾਹਿਬ ਜੀ ਨੂੰ ਛੱਡ ਕੇ ਆਉਂਦਾ। ਬਚਿੱਤਰ ਸਿੰਘ ਜੀ ਇਹਨਾਂ ਦੇ ਘਰ ਹੀ ਰਹਿੰਦੇ ਨੇ, ਉੱਥੋਂ ਡਾਕਟਰ ਨੂੰ ਬੁਲਾਇਆ ਜਾਂਦਾ, ਵੈਦ ਨੂੰ ਬੁਲਾਇਆ ਜਾਂਦਾ, ਪਰ ਫੱਟ ਗਹਿਰੇ ਹੋਣ ਕਰਕੇ ਭਾਈ ਬਚਿੱਤਰ ਸਿੰਘ ਜੀ ਇਸ ਹਵੇਲੀ 'ਚ ਨਿਹੰਗ ਖਾਨ ਦੇ ਘਰ ਹੀ ਸ਼ਹਾਦਤ ਦਾ ਜਾਮ ਪੀਂਦੇ ਨੇ। ਇਸੇ ਸਮੇਂ ਪਿੱਛੋਂ ਫੌਜਾਂ ਆਉਂਦੀਆਂ ਨੇ, ਸਰਕਾਰੀ ਫੌਜਾਂ, ਉਹ ਭਾਲ ਕਰਦੀਆਂ ਨੇ ਕਮਰੇ ਦੇ ਵਿੱਚ ਬਚਿੱਤਰ ਸਿੰਘ ਜੀ ਹੁਣੀ ਨੇ, ਅਤੇ ਉਹਨਾਂ ਦੀ ਸੇਵਾ ਜਿਹੜੀ ਕਰ ਰਹੀ ਹੈ ਨਿਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ਼। ਆਪ ਜੀ ਨੇ ਸੁਣਿਆ ਹੈਗਾ ਉਹਨਾਂ ਬਾਰੇ ਵੀ, ਬੀਬੀ ਮੁਮਤਾਜ਼ ਦੀ ਵੀ ਮੰਗਣੀ ਹੋ ਚੁੱਕੀ ਹੈ ਮਲੇਰਕੋਟਲੇ। ਸਾਰੀ ਰਾਤ ਭਾਈ ਬਚਿੱਤਰ ਸਿੰਘ ਜੀ ਦੀ ਦਵਾ ਦਾਰੂ ਕਰਦੀ ਹੈ, ਸੇਵਾ ਕਰਦੀ ਹੈ। ਜਦੋਂ ਸਰਕਾਰੀ ਫੌਜ ਆਉਂਦੀ ਹੈ ਉਹ ਕਮਰਾ ਚੈੱਕ ਕਰਨ ਲੱਗਦੀ ਹੈ ਅਤੇ ਨਿਹੰਗ ਖਾਨ ਕਹਿੰਦੇ ਇੱਥੇ ਮੇਰੀ ਬੇਟੀ ਅਤੇ ਮੇਰੇ ਦਮਾਦ ਨੇ। ਹੁਣ ਇਹ ਵੀ ਮੁਸਲਿਮ ਹੈ, ਸਿਪਾਹੀ ਮੁਸਲਿਮ ਆ, ਉਹਨਾਂ ਦੇ ਵਿੱਚ ਦਇਆ ਆਉਂਦੀ, ਉਹ ਕਮਰਾ ਨਹੀਂ ਚੈੱਕ ਕਰਦੇ ਜਿਹਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਨੇ। ਫੌਜ ਚਲੀ ਜਾਂਦੀ ਹੈ, ਬਚਿੱਤਰ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ, ਸ਼ਹਾਦਤ ਇਲਜ਼ਾਮ ਪੈਂਦੇ ਨੇ। ਇਸ ਪਿੰਡ ਵਿੱਚੋਂ ਦੋ ਗੁਰਸਿੱਖਾਂ ਨੂੰ ਬੁਲਾਇਆ ਜਾਂਦਾ, ਨਿਹੰਗ ਖਾਨ ਦੋ ਗੁਰਸਿੱਖਾਂ ਨੂੰ ਬੁਲਾਉਂਦੇ, ਜਿਨ੍ਹਾਂ ਦੇ ਵਿੱਚੋਂ ਇੱਕ ਸਿੰਘ ਦਾ ਨਾਂ ਹੈ ਗੁਰਸਾ ਸਿੰਘ ਜੀ। ਇਹ ਸਿੰਘ ਜਿਹੜੇ ਨੇ ਭਾਈ ਬਚਿੱਤਰ ਸਿੰਘ ਜੀ ਦੇ ਗੁਰਮਤ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਦੇ ਤਿਆਰਾ ਕਰਦੇ ਨੇ, ਅੰਗੀਠਾ ਤਿਆਰ ਕਰਦੇ ਨੇ। ਇੱਕ ਉੱਚੇ ਖੂਹ ਹੈ ਅੱਜ ਵੀ ਉਸ ਗੁਰਦੁਆਰੇ ਦੇ ਸਾਹਮਣੇ, ਜਿਹੜਾ ਵਿਹੜੇ ਦੇ ਵਿੱਚ ਖੂਹ ਸੀ ਨਿਹੰਗ ਖਾਨ ਦੇ, ਉੱਥੇ ਭਾਈ ਬਚਿੱਤਰ ਸਿੰਘ ਜੀ ਹੁਣਾਂ ਦਾ ਅੰਤਿਮ ਸੰਸਕਾਰ ਹੁੰਦਾ ਹੈ। ਅੰਤਿਮ ਕ੍ਰਿਆ ਤੋਂ ਬਾਅਦ ਉਹ ਸਾਰਾ ਉਹਨਾਂ ਦਾ ਅੰਗੀਠਾ ਉਸ ਖੂਹ ਦੇ ਵਿੱਚ ਪਾ ਦਿੱਤਾ ਜਾਂਦਾ ਕਿ ਕੋਈ ਨਿਸ਼ਾਨੀ ਨਾ ਰਹੇ। ਸੋ ਉਹ ਖੂਹ ਅੱਜ ਵੀ ਉੱਥੇ ਆਪ ਵੀ ਦਰਸ਼ਨ ਕਰ ਸਕਦੇ। ਸਮਾਂ ਲੰਘਦਾ, ਕੁਛ ਚਿਰ ਲੰਘਦਾ ਅਤੇ ਬੀਬੀ ਮੁਮਤਾਜ਼ ਦੇ ਨਿਕਾਹ ਬਾਰੇ ਗੱਲ ਚੱਲਦੀ, ਕਿਉਂਕਿ ਮੰਗਣੀ ਹੋਈ ਪਈ ਹੈ। ਜਦੋਂ ਬੀਬੀ ਮੁਮਤਾਜ਼ ਇਹ ਗੱਲ ਸੁਣਦੀ ਅਤੇ ਹੱਥ ਜੋੜ ਕੇ ਆਪਣੇ ਪਿਤਾ ਨਿਹੰਗ ਖਾਨ ਨੂੰ ਕਹਿੰਦੀ ਹੈ ਅੱਬਾ ਜਾਨ, ਮੇਰਾ ਤਾਂ ਨਿਕਾਹ ਹੋ ਚੁੱਕਿਆ, ਮੈਂ ਹੁਣ ਨਹੀਂ ਨਿਕਾਹ ਕਰ ਸਕਦਾ, ਇਸਲਾਮ ਦੇ ਖਿਲਾਫ਼। ਕਹਿੰਦੇ ਬੇਟਾ ਤੇਰਾ ਕਦੋਂ ਵਿਆਹ ਹੋ ਗਿਆ? ਕਹਿੰਦੇ ਤੁਸੀਂ ਉਦੋਂ ਕਿਹਾ ਸੀ ਨਾ ਕਿ ਅੰਦਰ ਮੇਰਾ ਜਵਾਈ ਅਤੇ ਮੇਰੀ ਕੁੜੀ ਹੈ। ਉਸ ਦਿਨ ਤੋਂ ਭਾਈ ਬਚਿੱਤਰ ਸਿੰਘ ਜੀ ਨੂੰ ਮੈਂ ਉਸ ਰਾਤ ਆਪਣਾ ਪਤੀ ਜਾਣ ਕੇ ਹੀ ਉਹਨਾਂ ਦੀ ਸੇਵਾ ਕੀਤੀ ਸੀ ਅਤੇ ਮੈਂ ਹੁਣ ਕੇਵਲ ਅਤੇ ਕੇਵਲ ਅੱਲਾਹ ਤਾਲਾ ਦਾ ਨਾਮ ਜਪ ਕੇ ਜ਼ਿੰਦਗੀ ਬਸਰ ਕਰਨਾ ਚਾਹੁੰਦੀ, ਨਿਕਾਹ ਨਹੀਂ, ਕਿਉਂਕਿ ਮੇਰਾ ਨਿਕਾਹ ਹੋ ਗਿਆ ਹੈ, ਮੇਰਾ ਨਿਕਾਹ ਕਲਗੀਆਂ ਵਾਲੇ ਪਾਤਸ਼ਾਹ ਦੀ ਸ਼ਰਧਾ ਨਾਲ ਹੋ ਗਿਆ ਹੈ, ਉਹਨਾਂ ਦੇ ਸਿੱਖ ਦੀ ਭਾਵਨਾ ਨਾਲ ਹੋ ਗਿਆ, ਮੇਰਾ ਨਿਕਾਹ ਸਿੱਖੀ ਦੇ ਨਾਲ ਹੋ ਗਿਆ, ਮੇਰਾ ਨਾਂ ਅਕਾਲ ਪੁਰਖ ਅੱਲਾ ਦੇ ਨਾਮ ਦੇ ਨਾਲ ਹੋ ਗਿਆ, ਹੁਣ ਮੈਂ ਸਾਰੀ ਉਮਰ ਨਾਮ ਜਪ ਕੇ ਆਪਣਾ ਅੱਗਾ ਸਵਾਰਨਾ ਚਾਹੁੰਦੀ। ਵੇਖੋ ਪਿਤਾ ਦਾ ਵੀ ਕਿੱਡਾ ਵੱਡਾ ਜਿਗਰਾ ਹੋਏਗਾ ਕਿ ਇਹ ਪੰਜ ਗੁਣ ਨਿਹੰਗ ਖਾਨ ਦੇ ਵਿੱਚ ਨਹੀਂ ਆ ਰਹੇ, ਸਾਬਰ ਅਤੇ ਸਿਦਕ। ਇੱਕ ਪਿਤਾ ਜਿਸ ਦੀ ਬੇਟੀ ਇਹ ਗੱਲ ਕਵੇ, ਇਹਦਾ ਮਤਲਬ ਕਿਤੇ ਨਾ ਕਿਤੇ ਸਿੱਖੀ ਦੇ ਗੁਣ ਉਹਨਾਂ ਵਿੱਚ ਹੀ ਸੀ, ਤਾਂ ਹੀ ਗੁਰੂ ਸਾਹਿਬ ਉੱਥੇ ਖੈਰ ਬੇਨਤੀ ਕਰਦੀ, ਕਹਿੰਦੀ ਪਿਤਾ ਜੀ ਮੈਨੂੰ ਇੱਕ ਵੱਖਰਾ ਘਰ ਬਣਾ ਦਿੱਤਾ ਜਾਵੇ ਜਿੱਥੇ ਬਹੁਤ ਘੱਟ ਲੋਕਾਂ ਦਾ ਆਉਣਾ ਜਾਣਾ ਹੋਵੇ ਅਤੇ ਮੈਂ ਉੱਥੇ ਆਪਣੀ ਸਾਰੀ ਉਮਰ ਨਾਮ ਜਪਣਾ ਚਾਹੁੰਦੀ। ਕੋਟਲਾ ਨਿਹੰਗ ਖਾਨ ਤੋਂ ਚੜ੍ਹਦੇ ਵਾਲੇ ਪਾਸੇ ਪਿੰਡ ਬੜੀ ਹੈ, ਆਪ ਜੀ ਜਾਓਗੇ ਨਾ ਜ਼ਰੂਰ ਦਰਸ਼ਨ ਕਰਿਓ, ਬਹੁਤ ਘੱਟ ਜਾਣੇ ਜਾਂਦੇ ਨੇ ਉੱਥੇ। ਉੱਥੇ ਇੱਕ ਕਿਲੇ ਦੇ ਛੋਟੇ ਜਿਹੇ ਕਿਲੇ ਦੇ ਰੂਪ ਦੇ ਵਿੱਚ ਇੱਕ ਘਰ ਤਿਆਰ ਹੁੰਦਾ, ਆਸੇ ਪਾਸੇ ਛੋਟੀਆਂ ਛੋਟੀਆਂ ਪਹਾੜੀਆਂ ਨੇ ਅਤੇ ਇੱਕ ਪਹਾੜੀ ਦੇ ਉੱਤੇ ਛੋਟੇ ਜਿਹੇ ਕਿਲੇ ਦੇ ਰੂਪ 'ਚ ਘਰ ਬਣਾਇਆ ਜਾਂਦਾ ਬੀਬੀ ਮੁਮਤਾਜ਼ ਵਾਸਤੇ। ਜੇ ਆਪ ਜੀ ਪਿੰਡਾਂ ਰਾਹੀਂ ਜਾਓਗੇ ਰੋਪੜ ਵਾਲੇ ਪਾਸੇ ਤੋਂ ਤਾਂ ਤਕਰੀਬਨ ਆਪ ਜੀ ਨੂੰ 13 ਕਿਲੋਮੀਟਰ ਪਏਗਾ, ਜੇ ਆਪ ਜੀ ਮੇਨ ਰੋਡ ਤੋਂ ਜਾਓਗੇ ਚੰਡੀਗੜ੍ਹ ਵਾਲੇ ਪਾਸੇ ਤੋਂ ਇੰਜੀਨੀਅਰਿੰਗ ਕਾਲਜ ਬੱਡਲ ਵਾਲੇ ਪਾਸੇ ਤੋਂ ਤਾਂ 27 ਕਿਲੋਮੀਟਰ ਪਏਗਾ। ਪਿੰਡ ਬੜੀ ਤੋਂ ਬਾਰ ਬਾਰ ਪਹਾੜ ਬਾਈ ਅਤੇ ਚੜ੍ਹਦੇ ਪਾਸੇ ਦੇ ਸਾਮ ਕੋਣ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਬਹੁਤ ਰਮਣੀਕ ਥਾਂ, ਨਾਮ ਬੰਦਗੀ ਵਾਸਤੇ ਬਹੁਤ ਵਧੀਆ ਸਥਾਨ ਹੈ। ਉਸ ਅਸਥਾਨ 'ਤੇ ਬੀਬੀ ਮੁਮਤਾਜ਼ ਤਕਰੀਬਨ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ 131 ਸਾਲ ਉੱਥੇ ਰਹੀ ਅਤੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਗਟ ਹੋਏ, ਉਹਨਾਂ ਦੇ ਅੰਦਰੋਂ ਗਿਆਨ ਪ੍ਰਗਟ ਹੋਇਆ। ਉੱਥੇ ਹੀ ਲਾਗੇ ਉਹਨਾਂ ਦਾ ਜਿੱਥੇ ਉਹਨਾਂ ਨੂੰ ਉਹਨਾਂ ਦੀ ਅੰਤਿਮ ਕ੍ਰਿਆ ਕੀਤੀ ਗਈ, ਦਫਨਾਇਆ ਗਿਆ, ਉਹ ਵੀ ਸਥਾਨ ਹੈ। ਥੋੜ੍ਹਾ ਜਿਹਾ ਰਸਤਾ ਉੱਥੇ ਖਰਾਬ ਹੈ ਪਰ ਉਹ ਵੀ ਸਥਾਨ ਉੱਥੇ ਹੀ ਹੈ। ਅਤੇ ਸਾਰੀ ਉਮਰ ਸਿਮਰਨ ਦੇ ਨਾਲ ਨਾਲ ਉਹ ਇੱਕੋ ਹੀ ਗੱਲ ਕਰਦੇ ਸੀ, ਜਦੋਂ ਵੀ ਉਹਨਾਂ ਨੂੰ ਕੋਈ ਮਿਲਣਾ ਹੁੰਦਾ ਸੀ ਨਾ, ਉਹ ਇੱਕੋ ਹੀ ਗੱਲ ਕਰਦੇ ਹੁੰਦੇ ਸੀ, ਉਹਨਾਂ ਦੀ ਰਸਨਾ 'ਤੇ ਇੱਕੋ ਹੀ ਗੱਲ ਹੁੰਦੀ ਸੀ, ਉਹ ਗੱਲ ਹੁੰਦੀ ਸੀ ਹਰਤਾ ਕਰਤਾ ਗੁਰੂ ਗੋਬਿੰਦ ਸਿੰਘ, ਪਰਵਰ ਦਿਗਾਰ ਗੁਰੂ ਗੋਬਿੰਦ ਸਿੰਘ, ਵਾਹੋ ਵਾਹੋ ਗੁਰੂ ਗੋਬਿੰਦ ਸਿੰਘ। ਵੇਖੋ ਇੱਕ ਵਾਰੀ ਸ਼ੌਂਕ ਪ੍ਰਾਪਤ ਹੋਈ ਬਾਜਾਂ ਵਾਲੇ ਦੀ, ਇੱਕ ਵਾਰ ਸ਼ੌਂਕ ਪ੍ਰਾਪਤ ਹੋਈ
ਸੁਹਾਗਣ ਹੋਣ ਤੋਂ ਪਹਿਲਾਂ ਮੈਨੂੰ ਮਾਫ਼ ਕਰਨਾ। ਜੇ ਦੁਨਿਆਵੀ ਗੱਲ ਕਰੀਏ ਸੁਹਾਗਣ ਹੋਣ ਤੋਂ ਪਹਿਲਾਂ ਹੀ ਰੰਡੇਪਾ ਕੱਟਣਾ ਪਿਆ ਤੇ, ਪਰ ਗੁਰੂ ਨਾਲ ਪਿਆਰ ਕਿਸ ਤਰ੍ਹਾਂ, ਉਹ ਸ਼ਹੀਦ ਦਾ ਗੁਣ ਨਹੀਂ ਵੇਖਦਾ, ਮੁਰਦਾ ਹੋਏ ਮੁਰੀਦ। ਸੋ ਮੁਮਤਾਜ਼ ਜੀ ਦਾ ਉੱਥੇ ਸਥਾਨ ਬਣਿਆ ਪਿਆ। ਕਈ ਵਾਰ ਅਸੀਂ ਇਹ ਇਤਿਹਾਸ ਪੱਖ ਰਹਿ ਜਾਂਦਾ। ਖੈਰ ਗੁਰੂ ਸਾਹਿਬ ਜੀ ਇੱਥੋਂ ਆਪਣੇ ਸਿੰਘਾਂ ਦੇ ਨਾਲ ਚਮਕੌਰ ਸਾਹਿਬ ਵਾਲੇ ਪਾਸੇ ਤੁਰਦੇ ਨੇ। ਅੱਜ ਚਮਕੌਰ ਦੇ ਜੰਗ ਦਾ ਉਹ ਦਿਹਾੜਾ ਹੈ ਜਿਹੜਾ ਅਸੀਂ ਵਿਚਾਰ ਕਰ ਰਹੇ ਹਾਂ। ਚਮਕੌਰ ਦੀ ਗੜੀ 'ਤੇ ਪਹੁੰਚਣ ਤੱਕ ਗੁਰੂ ਸਾਹਿਬ ਜੀ ਦੀ ਦਸਮ ਦੀ ਬਾਣੀ 'ਚ ਬਹੁਤ ਵੇਰਵਾ ਮਿਲਦਾ ਕਿ ਕਿਸ ਤਰ੍ਹਾਂ 10 ਲੱਖ ਨੇ ਘੇਰਾ ਪਾ ਲਿਆ ਸੀ। ਕਈ ਵਿਦਵਾਨ ਕਹਿੰਦੇ 10 ਲੱਖ ਨਹੀਂ ਸੀ, 700 ਸੀ, ਸਾਡੇ ਵਿਦਵਾਨ ਕਹਿੰਦੇ। ਪਰ ਤੁਸੀਂ ਇਕੱਲੇ ਜਰਨੈਲਾਂ ਦਾ ਹੀ ਨਾਂ ਸੁਣ ਲਓ ਨਾ, 22 ਧਾਰ ਦੇ ਰਾਜੇ 22 ਤੇ ਉਹ ਗਿਣ ਲਓ ਸਿੱਧੇ ਜਿਹੜੇ ਰਾਜੇ ਨੇ। ਉਸ ਤੋਂ ਬਾਅਦ ਲਾਹੌਰ ਦੀ ਫੌਜ ਹੈ, ਹੰਡੂਰੀਏ ਦੀ ਫੌਜ ਹੈ, ਉਸ ਤੋਂ ਬਾਅਦ ਦਿੱਲੀ ਦੀ ਫੌਜ ਹੈ, ਉਸ ਤੋਂ ਬਾਅਦ ਸਰਹੰਦ ਦੀ ਫੌਜ ਹੈ। ਸਰਹੰਦ ਜਿਹੜਾ ਸੀ ਸੈਕਿੰਡ ਨੰਬਰ 'ਤੇ ਸੀ, ਬੜਾ ਵੱਡਾ ਰਾਜ। ਦਿੱਲੀ ਪਹਿਲੇ ਨੰਬਰ 'ਤੇ, ਸਰਹੰਦ ਦੂਜੇ ਨੰਬਰ 'ਤੇ ਸੀ, ਜਿਹਦੀਆਂ 32 ਬਾਵਣੀਆਂ ਸੀ। ਹੁਣ ਬਾਵਣੀਆਂ ਕੀ ਹੁੰਦੀਆਂ ਫਿਰ ਵਿਚਾਰਾਂਗੇ। ਸੋ ਇਹ ਸਾਰਿਆਂ ਦੀ ਜਦੋਂ ਅਸੀਂ ਕੈਲਕੂਲੇਸ਼ਨ ਕਰਦੇ ਨਾ, ਉਦੋਂ ਇਹਨਾਂ ਦੀ ਫੌਜ 10 ਲੱਖ ਬਣਦੀ ਹੈ। ਇਹ ਫੌਜ 'ਤੇ 10 ਲੱਖ ਫੌਜ ਔਰੰਗਜ਼ੇਬ ਦੀ ਵੀ ਸੀ, ਇਹ ਵੀ ਮੈਂ ਬੇਨਤੀ ਕਰਦਾ। ਔਰੰਗਜ਼ੇਬ ਦੀ 10 ਲੱਖ ਵੱਖਰੀ ਆਪਣੀ ਸੀ, ਪਰ ਉਹ ਵੱਖਰੀ ਵੱਖਰੀ ਮੁਹਿੰਮਾਂ 'ਤੇ ਗਈ ਹੋਈ ਸੀ, ਉਹਦੇ 'ਚੋਂ ਕੁਛ ਫੌਜ ਉਹਨਾਂ ਨੇ ਇੱਧਰ ਭੇਜੀ ਸੀ। ਸੋ ਖੈਰ 10 ਲੱਖ ਦਾ ਘੇਰਾ ਪੈਂਦਾ ਹੈ। ਗੜੀ ਦੇ ਵਿੱਚ ਗੁਰੂ ਸਾਹਿਬ ਪਹੁੰਚਦੇ ਨੇ। ਇੱਕ ਬੜੀ ਵਧੀਆ ਸਾਖੀ ਆਉਂਦੀ ਗੜੀ ਦੇ ਵੀ, ਗੁਰੂ ਸਾਹਿਬ ਗੜੀ ਦੇ ਅੰਦਰ ਜਾਣ ਤੋਂ ਪਹਿਲਾਂ ਇੱਕ ਖੰਜਰ ਦੇ ਨਾਲ ਛੋਟੀ ਜਿਹੀ ਬੁਰਕੀ ਕੱਢਦੇ ਨੇ ਮਿੱਟੀ ਦੀ, ਅਤੇ ਮਲ ਕੇ ਅਤੇ ਹਥੇਲੀ 'ਤੇ ਫੂਕ ਮਾਰਦੇ ਨੇ ਅਤੇ ਮੁਸਕਰਾਉਂਦੇ ਨੇ। ਭਾਈ ਦਇਆ ਸਿੰਘ ਜੀ ਪੁੱਛਦੇ ਜੀ, ਗੁਰੂ ਸਾਹਿਬ ਜੀ ਇਹ ਕੀ ਕੌਤਕ ਕੀਤਾ? ਕਹਿੰਦੇ ਜੀ ਅਸੀਂ ਇਸ ਗੜੀ ਦੀ, ਇਸ ਸਥਾਨ ਨੂੰ, ਇਸ ਮਿੱਟੀ ਨੂੰ ਨਮਸਕਾਰ ਕਰਨ ਲੱਗ ਗਏ ਹਾਂ। ਕਹਿੰਦੇ ਗੁਰੂ ਸਾਹਿਬ ਜੀ ਉਹ ਕਿਉਂ? ਕਹਿੰਦੇ ਜਿਹੜੇ ਖਾਲਸਾ ਪੰਥ ਸਾਜਿਆ ਸੀ ਨਾ, ਉਸ ਖਾਲਸਾ ਪੰਥ ਦਾ ਅੱਜ ਪਹਿਲਾ ਪਰਚਾ ਜਿਹੜਾ ਨਾ ਇਸ ਗੜੀ 'ਤੇ ਪੈਣਾ, ਅਤੇ ਇਸ ਐਗਜ਼ਾਮੀਨੇਸ਼ਨ ਹਾਲ ਨੇ ਰਹਿੰਦੀ ਦੁਨੀਆ ਤੱਕ ਦੱਸਣਾ ਕਿ ਜੋ ਖਾਲਸਾ ਪੰਥ ਨੇ ਕੀਤਾ ਨਾ ਕਦੀ ਕਿਸੇ ਨੇ ਕੀਤਾ ਸੀ, ਅਤੇ ਨਾ ਕਦੀ ਕੋਈ ਕਰ ਸਕਦਾ। ਇੱਥੇ ਪਰਚੇ ਪੈਣੇ ਨੇ ਅਤੇ ਸਾਰੇ ਖਾਲਸੇ ਨੇ ਪਾਸ ਹੋਣਾ, ਅਤੇ ਖਾਲਸੇ ਦੇ ਨਾਲ ਨਾਲ ਇੱਥੇ ਮੇਰਾ ਵੀ ਪਰਚਾ ਪੈਣਾ ਜੀ। ਖੈਰ ਗੜੀ ਦੇ ਅੰਦਰ ਜਾਂਦੇ ਨੇ। 40 ਸਿੰਘਾਂ ਦੀ ਜਿਹੜੀ ਡਿਊਟੀ ਲੱਗਦੀ ਹੈ, 4-4 ਸਿੰਘ ਜਿਹੜੇ ਨੁੱਕਰਾਂ 'ਤੇ ਲਾਏ ਜਾਂਦੇ ਨੇ, ਉਹਦੇ ਉੱਪਰ 4 ਸਿੰਘ ਲਾਏ ਜਾਂਦੇ ਨੇ। ਮਾਉਂਟੀ ਦੇ ਉੱਤੇ 2 ਸਿੰਘ ਨੇ ਗੁਰੂ ਸਾਹਿਬ ਜੀ ਦੇ ਨਾਲ, 2 ਸਿੰਘ ਭਾਈ ਕਾਠਾ ਸਿੰਘ ਜੀ ਹੋਣੀ ਜਿਹੜੇ ਨੇ, ਉਹ ਭਾਈ ਗਰਜਾ ਸਿੰਘ ਜੀ ਉਹਨਾਂ ਦੀ ਡਿਊਟੀ ਲੱਗਦੀ ਦਰਵਾਜ਼ੇ ਦੇ ਉੱਤੇ। ਸਾਰੀ ਯੋਜਨਾਬੰਦੀ ਦੇ ਨਾਲ ਗੁਰੂ ਸਾਹਿਬ ਸਾਰੇ ਸਿੰਘਾਂ ਦੀ ਡਿਊਟੀ ਲਾਉਂਦੇ ਨੇ। ਹੁਣ ਕਈ ਮਹੀਨਿਆਂ ਦੇ ਭੁੱਖੇ ਨੇ, ਥੱਕੇ ਨੇ, ਅਤੇ ਠੰਡ ਹੈ ਅਤੇ ਮੀਂਹ ਪੈ ਰਿਹਾ। ਮੀਂਹ ਦੇ ਵਿੱਚ ਤਾਂ ਗੁਰੂ ਕੇ ਪਿਆਰ ਵਾਲੇ, ਸਾਡੇ ਕੋਲ ਗੋਭੀ ਨਹੀਂ ਛਿੱਲੀ ਜਾਂਦੀ, ਗੰਢਾ ਨਹੀਂ ਛਿੱਲਿਆ ਜਾਂਦਾ, ਅਤੇ ਸ੍ਰੀ ਸਾਹਿਬ ਫੜ ਕੇ ਅਤੇ 10 ਲੱਖ ਨਾਲ ਸਰੀਰ ਸਾਰਾ ਜਿਹੜਾ ਠੰਡ ਦੇ ਨਾਲ ਜਕੜਿਆ ਪਿਆ। ਪਰ ਗੁਰੂ ਦੇ ਅੱਗੇ ਕੋਈ ਦੁੱਖ ਪ੍ਰਗਟ ਨਹੀਂ, ਕੋਈ ਲਾਮਾ ਨਹੀਂ। ਮੁਰਦਾ ਹੋਏ ਜਿਸ ਹਾਲ ਮੈਂ ਤੂੰ ਰੱਖੇ ਵੋਈ ਹਾਲ ਹੈ। ਅੱਛਾ, ਦੁਨੀਆ ਦਾ ਅਸਾਵਾਂ ਜੰਗ ਆਰੰਭ ਹੁੰਦਾ ਹੈ, 10 ਲੱਖ ਦਾ ਘੇਰਾ ਪੈਂਦਾ ਹੈ, ਵਿਉਂਤਬੰਦੀ ਬਣਾਈ ਜਾਂਦੀ ਹੈ। 5-5 ਸਿੰਘਾਂ ਦੇ ਜੱਥੇ, ਪਹਿਲਾਂ ਤੀਰਾਂ ਦੇ ਨਾਲ ਮੁਕਾਬਲਾ ਹੁੰਦਾ, 5-5 ਸਿੰਘਾਂ ਦੇ ਜੱਥੇ ਨਿਕਲਦੇ ਨੇ 10 ਲੱਖ ਦੇ ਨਾਲ। ਪਰ ਗੁਰੂ ਕੇ ਪਿਆਰ ਵਾਲੇ, ਉਹ ਇਤਿਹਾਸ ਗਵਾਹ ਹੈ, ਉਹ 40 ਦੇ ਸੀਸ ਕੱਟੇ ਗਏ ਪਰ ਝੁਕੇ ਨਹੀਂ, ਉਹੀ ਇਤਿਹਾਸ ਗਵਾਹ ਹੈ। ਸ਼੍ਰੀ ਦਰਬਾਰ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਨਾਲ 30 ਸਿੰਘ ਨੇ, ਅਤੇ ਅਬਦਾਲੀ ਦੀ 35,000 ਫੌਜ ਹੈ, ਉਹ 30 ਦੇ ਸੀਸ ਕੱਟੇ ਗਏ ਪਰ ਝੁਕੇ ਨਹੀਂ। ਦੁਨੀਆ ਦੀਆਂ ਕੌਮਾਂ ਨਾਲੋਂ ਵੱਖਰਾ ਇਤਿਹਾਸ ਹੈ, ਸਾਡਾ ਜੀਣਾ ਵੱਖਰਾ, ਸਾਡੀ ਮੌਤ ਵੱਖਰੀ, ਸਾਡਾ ਢੰਗ ਵੱਖਰਾ। ਸੋ ਇਸ ਸਾਰੇ ਸੰਦਰਭ ਦੇ ਵਿੱਚ ਬਾਬਾ ਅਜੀਤ ਸਿੰਘ ਜੀ, ਸਮਾਂ ਸੀਮਤ, ਮੈਂ ਆਪਣੇ ਵਿਚਾਰ ਸੰਕੋਚਦਾ, ਬਾਬਾ ਅਜੀਤ ਸਿੰਘ ਜੀ ਆਉਂਦੇ ਨੇ ਗੁਰੂ ਸਾਹਿਬ ਜੀ ਨੂੰ ਹੱਥ ਜੋੜਦੇ, ਕਹਿੰਦੇ ਗੁਰੂ ਸਾਹਿਬ ਜੀ ਆਗਿਆ ਦਿਓ, ਮੈਂ ਮੈਦਾਨ ਦੇ ਜੰਗ 'ਚ ਜਾਣਾ ਚਾਹੁੰਦਾ। ਜਾਣਾ ਬਹੁਤ ਸੌਖਾ ਹੈ ਗੁਰੂ ਕੇ ਪਿਆਰ ਵਾਲੇ, ਸਾਡਾ ਬੱਚਾ ਕਹੇ ਨਾ ਮੇਰਾ ਵੀਜ਼ਾ ਲੱਗ ਗਿਆ ਕਨੇਡਾ ਜਾਣਾ, ਅਮਰੀਕਾ ਜਾਣਾ, ਆਪ ਸਾਰੇ ਆਏ ਜੇ ਇੱਥੇ ਨਿਊਜ਼ੀਲੈਂਡ 'ਚ, ਬੜੀ ਖੁਸ਼ੀ ਹੁੰਦੀ ਬੱਚੇ ਦਾ ਵੀਜ਼ਾ ਲੱਗ ਗਿਆ। ਪਰ ਜਦੋਂ ਮਾਂ ਅਤੇ ਪਿਤਾ ਤੋਰਦੇ ਨੇ ਨਾ ਟੈਚੀਆਂ ਫੜ ਕੇ ਗੱਡੀ 'ਚ ਰੱਖਦੇ, ਉਹਨੂੰ ਪੁੱਛ ਕੇ ਰੱਖੇ, ਪਤਾ ਹੈ ਇਹਨੇ ਕੱਲ੍ਹ ਪਹੁੰਚ ਜਾਣਾ, ਉੱਥੇ ਵੀਡੀਓ ਕਾਲ ਵੀ ਰੋਜ਼ ਕਰ ਦੇਣੀ, ਉੱਥੋਂ ਡਾਲਰ ਵੀ ਆ ਜਾਣਗੇ, ਮੈਨੂੰ ਮਾਫ਼ ਕਰਨਾ, ਸੱਚਾਈ ਹੈ। ਪਰ ਜਿਹੜੇ ਬਾਜਾ ਵਾਲੇ ਨੂੰ ਪਤਾ ਕਿ 10 ਲੱਖ ਦੇ ਵਿੱਚ ਮੈਂ ਆਪਣੇ ਬੱਚੇ ਨੂੰ ਭੇਜ ਰਿਹਾ, ਮੇਰਾ ਬੱਚਾ ਨਹੀਂ ਆਉਣਾ, ਬੱਚਾ ਛੱਡ ਕੇ ਉਸ ਮੇਰੇ ਬੱਚੇ ਦਾ ਪੁਸ਼ਾਕੇ ਦਾ ਚੀਥੜਾ ਵੀ ਨਹੀਂ ਆਉਣਾ। ਗੁਰੂ ਸਾਹਿਬ ਜੀ ਮੁਸਕਰਾਉਂਦੇ ਕਹਿੰਦੇ, ਬਾਬਾ ਅਜੀਤ ਸਿੰਘ ਜੀ ਤੁਸੀਂ ਆਪ ਆਏ ਜੇ, ਬੜੀ ਖੁਸ਼ੀ ਹੋਈ ਜੇ, ਮੈਨੂੰ ਆਵਾਜ਼ ਮਾਰ ਕੇ ਬੁਲਾਉਣਾ ਪੈਂਦਾ ਤਾਂ ਇਤਿਹਾਸ ਕੁਛ ਹੋਰ ਹੋਣਾ ਸੀ।
ਬਾਬਾ ਅਜੀਤ ਸਿੰਘ ਜੀ ਆਗਿਆ ਪਾ ਕੇ ਮੈਦਾਨੇ ਜੰਗ 'ਚ ਜਾਂਦੇ ਨੇ। ਕਈ ਵਿਦਵਾਨ ਲਿਖਦੇ ਨੇ ਸਤ ਸਿੰਘ ਉਹਨਾਂ ਨਾਲ ਗਏ ਨੇ। ਬਾਬਾ ਅਜੀਤ ਸਿੰਘ ਜੀ ਜੋ ਦੁਸ਼ਮਣਾਂ ਦੇ ਆਹੂ ਲਾਉਂਦੇ ਨੇ, ਪਹਿਲਾਂ ਬਰਸ਼ੇ ਦੇ ਨਾਲ, ਵੱਡੀ ਸ੍ਰੀ ਸਾਹਿਬ ਦੇ ਨਾਲ, ਵੱਡੀ ਸ੍ਰੀ ਸਾਹਿਬ ਜਦੋਂ ਟੁੱਟ ਜਾਂਦੀ ਹੈ ਅਤੇ ਕਮਰ ਕਾਸੇ ਦੇ ਖੰਜਰ ਦੇ ਨਾਲ, ਖੰਜਰ ਹੱਥ ਛੁੱਟ ਜਾਂਦਾ ਅਤੇ ਗਾਤਰੇ ਦੀ ਕਿਰਪਾ ਆਉਂਦੇ ਨਾਲ, ਇੰਨਾ ਘਮਾਸਾਨ ਦਾ ਜੰਗ ਹੁੰਦਾ ਹੈ। ਗੁਰੂ ਕੇ ਪਿਆਰ ਵਾਲਿਓ, ਆਪ ਜੀ ਜਦੋਂ ਜਾਓਗੇ ਨਾ ਚਮਕੌਰ ਸਾਹਿਬ ਜਾਓਗੇ ਦਰਸ਼ਨ ਮੇਲੇ ਕਰਨ, ਚੜ੍ਹਦੇ ਪਾਸੇ ਕੁਛ ਕਿਲੋਮੀਟਰਸ 'ਤੇ, ਮੇ ਬੀ ਅੰਦਾਜ਼ਨ 6 ਜਾਂ 7 ਕਿਲੋਮੀਟਰ 'ਤੇ ਇੱਕ ਪਿੰਡ ਹੈ, ਉਹਦੇ 'ਚ ਬਾਬਾ ਅਜੀਤ ਸਿੰਘ ਜੀ ਦਾ ਨਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਦੋਂ ਅਸੀਂ ਉੱਥੇ ਉਸ ਪਿੰਡ ਜਾਂਦੇ ਹਾਂ ਨਾ, ਅਤੇ ਉੱਥੇ ਦੇ ਪਿੰਡ ਵਾਲੇ ਇਤਿਹਾਸ ਦੱਸਦੇ ਨੇ ਕਿ ਇੱਥੇ ਬਾਬਾ ਅਜੀਤ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਹੁਣ ਪਿਆਰ ਵਾਲਿਓ, ਤੁਸੀਂ ਦੇਖੋ, ਜੇ ਅਸੀਂ ਅਤੇ ਤੁਸੀਂ ਤੁਰ ਕੇ ਜਾਣਾ ਹੋਵੇ ਨਾ, ਕਿਲੋਮੀਟਰ ਦਾ ਸਫ਼ਰ ਕਰਨਾ, ਤਾਂ ਘੱਟੋ ਘੱਟ 1 ਕਿਲੋਮੀਟਰ 'ਚ ਸਾਨੂੰ ਘੱਟੋ ਘੱਟ 15 ਮਿੰਟ ਤਾਂ ਲੱਗਦੇ ਹੀ ਆ, ਘੱਟੋ ਘੱਟ 1 ਕਿਲੋਮੀਟਰ 'ਚ, ਅਤੇ 10 ਲੱਖ ਦਾ ਘੇਰਾ ਜੰਗ ਕਰਦਿਆਂ 6 ਤੋਂ 7 ਕਿਲੋਮੀਟਰ ਉਸ ਪਾਸੇ ਸਫ਼ਰ ਕਰ ਜਾਣਾ ਅਤੇ ਫੌਜਾਂ ਨੂੰ ਪਿੱਛੇ ਕਰ ਦੇਣਾ, ਕਿਸ ਤਰ੍ਹਾਂ ਦਾ ਜੰਗ ਹੋਏਗਾ? ਬਾਬਾ ਅਜੀਤ ਸਿੰਘ ਨੇ ਜੰਗ ਕਿਸ ਤਰ੍ਹਾਂ ਕੀਤਾ, ਇਹਨਾਂ ਦੀ ਤਿਆਰੀ ਕਿੱਦਾਂ ਹੋਈ ਸੀ, ਫਿਰ ਆਪਾਂ ਵਿਚਾਰ ਕਰਾਂਗੇ। ਕਿਉਂਕਿ ਜੰਗ ਕਰਦਿਆਂ 2 ਪੈਰ ਅੱਗੇ ਵੀ ਜਾਇਆ ਜਾ ਸਕਦਾ ਅਤੇ 4 ਪੈਰ ਪਿੱਛੇ ਵੀ, 2 ਪੈਰ ਸੱਜੇ ਵੀ ਜਾ ਸਕਦਾ ਅਤੇ 3 ਪੈਰ ਖੱਬੇ ਵੀ। ਇੰਨਾ ਘਮਾਸਾਨ ਜੰਗ ਕਰਦਿਆਂ ਬਾਬਾ ਅਜੀਤ ਸਿੰਘ ਜੀ ਇੰਨੀ ਦੂਰ ਤੱਕ ਉਹਨਾਂ ਦੀਆਂ ਫੌਜਾਂ ਨੂੰ ਧੱਕਦੇ ਨੇ, ਸ਼ਹਾਦਤ ਦਾ ਜਾਮ ਪੀਂਦੇ ਨੇ। ਜਦੋਂ ਸ਼ਹਾਦਤ ਦਾ ਜਾਮ ਪੀਂਦੇ ਨੇ, ਗੁਰੂ ਸਾਹਿਬ ਜੀ ਬੌਂਕੀ ਤੋਂ ਵੇਖ ਕੇ ਮੁਸਕਰਾਉਂਦੇ ਨੇ। ਕਈ ਵਿਦਵਾਨਾਂ ਨੇ ਲਿਖਿਆ ਜੈਕਾਰਾ ਛੱਡਦੇ ਨੇ, ਅਤੇ ਕਈ ਵਿਦਵਾਨਾਂ ਨੇ ਲਿਖਿਆ ਗੁਰੂ ਸਾਹਿਬ ਜੀ ਵੇਖ ਕੇ ਕਹਿੰਦੇ ਨੇ, ਪਿਰਮ ਪਿਆਲਾ ਪ੍ਰੇਮ ਕਾ ਪਿਓ ਸਮਨ ਅਵਤਾਰ, ਆਜ ਖਾਲਸਾ ਖਾਸ ਭਇਓ ਹੈ ਸਤਿਗੁਰ ਕੇ ਦਰਬਾਰ। ਕਿ ਮੇਰਾ ਪਹਿਲਾ ਪਰਚਾ ਜਿਹੜਾ ਸੀ ਨਾ, ਸਬਜੈਕਟ ਦਾ ਜਿਹੜਾ ਪੇਪਰ ਸੀ, ਉਹ 'ਚ ਮੈਂ ਪਾਸ ਹੋ ਗਿਆ। ਅੱਜ ਖਾਲਸਾ ਖਾਸ ਹੋਇਆ ਕਿਉਂਕਿ ਜਿਹੜੇ ਗੁਣ ਮੈਂ ਖਾਲਸੇ 'ਚ ਪਾਉਣਾ ਚਾਹੁੰਦਾ ਹਾਂ, ਸਭ ਤੋਂ ਪਹਿਲਾਂ ਮੈਨੂੰ ਉਹ ਆਪਣੇ 'ਚ ਧਾਰਨ ਕਰਨੇ ਪੈਣੇ ਸੀ। ਅੱਜ ਜਿਹੜਾ ਮੇਰਾ ਪਹਿਲਾ ਪਰਚਾ ਪਿਆ ਨਾ, ਵੱਡਾ ਪਰਚਾ ਬਾਬਾ ਅਜੀਤ ਸਿੰਘ ਦਾ, ਸੱਚ ਜਾਣਿਓ ਅੱਜ ਖਾਲਸਾ ਹੋਰ ਖਾਸ ਹੋ ਗਿਆ ਸਤਿਗੁਰ ਕੇ ਦਰਬਾਰ। ਇਹ ਸ਼ਬਦ ਉਚਾਰਨ ਕਰਦੇ ਨੇ। ਇਸ 10 ਲੱਖ ਦੇ ਘੇਰੇ ਦੇ ਵਿੱਚ ਨਾ ਇੱਕ ਪ੍ਰੈਸ ਰਿਪੋਰਟਰ ਸੀ ਔਰੰਗਜ਼ੇਬ ਦਾ। ਉਸ ਸਮੇਂ ਨਾ ਅਖਬਾਰ ਲਿਖੀ ਜਾਂਦੀ ਸੀ, ਦਿੱਲੀ ਗੌਰਮੈਂਟ ਲਾਇਬ੍ਰੇਰੀ ਦੇ ਵਿੱਚ ਇਹ ਰਿਕਾਰਡ ਸਾਂਭਿਆ ਪਿਆ, ਜਿਸ ਦਾ ਨਾਂ ਸੀ ਉਸ ਵੇਲੇ ਅਖਬਾਰੇ ਦਰਬਾਰੇ ਮੌਲਾ। ਕੀ ਹੁੰਦਾ ਸੀ ਕਿ ਫੌਜਾਂ ਦੇ ਨਾਲ ਇੱਕ ਇੱਕ ਪ੍ਰੈਸ ਰਿਪੋਰਟਰ ਰੱਖਿਆ ਜਾਂਦਾ ਸੀ ਕਿ ਉੱਥੇ ਦੀ ਜਿਹੜੀ ਰੋਜ਼ ਦੀ ਘਟਨਾ ਉਹ ਲਿਖਤੀ ਰੂਪ ਵਿੱਚ ਬਾਦਸ਼ਾਹ ਨੂੰ ਜਾਂਦੀ ਹੁੰਦੀ ਸੀ। ਉਹ ਅਖਬਾਰ ਨਵੀਸ ਨੇ ਆਪਣੇ ਦਰਬਾਰੇ ਮੌਲਾ ਦੇ ਵਿੱਚ ਨਾ ਇੱਕ ਰਿਪੋਰਟ ਅੰਕਿਤ ਕੀਤੀ। ਉਹ ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਅਗਲੇ ਦਿਨ ਜਦੋਂ ਸਿੱਖਾਂ ਦਾ ਗੁਰੂ ਸਾਡੇ ਹੱਥ ਨਾਲ ਲੱਗਾ ਚਲਿਆ ਗਿਆ, ਅਤੇ ਸਾਰਿਆਂ ਨੇ ਮਤਲਬ ਇਹ ਗੱਲ ਸੋਚੀ ਕਿ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਜਿਹੜੇ ਨਾ ਉਹ ਦੇਖੀ ਕਿਹੋ ਜਿਹੇ ਦਿਖਦੇ ਸੀ ਜਿਨ੍ਹਾਂ ਨੇ ਇੰਨਾ ਘਮਾਸਾਨ ਜੰਗ ਕੀਤਾ। ਕਹਿੰਦੇ ਅਸੀਂ ਜਦੋਂ ਲੱਭਿਆ ਉੱਥੋਂ ਜਾ ਕੇ, ਅਤੇ ਬਾਬਾ ਅਜੀਤ ਸਿੰਘ ਦਾ ਅਸੀਂ ਸਰੀਰ ਦੇਖਿਆ, ਉਸ ਸਰੀਰ ਨੂੰ ਦੇਖ ਕੇ ਅਤੇ ਕਹਿੰਦੇ ਉਹਨੇ ਜਿਹੜੀ ਰਿਪੋਰਟ ਭੇਜੀ ਉਹਨੇ ਲਿਖਿਆ ਕਿ ਬਾਬਾ ਅਜੀਤ ਸਿੰਘ ਦੀ ਜਿਹੜੀ ਸ਼ਹਾਦਤ ਸੀ ਉਹਦਾ ਕਾਰਨ ਇਹ ਸੀ ਕਿ ਉਹਨਾਂ ਦੇ ਸਰੀਰ ਦੇ ਉੱਤੇ 395 ਫੱਟ ਲੱਗੇ ਹੋਏ ਸਨ ਸ਼ਸਤਰਾਂ ਦੇ, ਜਿਹੜੇ ਗਿਣੇ ਜਾਂਦੇ ਸਨ, ਜਿਹੜੇ ਨਹੀਂ ਗਿਣੇ ਜਾਂਦੇ ਸੀ ਉਹ ਵੱਖਰੇ, ਜਿਹੜੇ ਫੱਟ ਦੇ ਉੱਤੇ ਫੱਟ ਵੱਜੇ ਹੋਣਗੇ ਉਹ ਵੱਖਰੇ। ਗੁਰੂ ਕੇ ਪਿਆਰ ਵਾਲਿਓ, ਹਿੰਦੁਸਤਾਨ ਦਾ ਜਿਹੜਾ ਨੈਸ਼ਨਲ ਲੈਵਲ ਦਾ ਕੁਇਜ਼ ਕੰਪੀਟੀਸ਼ਨ ਹੈ ਨਾ, ਉਹਦੇ 'ਚ ਇੱਕ ਕੁਸ਼ਚਨ ਆਉਂਦਾ, ਉਹ ਪੁੱਛਦੇ ਆ ਕਿ ਇੰਡੀਆ ਦਾ ਸਭ ਤੋਂ ਵੱਡਾ ਬਹਾਦਰ ਕੌਣ ਹੋਇਆ, ਉਹਦਾ ਜਵਾਬ ਉਹ ਦਿੰਦੇ ਨੇ ਰਾਣਾ ਸੰਘਾ। ਫਿਰ ਪੁੱਛਿਆ ਜਾਂਦਾ ਰਾਣਾ ਸੰਘਾ ਇੰਨਾ ਬਹਾਦਰ ਕਿਉਂ ਹੋਇਆ, ਕਹਿੰਦੇ ਕਿਉਂਕਿ ਜਦੋਂ ਮੈਦਾਨੇ ਜੰਗ ਵਿੱਚ ਜੂਝਿਆ ਸੀ ਨਾ, ਅਤੇ ਉਹਨੂੰ 180 ਫੱਟ ਲੱਗੇ ਸੀ, ਫਿਰ ਉਹ ਸ਼ਹੀਦ ਹੋਇਆ ਸੀ। ਇੱਕ ਪਾਸੇ 180 ਫੱਟ ਅਤੇ ਇੱਕ ਪਾਸੇ 395 ਫੱਟ ਲੱਗ ਕੇ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਉਸ ਉਪਰੰਤ ਛੋਟਾ ਭਰਾ ਜਿਹੜਾ
ਬਾਬਾ ਜੁਝਾਰ ਸਿੰਘ ਜੀ ਗੁਰੂ ਸਾਹਿਬ ਜੀ ਦੇ ਸਨਮੁਖ ਹੁੰਦਾ, ਹੱਥ ਜੋੜ ਕੇ ਕਹਿੰਦੇ ਕਹਿੰਦੇ ਪਿਤਾ ਜੀ ਆਗਿਆ ਦਿਓ। ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਕਹਿੰਦੇ ਕਿਉਂ? ਕਹਿੰਦੇ ਬਾਈ ਸੇ ਵਿਛੜ ਕਰ, ਬਾਈ ਸੇ ਵਿਛੜ ਕਰ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਪਾਤਾ। ਕਿਉਂਕਿ ਇਕੱਠੇ ਅਸੀਂ ਰਹੇ, ਇਕੱਠੇ ਸ਼ਸਤਰ ਵਿੱਦਿਆ ਸਿੱਖੀ, ਇਕੱਠੇ ਖਾਂਦੇ ਰਹੇ, ਇਕੱਠੇ ਪੀਂਦੇ ਰਹੇ, ਅਤੇ ਕਿ ਉਹਨਾਂ ਨੂੰ ਇਕੱਠੇ ਸ਼ਹਾਦਤ ਦਾ ਜਾਮ ਵੀ ਪੀਏ। ਗੁਰੂ ਸਾਹਿਬ ਜੀ ਦੋਵੇਂ ਮੋਢਿਆਂ ਤੋਂ ਫੜ ਕੇ ਨਾ ਮੁਸਕਰਾ ਕੇ ਕਹਿੰਦੇ ਕਹਿੰਦੇ ਪੁੱਤਰਾ ਚਲੇ ਜਾ, ਪਰ ਅੱਜ ਮੈਂ ਤੇਰੇ ਕੋਲ ਕੁਛ ਮੰਗਣਾ ਚਾਹੁੰਦਾ। ਕਹਿੰਦੇ ਜਾਂ ਇੱਕ ਵਾਰ ਮੈਂ 1699 'ਚ ਖਾਲਸੇ ਕੋਲ ਮੰਗਿਆ ਸੀ, ਪੰਜਾਂ ਪਿਆਰਿਆਂ ਕੋਲ, ਅਤੇ ਅੱਜ ਮੈਂ ਚਮਕੌਰ ਦੀ ਗੜੀ 'ਚ ਸਾਹਿਬਜ਼ਾਦਿਆਂ ਤੇਰੇ ਕੋਲ ਕੁਛ ਮੰਗਣਾ ਚਾਹੁੰਦਾ। ਗੁਰੂ ਸਾਹਿਬ ਜੀ ਨੇ ਸਾਨੂੰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿੰਦੇ ਗੁਰਪਿਤਾ ਜੀ ਹੁਕਮ ਕਰੋ। ਕਹਿੰਦੇ ਅੱਜ ਨਾ ਮੇਰੀ ਇੱਕ ਖਾਹਿਸ਼ ਹੈ, ਮੇਰਾ ਅਰਮਾਨ ਹੈ। ਇੱਕ ਅੱਜ ਦੇ ਪਿਤਾ ਦਾ ਅਰਮਾਨ ਹੁੰਦਾ ਬੱਚਾ ਆਈਲੈਟਸ ਕਲੀਅਰ ਕਰ ਲਏ, ਕਨੇਡਾ ਚੱਲ ਜਾਏ, ਅਮੈਰੀਕਾ ਚੱਲ ਜਾਏ, ਨੌਕਰੀ ਮਿਲ ਜਾਏ, ਬਦਲੀ ਹੋ ਜਾਏ, ਉਹਦਾ ਵਿਆਹ ਹੋ ਜਾਏ, ਉਹਨੂੰ ਪੁੱਤਰ ਦੀ ਦਾਤ ਹੋ ਜਾਏ। ਦੇਖੋ ਬਾਜਾਂ ਵਾਲੇ ਦੀ ਖਾਹਿਸ਼। ਕਹਿੰਦੇ ਗੁਰੂ ਸਾਹਿਬ ਜੀ ਹੁਕਮ ਕਰੋ। ਗੁਰੂ ਸਾਹਿਬ ਕਹਿੰਦੇ ਮੈਨੂੰ ਖਾਹਿਸ਼ ਹੈ, ਖਾਹਿਸ਼ ਹੈ ਤੁਵੇਂ ਤੇਗ ਚਲਾਤੇ ਹੋਏ ਦੇਖੇ। 1,00,000 ਫੌਜ ਦੇ ਵਿੱਚ ਤੈਨੂੰ ਮੈਂ ਤੇਗ ਚਲਾਉਂਦਾ ਵੇਖਾਂ। ਖਾਹਿਸ਼ ਹੈ ਤੁਵੇਂ ਤੇਗ ਚਲਾਤੇ ਹੋਏ ਦੇਖੇ, ਹਮ ਆਪ ਸੇ ਤੁਵੇਂ ਬਰਸ਼ੀ ਖਾਤੇ ਹੋਏ ਦੇਖੇ। ਮੈਂ ਵੇਖਾਂ ਜਦੋਂ ਤੈਨੂੰ ਬਰਸ਼ੀ ਵੱਜੇ ਨਾ ਪੁੱਤਰਾ, ਤੇ ਤੇਰੀ ਛਾਤੀ 'ਚ ਵੱਜਣੀ ਚਾਹੀਦੀ ਹੈ, ਤੇਰੀ ਪਿੱਠ 'ਚ ਨਹੀਂ ਵੱਜਣੀ ਚਾਹੀਦੀ। ਜੇ ਕੋਈ ਬਰਸ਼ੀ ਮਾਰਨ ਲੱਗੂਗਾ ਨਾ, ਕੋਈ ਇਹੋ ਜਿਹਾ ਪੈਂਤਰਾ ਨਾ ਕਰਦੀ ਕਿ ਪਿਛਲੇ ਨੂੰ ਤੂੰ ਮਾਰਨ ਵਾਸਤੇ ਪਿੱਛੇ ਨੂੰ ਮੂਵ ਕਰਦੀ। ਬਰਸ਼ੀ ਤੂੰ ਛਾਤੀ ਦੇ ਖਾਣੀ ਹੈ, ਇਹ ਮੇਰੀ ਖਾਹਿਸ਼ ਹੈ। ਖਾਹਿਸ਼ ਹੈ ਤੁਵੇਂ ਤੇਗ ਚਲਾਤੇ ਹੋਏ ਦੇਖੇ, ਹਮ ਆਗ ਸੇ ਤੁਵੇਂ ਬਰਸ਼ੀ ਖਾਤੇ ਹੋਏ ਦੇਖ। ਨਮਸਕਾਰ ਕਰਕੇ ਮੈਦਾਨੇ ਜੰਗ 'ਚ ਜਾਂਦਾ ਛੋਟਾ ਵੀਰ। ਛੋਟੇ ਵੀਰ ਦਾ ਗੁਰਦੁਆਰਾ ਲੈਂਦੇ ਪਾਸੇ ਬਣਿਆ, 3 ਕਿਲੋਮੀਟਰ ਦਰਸ਼ਨ ਕਰਿਓ ਜ਼ਰੂਰ। ਤਾੜੀ ਸਾਹਿਬ ਵਾਲੇ ਪਾਸੇ ਦੇ ਜਦੋਂ ਪਿੱਛੇ ਨੂੰ ਜਾਈਏ, 1,00,000 ਦੇ ਘੇਰੇ ਨੂੰ ਕਿਸ ਤਰ੍ਹਾਂ ਉਹ ਜੂਝ ਕੇ ਪਿੱਛੇ ਲੈ ਕੇ ਗਏ ਨੇ, ਸ਼ਹਾਦਤ ਦਾ ਜਾਮ ਪੀਂਦੇ ਕਿੰਨਾ ਚਿਰ? 1,00,000 ਦੇ। ਗੱਲ ਇਹ ਨਹੀਂ ਹੈ ਕਿ ਜਿਹੜੀਆਂ ਜੰਗਾਂ ਨੇ ਨਾ, ਇਹਨਾਂ ਦੇ ਜਿੱਤ ਹਾਰ ਦੇ ਪੈਰਾਮੀਟਰ ਕੁਛ ਹੋਰ ਜਾਂਦੇ ਨੇ। ਇਹ ਨਹੀਂ ਕਿ ਉੱਥੇ 40 ਸਿੰਘ ਸ਼ਹੀਦ ਹੋ ਗਏ, ਖਿਆਲ ਕਰਿਓ। ਜੰਗ ਦਾ ਪੈਰਾਮੀਟਰ ਕੁਛ ਹੋਰ ਹੁੰਦਾ ਜੀ। ਸਮਾਂ ਰਿਹਾ ਫਿਰ ਆਪਾਂ ਕਿਤੇ ਵਿਚਾਰ ਕਰਾਂਗੇ। ਉੱਥੇ ਗੱਲ ਇਹ ਹੁੰਦੀ, ਜਿੱਤ ਦੀ ਨਿਸ਼ਾਨੀ ਕੀ ਹੁੰਦੀ ਹੈ? ਜਿੱਤ ਦੀ ਨਿਸ਼ਾਨੀ ਉੱਥੇ ਇਹ ਹੁੰਦੀ ਹੈ ਕਿ 1,50,000 ਜਰਨੈਲ ਔਰੰਗਜ਼ੇਬ ਦੇ ਸਾਹਮਣੇ ਇਹ ਸਹੁੰ ਖਾ ਕੇ ਜਾਂਦਾ, ਅਤੇ ਔਰੰਗਜ਼ੇਬ ਉਹਨੂੰ ਕਹਿੰਦਾ ਕਿ ਅਸੀਂ ਤਾਂ ਜਿੱਤਦੇ ਹਾਂ ਜੇ ਕਲਗੀਆਂ ਵਾਲਾ ਮੁਸ਼ਕਾਂ ਬੰਨ ਕੇ ਇੱਥੇ ਲਿਆ ਕੇ ਸੁੱਟੇ, ਅਸੀਂ ਤਾਂ ਜਿੱਤਦੇ ਹਾਂ ਜੇ ਕਲਗੀਆਂ ਵਾਲੇ ਦਾ ਸਿਰ ਇੱਥੇ ਲਿਆ ਕੇ ਦੇ। ਸੋ ਜਿੱਤ ਹਾਰ ਕਿਹਦੇ 'ਤੇ ਡਿਪੈਂਡ ਹੈ? ਕਲਗੀਆਂ ਵਾਲੇ ਦੇ ਸਿਰ 'ਤੇ ਜਾਂ ਗ੍ਰਿਫਤਾਰੀ 'ਤੇ? ਮੈਚ ਇਸ ਗੱਲ ਦਾ ਪਿਆ। ਹੁਣ ਇਸੇ ਤਰੀਕੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤ ਹਾਰ ਕਿਹਦੇ 'ਤੇ ਡਿਪੈਂਡ ਹੈ? ਫਖਸ਼ੀਅਰ ਕਹਿੰਦਾ ਕਿ ਤੈਨੂੰ ਸ਼ਹੀਦ ਨਹੀਂ ਕਰਨਾ, ਤੈਨੂੰ ਇਸਲਾਮ ਮਨਾਉਣਾ, ਮੇਰੀ ਜਿੱਤ ਇਹਦੇ 'ਚ ਹੈ। ਫੜੇ ਜਾਣਾ ਜਾਂ ਸ਼ਹੀਦ ਹੋਣਾ ਹਾਰ ਨਹੀਂ ਹੈ, ਕਿਸੇ ਦੀ ਈਨ ਨੂੰ ਮੰਨ ਲੈਣਾ। ਹਾਰ ਜਾਣਾ ਕੋਈ ਪਾਪ ਨਹੀਂ ਹੈ, ਪਰ ਹਾਰ ਮੰਨ ਲੈਣਾ ਪਾਪ ਹੈ। 84 ਦੇ ਵਿੱਚ ਜਿੱਤ ਹਾਰ ਇੱਥੇ ਖੜੀ ਹੈ ਕਿ ਜਰਨੈਲ ਸਿੰਘ ਨੂੰ ਇੱਥੇ ਲਿਆਓ ਦਿੱਲੀ। ਸੋ ਪੈਰਾਮੀਟਰ ਵੱਖਰੇ ਹੁੰਦੇ ਨੇ। ਖੈਰ ਆਪਾਂ ਉਸ ਪਾਸੇ ਨਾ ਜਾਈਏ। ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਜਿਹੜੇ ਅਜੀਤ ਸਿੰਘ ਜੀ ਤੋਂ ਛੋਟੇ ਨੇ, ਸ਼ਹਾਦਤ ਦਾ ਜਾਮ ਪੀਂਦੇ ਨੇ। ਗਿਆਨੀ ਸੋਹਣ ਸਿੰਘ ਸ਼ੀਤਲ ਨੇ ਬਹੁਤ ਸੋਹਣਾ 4 ਕਲਿਆਣਾ ਉਹਨਾਂ ਦੀਆਂ ਲਿਖੀਆਂ ਨੇ। ਕਹਿੰਦੇ ਉਸ ਵੇਲੇ ਵੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜੈਕਾਰੇ ਦੇ ਰੂਪ ਦੇ ਵਿੱਚ ਕੁਛ ਪੰਕਤੀਆਂ ਸਾਂਝੀਆਂ ਕੀਤੀਆਂ। ਉਹ ਲਿਖਦੇ ਨੇ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ। ਵੱਡਾ ਵੀਰ ਜਦੋਂ ਗਿਆ, ਪਹਿਲਾਂ ਪੇਪਰ ਤਾਂ ਹੋ ਗਿਆ ਕਲਗੀਆਂ ਵਾਲੇ ਪਾਤਸ਼ਾਹ ਦਾ, ਹੁਣ ਦੂਜਾ ਪੇਪਰ ਸੀ। ਕਹਿੰਦੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ, ਤੇਰਾ ਤੁਝਕੋ ਸੌਪ ਤੇ ਕਿਆ ਲਾਗੇ ਮੇਰਾ, ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ, ਹੋਵਾਂ ਤੇਰਥੋਂ ਸੁਰਖਰੂ ਪ੍ਰਣ ਪਤ ਪਾਲ ਕਨੇਰਾ, ਵਾਹੋ ਵਾਹੋ ਗੋਬਿੰਦ ਸਿੰਘ ਧੰਨ ਜਿਗਰਾ ਤੇਰਾ। ਨਾ ਤੇ ਉਹਦੇ ਵਰਗਾ ਪਹਿਲਾਂ ਕੋਈ ਸੀ, ਤੇ ਨਾ ਉਹਦੇ ਵਰਗਾ ਕੋਈ ਹੋ ਸਕਦਾ, ਉਹਦੇ ਵਰਗਾ ਕੋਈ ਨਹੀਂ ਹੋ ਸਕਦਾ। ਕਹਿੰਦੇ ਅੱਜ ਜਿਹੜਾ ਦੂਸਰਾ ਪੇਪਰ ਸੀ, ਮੇਰੀ ਜਿਹੜੀ ਦੂਸਰੀ ਕਿਸ਼ਤ ਸੀ ਨਾ, ਇਹ ਵੀ ਕਿਸ਼ਤਾਂ ਦੇ ਵਿੱਚ ਅਦਾ ਹੋਈ। ਸੋ ਸਮਾਂ ਅੱਧੀ ਰਾਤ ਦਾ ਹੈ। ਖਾਲਸਾ ਪੰਥ ਫੈਸਲਾ ਕਰਦਾ, ਗੁਰੂ ਖਾਲਸਾ ਗੁਰੂ ਸਾਹਿਬ ਜੀ ਨੂੰ ਖਾਲਸਾ
ਹੁਕਮ ਕਰਦਾ ਗੁਰੂ ਦੇ ਰੂਪ ਵਿੱਚ। ਅਸਲ 'ਚ ਖਾਲਸਾ ਪੰਥ ਨੂੰ ਗੁਰਗੱਦੀ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਦੇ ਦਿੱਤੀ ਸੀ, ਜਿੱਦਣ ਅਨੰਦਪੁਰ ਸਾਹਿਬ ਛੱਡਿਆ ਨਾ ਉੱਦਣ ਹੀ ਗੁਰਗੱਦੀ ਦੇ ਦਿੱਤੀ ਸੀ, ਕਿਉਂਕਿ ਉੱਦਣ ਹੀ ਖਾਲਸਾ ਪੰਥ ਨੇ ਕਿਹਾ ਸੀ ਗੁਰੂ ਸਾਹਿਬ ਜੀ ਕਿਲ੍ਹਾ ਛੱਡ ਦੇਣਗੇ। ਅੱਜ ਫਿਰ ਦੂਸਰੀ ਵਾਰ ਇਹ ਮਰਿਆਦਾ ਜਿਹੜੀ ਸਾਹਮਣੇ ਆਈ, ਗੁਰੂ ਪਾਤਸ਼ਾਹ ਜੀ ਵੰਗਾਰ ਕੇ ਤਾੜੀ ਮਾਰ ਕੇ ਗੜੀ ਵਿੱਚੋਂ ਨਿਕਲਦੇ ਨੇ। ਅਗਲੇ ਦਿਨ ਸਾਰਾ ਵਰਤਾਰਾ ਵਾਪਰਦਾ, ਇਹਨਾਂ ਲਾਸ਼ਾਂ ਦਾ ਕੀ ਕਰਨਾ। ਉਹਦੇ ਵਿੱਚ ਭਾਈ ਸੰਗਤ ਸਿੰਘ ਜੀ ਦੀ ਜਿਹੜੀ ਲਾਸ਼ ਦਾ ਸਿਰ ਵੱਢ ਕੇ ਔਰੰਗਜ਼ੇਬ ਕੋਲ ਪੇਸ਼ ਕੀਤਾ ਜਾਂਦਾ, ਇੱਕ ਦਿਨ ਇਹਦੇ 'ਚ ਲੰਘਦਾ। ਅਗਲੀ ਰਾਤ ਨੂੰ ਲਾਗੇ ਇੱਕ ਪਿੰਡ ਹੈ ਰਾਏਪੁਰ, ਚਮਕੌਰ ਸਾਹਿਬ ਦੇ ਲਾਗੇ, ਉੱਥੇ ਦੀ ਰਹਿਣ ਵਾਲੀ ਇੱਕ ਗੁਰਸਿੱਖ ਬੀਬੀ ਜਿਨ੍ਹਾਂ ਦਾ ਨਾਂ ਹੈ ਸ਼ਰਨ ਕੌਰ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਆਹ ਵਰਤਾਰਾ ਵਾਪਰਿਆ ਅਤੇ ਦੋ ਸਾਹਿਬਜ਼ਾਦੇ ਅਤੇ 40 ਸਿੰਘ ਸ਼ਹੀਦ ਹੋਏ ਨੇ, ਰਾਤ ਦੇ ਹਨੇਰੇ ਦੇ ਵਿੱਚ ਲੋਹੇ ਦੀ ਬੁੱਕਲ ਮਾਰ ਕੇ ਦੀਵੇ ਦੀ ਲੋਹ ਲੈ ਕੇ ਸਿੰਘਾਂ ਦੀ ਡੈੱਡ ਬੋਡੀਜ਼ ਦੀ ਨਿਸ਼ਾਨਦੇਹੀ ਕਰਕੇ ਇਕੱਲੀ ਸਿੰਘ ਨੂੰ, ਕਈ ਵਾਰ ਅਸੀਂ ਸੋਚਦੇ ਨਾ ਮੈਂ ਤਾਂ ਲੇਡੀ ਹਾਂ ਮੈਂ ਕੀ ਕਰ ਸਕਦੀ, ਗੁਰੂ ਸਾਹਿਬ ਜੀ ਨੇ ਸਨਮਾਨ ਕਰਤਾ, ਇੱਕ ਸਨਮਾਨ ਕਰਤਾ ਜਿਹੜੀ ਅੱਜ ਰੌਲਾ ਪੈਂਦਾ ਵਰਲਡ ਲੈਵਲ ਦੇ ਉੱਤੇ UNO ਦੇ ਉੱਤੇ। ਇਕੱਲੇ ਇਕੱਲੇ ਸਿੰਘ ਦੀ ਡੈੱਡ ਬੋਡੀ ਨੂੰ ਇਕੱਠਿਆਂ ਕਰਕੇ, ਸਾਹਿਬਜ਼ਾਦਿਆਂ ਦੀ ਬੋਡੀ ਨੂੰ ਡੈੱਡ ਬੋਡੀ ਨੂੰ ਇਕੱਠਿਆਂ ਕਰਕੇ ਸੰਸਕਾਰ ਦੀ ਸੇਵਾ ਕਰਦੀ ਹੈ, ਉੱਥੇ ਛਪਾਈਆਂ ਵੱਲੋਂ ਫੜੀ ਜਾਂਦੀ ਹੈ, ਇੱਕ ਗਹਿਰਾ ਟੱਪ ਜਿਹੜਾ ਉਹਨਾਂ ਦੀ ਧੌਣ 'ਤੇ ਲੱਗਦਾ ਥੱਲੇ ਡਿੱਗ ਜਾਂਦੀ, ਹਜੇ ਸਵਾਸ ਹੈਗੇ ਨੇ ਉਸ ਜਿੰਦਾ ਗੁਰਸਿੱਖ ਬੀਬੀ ਦੀ ਬੋਡੀ ਨੂੰ, ਜਿਹੜਾ ਉਹਨਾਂ ਸ਼ਹੀਦਾਂ ਦੇ ਅੰਗੀਠੇ ਦੇ ਉੱਤੇ ਸੁੱਟ ਦਿੱਤਾ ਜਾਂਦਾ, ਉਹਦੇ ਵਿੱਚ ਉਹ ਸ਼ਹੀਦ ਹੋ ਜਾਂਦੇ ਹੈ। ਕੁਛ ਸਿੰਘਾਂ ਦੇ 40 ਦੇ 40 ਦਾ ਸੰਸਕਾਰ ਨਹੀਂ ਹੋ ਪਾਉਂਦਾ, ਇਹ ਜਿਹੜੀ ਖਬਰ ਹੈ ਲਾਗੇ ਛਾਗੇ ਦੇ ਪਿੰਡਾਂ 'ਚ ਅੱਗ ਵਾਂਗੂ ਫਿਰ ਜਾਂਦੀ ਹੈ। ਫਿਰ ਉਸ ਤੋਂ ਬਾਅਦ ਅਗਲੇ ਹੀ ਰਾਤ ਜਿਹੜੀ ਹੈ ਦੋ ਗੁਰਸਿੱਖ ਵੀਰ, ਇੱਕ ਦਾ ਨਾਂ ਹੈ ਭਾਈ ਰਾਮਾ ਸਿੰਘ ਜੀ, ਇੱਕ ਦਾ ਨਾਂ ਹੈ ਭਾਈ ਤਰਲੋਕਾ ਸਿੰਘ ਜੀ, ਦੋਵੇਂ ਸਕੇ ਭਰਾ ਨੇ, ਰਾਤ ਨੂੰ ਭੁੱਬਾਂ ਮਾਰ ਕੇ ਰੋਂਦੇ ਵੀ ਨੇ ਅਤੇ ਆਪਣਾ ਵੇਸ਼ ਬਦਲ ਕੇ ਪਾਗਲਾਂ ਵਾਲਾ ਵੇਸ਼ ਬਣਾ ਕੇ ਘੱਟਾ ਮਿੱਟੀ ਪਾ ਕੇ ਆਪਣੇ ਸਰੀਰ ਦੇ ਉੱਤੇ, ਅਤੇ ਉੱਥੇ ਚੰਪੌਰ ਦੇ ਲਾਗੇ ਛਾਗੇ ਜੰਗ ਵਾਲੇ ਮੈਦਾਨ 'ਚ ਫਿਰਦੇ ਰਹਿੰਦੇ ਨੇ ਸ਼ਾਮਾਂ ਨੂੰ, ਅਤੇ ਰਾਤ ਨੂੰ ਫਿਰ ਦੋਵੇਂ ਗੁਰਸਿੱਖ ਵੀਰ ਜਿਹੜੇ ਨੇ ਸ਼ਹੀਦ ਸਿੰਘਾਂ ਦੀਆਂ ਡੈੱਡ ਬੋਡੀਜ਼ ਇਕੱਠੀਆਂ ਕਰਕੇ ਉਹਨਾਂ ਦਾ ਸੰਸਕਾਰ ਕਰਦੇ ਨੇ। ਬਾਅਦ 'ਚੋਂ ਇਹ ਦੋਨੋਂ ਭਰਾ ਜਾ ਕੇ ਗੁਰੂ ਸਾਹਿਬ ਜੀ ਨੂੰ ਦਮਦਮਾ ਸਾਹਿਬ ਵਿਖੇ ਸਾਬੋ ਕੀ ਤਲਵੰਡੀ ਵਿਖੇ ਮਿਲਦੇ ਨੇ, ਉੱਥੇ ਸਾਰਾ ਇਹ ਸ਼ਹੀਦਾਂ ਦਾ ਹਾਲ ਦੱਸਦੇ ਨੇ, ਸੰਸਕਾਰ ਦਾ ਹਾਲ ਦੱਸਦੇ ਨੇ। ਸੋ ਇਹ ਸ਼ਹੀਦਾਂ ਦਾ ਪੈਰਾਮੀਟਰ ਸਿੱਖ ਕੌਮ 'ਚ ਇਹ ਹੈ, ਇਸ ਤਰੀਕੇ ਦਾ ਇਹ ਵਰਤਾਰਾ ਜਿਹੜਾ ਵਾਪਰਦਾ। ਬੋਲਦਿਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਗੁਰੂ ਕੀ ਸੰਗਤ ਗੁਰੂ ਸਦਕਾ ਬਖਸ਼ਣ ਯੋਗ ਹੈ। ਸੋ ਗੁਰੂ ਪਿਆਰ ਵਾਲਿਓ, ਬੋਲਦਿਆਂ ਹੋਈਆਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ, ਫਤਿਹ ਦੀ ਸਾਂਝ ਪਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।